ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਬੱਬ ਨਾਲ ਸਮਾਂ ਮਿਲਦਾ ਹੈ, ਕੋਈ ਪਤਾ ਨਹੀਂ ਗੁਰੂ ਜੀ ਦਾ ਕਿਹੜਾ ਬਚਨ ਤੀਰ ਹਿਰਦੇ ਵਿੱਚ ਅਸਰ ਕਰ ਜਾਏ, ਵਿੰਨ ਕੇ ਲੈ ਜਾਏ, ਵਿੰਨਿਆ ਜਾਵੇ। ਕਬੀਰ ਸਤਿਗੁਰ ਸੂਰਮੇ, ਲਓ ਪੜੋ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋਏ, ਲਾਗਤ ਹੀ ਪੋਇ ਗਿਰ ਪਰਿਆ, ਪਰਾ ਕਰੇ ਜੇ ਸ਼ੇਕ। ਹੁਣ ਸਿੱਖ ਸਾਡਾ ਮਨ ਹੈ, ਸਿੱਖ ਕੀ ਹੈ? ਸਾਡੀ ਦੇਹ ਥੋੜਾ ਹੈ, ਸਿੱਖ ਕੀ ਹੈ? ਸਾਡਾ ਮਨ, ਸਾਡੀ ਸੁਰਤ। ਜੇ ਮਨ ਸਿੱਖ ਹੈ ਤੇ ਫਿਰ ਡਿੱਗੇਗਾ ਕੌਣ ਭਲਾ? ਮਨ ਜਿਹੜਾ ਆਕੜਿਆ ਫਿਰਦਾ, ਜਿਹੜਾ ਹੰਕਾਰਿਆ ਫਿਰਦਾ, ਕਾਹਦੇ ਅੱਗੇ ਡਿੱਗ ਗਿਆ ਜੀ? ਸਰੈਂਡਰ ਕਰਦੇ ਕਰਤਾ, ਕੰਪਲੀਟ ਸਰੈਂਡਰ ਕਰਤਾ, ਡਿੱਗ ਪਿਆ। ਉਹ ਡਿੱਗਣਾ ਕੀ ਹੈ ਕਿ ਝੁੱਕ ਜਾਣਾ, ਆਪਣੇ ਆਪ ਨੂੰ ਕੁਰਬਾਨ ਕਰਨਾ, ਆਪਣੀ ਸੋਚ ਖਤਮ ਕਰ ਦੇਣੀ, ਗੁਰੂ ਜੀ ਦੀ ਸੋਚ ਨੂੰ ਆਪਣੀ ਸੋਚ ਬਣਾ ਲੈਣਾ। ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਘਣਾ, ਗੁਰੂ ਦੇ ਚਿੱਤ ਵਰਗਾ ਸਾਡਾ ਚਿੱਤ ਹੋ ਜਾਏ, ਜਾਂ ਸਾਡੀ ਸੋਚ ਵਿੱਚ ਗੁਰੂ ਜੀ ਦੀ ਸੋਚ ਸਮਾ ਜਾਵੇ, ਫਿਰ ਸਵਾਦ ਆ ਜਾਂਦਾ ਜ਼ਿੰਦਗੀ ਜਿਉਣ ਦਾ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ੍ਹਨਾ ਸੁਣਨਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਹੁਣ ਲਾਗੂ ਕੀਤੇ ਦੀ ਨਿਸ਼ਾਨੀ ਕੀ ਹੈ? ਮੰਨ ਲਓ ਜੇ ਅੱਜ ਗੁਰੂ ਸਾਹਿਬ ਦੇ ਬਚਨਾਂ ਨੂੰ ਲਾਗੂ ਕੀਤਾ ਹੁੰਦਾ, ਤੇ ਆਹ ਵੇਖ ਰਹੇ ਹੋ ਨਾ ਜਿਹੜਾ ਜਵਾਬ ਹੋ ਰਿਹਾ ਬਾਹਰ, ਇਹ ਨਹੀਂ ਸੀ ਹੋਣਾ। ਤੁਸੀਂ ਕਹੋਗੇ ਵੀ ਇਹਦੇ ਨਾਲ ਕੀ ਸੰਬੰਧ ਹੈ ਸਾਡਾ? ਵੀ ਧੂੰਆਂ ਨਹੀਂ ਸੀ ਹੋਣਾ, ਧੁੰਦ ਨਹੀਂ ਸੀ ਹੋਣੀ, ਇਹਦੇ ਨਾਲ ਸਾਡਾ ਕੀ ਸੰਬੰਧ ਹੈ? ਹੁਣ ਧਿਆਨ ਨਾਲ ਸੁਣਿਓ, ਸਾਰਾ ਹੀ ਕੁਛ ਜਿਹੜਾ ਨਾ ਉਹ ਸਾਡੇ ਤੇ ਖੜਾ ਹੈ, ਸਾਡੇ ਨਾਲ ਸੰਬੰਧ ਹੈ। ਹੁਣ ਆਪਾਂ ਵੇਖਦੇ ਹਾਂ ਵੀ ਨਵੰਬਰ ਦੇ ਮਹੀਨੇ ਵਿੱਚ ਜੇ ਕੋਈ ਮੈਨੂੰ ਸਭ ਤੋਂ ਵਧੀਆ ਮਹੀਨਾ ਪੁੱਛੇ ਵੀ ਦੀਵਾਨ ਵਾਲਾ ਕਿਹੜਾ ਆ ਜਿਹਦੇ 'ਚ ਦੀਵਾਨ ਲੱਗਣੇ ਚਾਹੀਦੇ ਆ, ਤੇ ਉਹ ਇੱਕ ਮਹੀਨਾ ਤੇ ਨਵੰਬਰ ਦਾ ਤੇ ਇੱਕ ਮਾਰਚ ਦਾ। ਇਹ ਦੋਵੇਂ ਮਹੀਨੇ ਇੰਨੇ ਵਧੀਆ ਆ ਜਿਹਦੇ 'ਚ ਮੌਸਮ ਬਹੁਤ ਸੋਹਣਾ ਹੁੰਦਾ। ਬਾਰਾਂ ਮਹੀਨਿਆਂ ਵਿੱਚੋਂ ਜੇ ਕੋਈ ਪੁੱਛੇ ਵੀ ਜਿੱਥੇ ਵਧੀਆ ਤੁਸੀਂ ਕਹੋ ਵੀ ਪ੍ਰੋਗਰਾਮ ਰੱਖਣਾ ਹੈ, ਤੇ ਕਿਹੜੇ ਮਹੀਨੇ 'ਚ ਰੱਖੀਏ, ਨਵੰਬਰ ਵਿੱਚ ਜਾਂ ਮਾਰਚ ਵਿੱਚ? ਪਰ ਮੈਂ ਆਪਣੇ 19 ਸਾਲ ਹੋ ਚੱਲੇ ਮੈਨੂੰ ਸੰਗਤ ਵਿੱਚ ਹਾਜ਼ਰੀ ਭਰਦਿਆਂ, ਪਹਿਲੀ ਵਾਰੀ ਐਤਕੀ ਨਵੰਬਰ ਵਿੱਚ ਇਦਾਂ ਦਾ ਮੌਸਮ ਵੇਖਿਆ ਜਿੱਦਾਂ ਐਤਕੀ ਹੋਇਆ। ਚੰਡੀਗੜ੍ਹ ਦੀਵਾਨ ਚੱਲਦੇ ਸੀ, ਇਦੋਂ ਪਹਿਲਾਂ ਮੈਂ ਪਟਿਆਲੇ ਤੋਂ, ਸਾਨੂੰ ਚੰਡੀਗੜ੍ਹ ਇੱਕ ਘੰਟਾ ਡੇਢ ਘੰਟਾ ਲੱਗਦਾ, ਚਾਰ ਚਾਰ ਘੰਟੇ ਵੀ ਲੱਗ ਜਾਂਦੇ ਸੀ ਰਾਤ ਨੂੰ, ਸਾਢੇ ਤਿੰਨ ਘੰਟਿਆਂ 'ਚ ਅਸੀਂ ਆਉਂਦੇ ਰਹੇ, ਇੰਨੀ ਧੁੰਦ ਪੈਂਦੀ। ਹੁਣ ਇਹ ਜਿਹੜਾ ਮਾਹੌਲ ਹੈ ਸਾਰੇ ਦਾ ਸਾਰਾ, ਧੁੰਦ ਥੋੜ੍ਹੀ ਹੈ ਵਿੱਚ ਧੂੰਆਂ ਮਿਕਸ ਹੋ ਗਿਆ, ਉਹੀ ਧੂੰਆਂ ਜਿਹੜਾ ਆਪਾਂ ਹੀ ਚਾੜਿਆ ਸੀ ਤਾਂ ਉਹ ਥੱਲੇ ਆ ਗਿਆ, ਆਪਣਾ ਹੀ ਚਾੜਿਆ ਹੋਇਆ ਧੁੰਦ ਦੇ ਨਾਲ ਮਿਕਸ ਹੋ ਗਿਆ। ਹੁਣ ਅਗਲੀ ਜ਼ਿਮੀਦਾਰਾਂ ਦੀ ਮਜਬੂਰੀ ਇਹ ਹੈ ਵੀ ਅਸੀਂ ਅੱਗਾਂ ਲਾਉਣੀਆਂ ਪੈਂਦੀਆਂ, ਫਿਰ ਕਰੀਏ ਕੀ, ਪਰਾਲੀ ਦਾ ਕੀ ਕਰੀਏ, ਕਰਜ਼ਿਆਂ ਦਾ ਕੀ ਕਰਾਂਗੇ, ਫਿਰ ਅੱਗ ਤੇ ਲਾਉਣੀ ਪਊ, ਹੋਗੀ ਨਾ ਗੱਲ ਇਹ ਵੀ ਇਹਦਾ ਪ੍ਰਬੰਧ ਸਰਕਾਰ ਕਰੇ, ਕੁਛ ਨਾ ਕੁਛ ਕਰੇ, ਇਹਦੇ 'ਚ ਕਸੂਰਵਾਰ ਕੌਣ ਹੈ? ਜ਼ਿਮੀਦਾਰਾਂ ਨੂੰ ਪੁੱਛਾਂਗੇ ਵੀ ਕੌਣ ਕਸੂਰਵਾਰ ਹੈ, ਬੋਲਿਓ ਕੌਣ ਕਸੂਰਵਾਰ ਹੈ? ਸਰਕਾਰ, ਸਰਕਾਰ ਨੂੰ ਪੁੱਛਦੇ ਆ ਵੀ ਕਸੂਰਵਾਰ ਕੌਣ ਹੈ, ਕਹਿੰਦੇ ਜ਼ਿਮੀਦਾਰ, ਲੋਕ ਅੱਗ ਲਾਉਂਦੇ ਆ, ਅਸੀਂ ਕੀ ਕਰੀਏ, ਲੋਕ ਲਾਉਂਦੇ ਆ। ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਗਿਆ, ਹੁਣ ਜੇ ਸਰਕਾਰਾਂ ਨੇ ਇਹ ਸਿਸਟਮ ਠੀਕ ਕਰਨਾ ਸੀ, ਸਰਕਾਰਾਂ ਨੇ ਕਸੂਰਵਾਰ ਆਪਾਂ ਨਹੀਂ ਮੰਨ ਲਓ, ਆਪਾਂ ਸਰਕਾਰਾਂ ਤੋਂ ਕਹਿ ਦਿੰਦੇ ਹਾਂ ਵੀ ਸਰਕਾਰਾਂ ਦੋਸ਼ੀ ਹੈ, ਪਰ ਸਰਕਾਰਾਂ ਕਿੰਨੇ ਬਣਾਈਆਂ,
ਆਪਾਂ ਫਿਰ ਘੁੰਮ ਕੇ ਸਾਡੇ ਵੱਲ ਹੀ ਸੂਈ ਆ ਜਾਣੀ ਹੈ ਆਖੋ ਸਤਨਾਮ ਵਿਵਾਸ ਕਸੂਰ ਸਾਡਾ ਕਿਹਨਿਆਂ ਨੇ ਕਿਹਨੇ ਨੇ ਬੱਚੇ ਆ 9 ਬੱਚੇ ਉੱਥੇ ਪੁੱਛੋ ਮੰਡੀ ਵਿੱਚ ਐਕਸੀਡੈਂਟ ਵਿੱਚ ਵੇਖੋ ਧੁੰਦ ਦੇ ਵਿੱਚ ਕਿੰਨੇ ਕਿੰਨੀਆਂ ਗੱਡੀਆਂ ਵੱਜ ਰਹੀਆਂ ਕਿੰਨਾ ਨੁਕਸਾਨ ਹੋ ਰਿਹਾ ਕਈ ਬੰਦੇ ਫਿਰ ਇਦਾਂ ਹਾਏ ਹੋਏ ਰੱਬਾ ਕੀ ਕਰਤਾ ਕਹਿਰ ਐ ਐ ਕਹਿੰਦੇ ਆ ਕਈ ਇਦਾਂ ਕਹਿੰਦੇ ਆ ਆਪਾਂ ਵੀ ਕਹਿੰਦੇ ਅੱਜ ਇੱਥੇ ਖੜ ਕੇ ਵੀ ਰੱਬ ਨੇ ਕਰਿਆ ਕੀ ਕਈ ਵਿਚਾਰੇ ਪ੍ਰਬੰਧਕਾਂ ਦੇ ਮਨ 'ਚ ਵੀ ਆਉਂਦਾ ਹੋਊ ਵੀ ਐਤਕੀ ਦੀਵਾਨਾਂ ਦਾ ਬਣੂ ਕੀ ਮੌਸਮ ਕਿੱਦਾਂ ਦਾ ਹੋ ਗਿਆ ਯਾ ਕੀ ਬਣ ਗਿਆ ਭਾਈ ਵੈਦਰ ਦਾ ਕੀ ਹੋਏਗਾ ਹੁਣ ਰੱਬ ਨੇ ਕੀ ਕਰਤਾ ਇਹ ਪਹਿਲਾਂ ਹੀ ਪਾਤੀ ਧੁੰਦ ਨਾ ਪਿਆਰਿਓ ਇਹ ਸਾਰਾ ਜਿੱਥੇ ਕਿਤੇ ਵੀ ਕਸੂਰ ਆਉਣਾ ਨਾ ਇਹ ਸਾਡਾ ਕਸੂਰ ਆਉਣਾ ਕਿਤੇ ਨਾ ਕਿਤੇ ਅਸੀਂ ਇਹਦੇ ਦੋਸ਼ੀ ਪਾਏ ਜਾਵਾਂਗੇ ਕਿਉਂਕਿ ਅਸੀਂ ਸਮਾਜ ਨੂੰ ਇੱਕ ਪਰਿਵਾਰ ਵਾਂਗੂ ਨਹੀਂ ਸਮਝਦੇ ਸਮਾਜ ਹੈ ਨਾ ਜਿਹੜਾ ਇਹ ਇਹਨੂੰ ਜਿੰਨਾ ਚਿਰ ਅਸੀਂ ਇੱਕ ਪਰਿਵਾਰ ਵਾਂਗੂ ਨਹੀਂ ਨਾ ਵੇਖਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਜਿੰਨਾ ਚਿਰ ਬੰਦਾ ਐਂ ਸੋਚਦਾ ਹੈ ਨਾ ਵੀ ਮੇਰਾ ਮੇਰਾ ਘਰ ਹੈ ਮੇਰੇ ਬੱਚੇ ਠੀਕ ਹੈ ਬਾਕੀਆਂ ਤੋਂ ਮੈਂ ਕੀ ਲੈਣਾ ਮੈਂ ਠੀਕ ਹਾਂ ਨਾ ਮੈਂ ਬਿਮਾਰ ਹੋਊਗਾ ਡਾਕਟਰ ਕੋਲ ਲੈ ਜਾਵਾਂਗੇ ਜ਼ੁਕਾਮ ਆ ਨਜ਼ਲਾ ਹੋ ਜਾਣਾ ਅੱਜ ਕੱਲ੍ਹ ਖੰਘ ਲੱਗਣੀ ਹੈ ਅਸਥਮੇ ਵਾਲਿਆਂ ਨੂੰ ਪੁੱਛ ਕੇ ਵੇਖੋ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਉਹਨਾਂ ਨੂੰ ਸਾਹ ਲੈਣਾ ਔਖਾ ਹੈ ਸਾਹ ਦੇ ਮਰੀਜ਼ ਕਈ ਮਰ ਜਾਂਦੇ ਨੇ ਇਹੋ ਜਿਹੇ ਮੌਸਮ 'ਚ ਜਿੱਦਾਂ ਦਾ ਵੈਦਰ ਅੱਜ ਚੱਲਦਾ ਹੈ ਜਿਹਨਾਂ ਨੂੰ ਅਸਥਮਾ ਹੈ ਕਈ ਮਰ ਜਾਂਦੇ ਇੰਨੇ ਔਖੇ ਹੋ ਜਾਂਦੇ ਨੇ ਸਾਹ ਲੈਣਾ ਉਹਨਾਂ ਨੂੰ ਇੰਨਾ ਔਖਾ ਹੋ ਜਾਂਦਾ ਇੰਨੀ ਜ਼ਹਿਰ ਹੈ ਇਹਦੇ ਵਿੱਚ ਪਰ ਸਿਸਟਮ ਸਾਨੂੰ ਬਦਲਣਾ ਪੈਣਾ ਜਿੰਨੇ ਐਕਸੀਡੈਂਟ ਹੋ ਰਹੇ ਆ ਅੱਜ ਸੜਕਾਂ ਤੇ ਰੋਡਾਂ ਉੱਤੇ ਜੋ ਕੁਝ ਵੀ ਹੋ ਰਿਹਾ ਹੈ ਉਹਦਾ ਕਸੂਰਵਾਰ ਅਸੀਂ ਹਾਂ ਕਿਉਂਕਿ ਅਸੀਂ ਇੱਕ ਪਰਿਵਾਰ ਵਾਂਗੂ ਨਹੀਂ ਸੋਚਦੇ ਅਸੀਂ ਸੋਚਦੇ ਹਾਂ ਸਿਰਫ ਆਪਣੇ ਤੱਕ ਮੇਰੀ ਜ਼ਿੰਦਗੀ ਲੰਘ ਗਈ ਮੈਂ ਕਿਸੇ ਬਾਰੇ ਕੀ ਸੋਚਾਂ ਮੇਰਾ ਟਾਈਮ ਪਾਸ ਹੋ ਹੀ ਜਾਂਦਾ ਬਸ ਗੱਲ ਖਤਮ ਹੈ ਪਰ ਵਿਦੇਸ਼ਾਂ ਵਿੱਚ ਇਦਾਂ ਨਹੀਂ ਹੁੰਦਾ ਵਿਦੇਸ਼ਾਂ ਵਿੱਚ ਐਸਾ ਨਹੀਂ ਗੁਰਬਾਣੀ ਹੈ ਨਾ ਜਿਹੜੀ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ ਧਿਆਨ ਨਾਲ ਸੁਣਿਓ ਨੌਜਵਾਨ ਵੀਰੋ ਜਰਾ ਧਿਆਨ ਨਾਲ ਸੁਣਿਓ ਜਿਸ ਗੁਰਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ ਨਾ ਇਹ ਗੁਰਬਾਣੀ ਨੂੰ ਇਦਾਂ ਦੇ ਬਚਨਾਂ ਨੂੰ ਜਿਹੜੇ ਅਸੂਲ ਗੁਰੂ ਸਾਹਿਬ ਦੱਸਦੇ ਐ ਜਿਹੜੇ ਸਿਧਾਂਤ ਗੁਰਬਾਣੀ ਵਿੱਚ ਦੱਸੇ ਗਏ ਐ ਇਹੋ ਜਿਹੇ ਸਿਧਾਂਤਾਂ ਨੂੰ ਇਹੋ ਜਿਹੇ ਅਸੂਲਾਂ ਨੂੰ ਵਿਦੇਸ਼ਾਂ ਵਿੱਚ ਗੋਰਿਆਂ ਨੇ ਆਪਣਾ ਸੰਵਿਧਾਨ ਬਣਾਇਆ ਕਾਨੂੰਨ ਬਣਾਇਆ ਇਹਨਾਂ ਗੱਲਾਂ ਨੂੰ ਜਿਹੜੀਆਂ ਗੱਲਾਂ ਹੁਣ ਮੰਨ ਲਓ ਪਿਆਰ ਨਾਲ ਮੰਨਣ ਦੀ ਖੇਡ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ ਵੀ ਇਹਦਾ ਸਤਿਕਾਰ ਕਰਨਾ ਹੁਣ ਸਰਕਾਰ ਵੀ ਸਿੱਖਾਂ ਦੀ ਹੀ ਹੁੰਦੀ ਹੈ ਬਹੁਤੇ MLA ਸਿੱਖ ਨੇ ਬਾਣੀ ਪੜ੍ਹਨ ਵਾਲੇ ਆ ਬਹੁਤੇ ਮੁੱਖ ਮੰਤਰੀ ਸਿੱਖ ਹੀ ਹੋਏ ਆ ਪੱਗਾਂ ਵਾਲੇ ਹੀ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਵੀ ਅਸੀਂ ਗੁਰਬਾਣੀ ਨੂੰ ਮੰਨਦੇ ਤੇ ਕਿਸੇ ਵੀ ਮੁੱਖ ਮੰਤਰੀ ਨੂੰ ਇਦਾਂ ਦਾ ਨਹੀਂ ਹੋਣਾ ਜਾਂ ਕੋਈ ਸਿੱਖ ਵੀ ਇਦਾਂ ਦਾ MLA ਸਿੱਖ MLA ਇਦਾਂ ਦਾ ਨਹੀਂ ਹੋਣਾ ਜਿਹਨੂੰ ਆ ਪੰਗਤੀ ਨਾ ਆਉਂਦੀ ਹੋਵੇ ਵੀ ਪਵਨ ਗੁਰੂ ਪਾਣੀ ਆ ਸਲੋਕ ਜਿਹਨੂੰ ਨਹੀਂ ਆਉਂਦਾ ਹੋਰ ਕੁਛ ਆਵੇ ਨਾ ਆਵੇ ਆਹ ਤੇ ਆਉਂਦਾ ਹੀ ਆਉਂਦਾ ਇਹ ਆਉਂਦਾ ਹੀ ਆਉਂਦਾ ਹੁਣ ਇਹ ਸੀ ਪਿਆਰ ਨਾਲ ਵੀ ਗੁਰੂ ਜੀ ਨੇ ਵੇਖੋ ਭਾਈ ਲਿਖਿਆ ਪਿਆ ਬਾਣੀ ਚ ਫਿਰ ਹੁਣ ਆਪਾਂ ਭੈਣ ਭਰਾ ਸਾਰੇ ਮੰਨੀਏ ਕੋਈ ਸਰਕਾਰ ਵੀ ਉਪਰਾਲਾ ਕਰਦੀ ਕੋਈ ਇਦਾਂ ਦੀਆਂ ਮਸ਼ੀਨਾਂ ਆਉਂਦੀਆਂ ਜਾਂ ਕਹਿੰਦੇ ਭਾਈ ਇੱਥੇ ਧੋ ਦਿਓ ਕੁਝ ਇਕੱਠਾ ਕਰ ਦਿਓ ਕੁਝ ਨਾ ਕੁਝ ਪ੍ਰਬੰਧ ਕਰਦੀ ਸਰਕਾਰ ਤੇ ਆਪਾਂ ਸਾਰੇ ਸਾਥ ਦਿੰਦੇ ਤੇ ਆ ਅੱਗਾਂ ਲਾਉਣੀਆਂ ਜਿਹੜੀਆਂ ਸੀ ਬੰਦ ਹੋ ਜਾਂਦੀਆਂ ਧਿਆਨ ਨਾਲ ਸੁਣਿਓ ਇਹ ਸੀ ਪਿਆਰ ਦਾ ਵਿਸ਼ਾ ਵੀ ਅਸੀਂ ਗੁਰੂ ਨਾਨਕ ਨਾਲ ਪਿਆਰ ਕਰਦੇ ਹਾਂ ਤੇ ਗੁਰੂ ਜੀ ਦਾ ਬਚਨ ਅਸੀਂ ਮੰਨਦੇ ਹਾਂ ਵੀ ਗੁਰੂ ਸਾਹਿਬ ਨੇ ਕਿਹਾ ਹਵਾ ਨੂੰ ਖਰਾਬ ਨਹੀਂ ਕਰਨਾ ਬਾਣੀ 'ਚ ਲਿਖਿਆ ਇਹ ਇਦਾਂ ਦੀਆਂ ਗੱਲਾਂ ਵੀ ਬਾਣੀ 'ਚ ਲਿਖੀਆਂ ਕਿਉਂਕਿ ਅਸੀਂ ਉਹੀ ਸਾਹ ਲੈਣਾ ਅਸੀਂ ਇਹ ਸੋਚ ਲਿਆ ਸਮਝ ਲਿਆ ਵਿਦੇਸ਼ ਇਹ ਸੀ ਪਿਆਰ ਦਾ ਵਿਸ਼ਾ ਪਰ ਵਿਦੇਸ਼ਾਂ ਵਾਲਿਆਂ ਨੇ ਇਹਨੂੰ ਬਣਾ ਲਿਆ ਆਪਣਾ ਕਾਨੂੰਨ ਸਿਸਟਮ ਉਹ ਕਾਨੂੰਨ ਧੱਕੇ ਨਾਲ ਨਹੀਂ ਮਨਾਇਆ ਜਿਵੇਂ ਅੱਜ ਕੱਲ੍ਹ ਤੇ ਹੁਣ ਸਰਕਾਰ ਕਹਿੰਦੀ ਲਾਇਓ ਨਾ ਅੱਗ ਵਿਦੇਸ਼ਾਂ ਵਾਲਿਆਂ ਨੂੰ ਇੰਨਾ ਨਹੀਂ ਕਿਹਾ ਜਾਂਦਾ ਰੋਬ ਨਾਲ ਵੀ ਅੱਗ ਨਾ ਲਾਇਓ ਅਸਲ ਵਿੱਚ ਉਹਨਾਂ ਨੂੰ ਪਹਿਲੇ ਦਿਨ ਤੋਂ ਸਮਝਾਇਆ ਗਿਆ ਵੀ ਧੂਵੇਂ ਨਾਲ ਕੀ ਨੁਕਸਾਨ ਹੋ ਸਕਦੇ ਹੈ ਜੇ ਸਰਕਾਰ ਖੁੱਲ ਵੀ ਦੇ ਦੇ ਉਹ ਲੋਕ ਤਾਂ ਵੀ ਨਹੀਂ ਲਾਉਂਦੇ
ਪਹਿਲੇ ਦਿਨ ਤੋਂ ਇਹ ਚੀਜ਼ਾਂ ਸਮਝ ਆਈਆਂ ਨੇ ਇਹ ਕਾਨੂੰਨ ਜੇ ਉਹਨਾਂ ਦੇਸ਼ਾਂ ਵਿੱਚ ਬਣੇ ਐ ਆ ਜਿਹੜੇ ਸਿਧਾਂਤ ਅਸੀਂ ਗਾ ਪਤਾ ਨਹੀਂ ਕਿੰਨੀਆਂ ਢੋਲਕੀਆਂ ਦੇ ਪੁੜੇ ਪਾੜ ਦਿੱਤੇ ਅਸੀਂ ਕਿੰਨੀਆਂ ਕੁ ਜੋੜੀਆਂ ਪਾੜ ਦਿੱਤੀਆਂ ਕਿੰਨੇ ਕੁ ਵਾਜੇ ਟੁੱਟ ਗਏ ਸਾਡੇ ਰਾਗੀਆਂ ਦੇ ਪੰਜਾਬ ਵਿੱਚ ਗਾ ਗਾ ਕੇ ਇਦਾਂ ਹੀ ਕਰਦੇ ਆ ਅਸੀਂ ਗਾ ਗਾ ਕੇ ਪਤਾ ਨਹੀਂ ਕਿੰਨਾ ਕੁ ਅਸੀਂ ਬੁਰਾ ਹਾਲ ਕਰ ਲਿਆ ਆਪਣਾ ਸੰਗ ਪਤਾ ਨਹੀਂ ਕਿੰਨੇ ਕੁ ਗਲੇ ਖਤਮ ਹੋ ਗਏ ਗਾ ਗਾ ਕੇ ਪਰ ਅਸੀਂ ਗਾਉਂਦੇ ਰਹਿ ਗਏ ਉਹਨਾਂ ਨੇ ਇਹਨਾਂ ਅਸੂਲਾਂ ਨੂੰ ਆਪਣਾ ਕਾਨੂੰਨ ਬਣਾ ਲਿਆ ਕਾਨੂੰਨ ਹੈ ਉੱਥੇ ਤੁਸੀਂ ਦਰਖਤ ਨਹੀਂ ਵੱਢ ਸਕਦੇ ਰੁੱਖ ਮਨੁੱਖ ਦਾ ਸੰਬੰਧ ਹੈ ਆਕਸੀਜਨ ਦੇ ਰਹੇ ਹੈ ਇਹਨਾਂ ਦੀ ਲੋੜ ਹੈ ਇਹ ਉਹ ਕਾਨੂੰਨ ਵਿੱਚ ਬਣ ਗਿਆ ਲਾਗੂ ਕਰ ਲਿਆ ਉਹਨਾਂ ਨੇ ਅਸਲ ਵਿੱਚ ਗੁਰਬਾਣੀ ਪ੍ਰੈਕਟੀਕਲੀ ਨਹੀਂ ਨਾ ਜਿੰਨਾ ਚਿਰ ਸਾਡੀ ਲਾਈਫ 'ਚ ਆਉਂਦੀ ਉਹਨਾਂ ਚਿਰ ਆਹੀ ਹਾਲ ਰਹਿਣਾ ਆ ਧੂਆਂ ਬਾਹਰ ਨਹੀਂ ਜੀ ਇਦਾਂ ਦੇ ਧੂਏ ਬੜੇ ਆ ਜਿਹੜੇ ਦਿਸਦੇ ਨਹੀਂ ਟੱਕਰਾਂ ਮਾਰ ਰਹੇ ਨੇ ਲੋਕ ਅੱਜ ਜਗ੍ਹਾ ਜਗ੍ਹਾ ਉੱਤੇ ਜਿਹਨੂੰ ਅਸੀਂ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ ਬੜੇ ਤਰ੍ਹਾਂ ਦੀ ਧੁੰਦ ਹੈ ਜਿਹੜੀ ਸਮਾਜ ਵਿੱਚ ਪਈ ਹੋਈ ਸੀ ਪਰ ਅਸੀਂ ਕੀ ਕਰਦੇ ਆ ਜੀ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਆ ਉਹਨੂੰ ਲਾਗੂ ਨਹੀਂ ਕਰਦੇ ਪਿੱਟ ਸਿਆਪਾ ਪਾਈ ਜਾਂਦੇ ਆ ਹਾਏ ਰੱਬ ਐ ਨਹੀਂ ਕਰਦਾ ਪਰਮਾਤਮਾ ਐ ਨਹੀਂ ਕਰਦਾ ਰੱਬ ਐ ਨਹੀਂ ਕਰਦਾ ਨਾ ਪਿਆਰਿਓ ਰੱਬ ਦਾ ਕਸੂਰ ਨਹੀਂ ਰੱਬ ਦਾ ਕਸੂਰ ਨਹੀਂ ਪਰਮਾਤਮਾ ਦਾ ਕਸੂਰ ਨਹੀਂ ਜਿੰਨੇ ਲੋਕ ਭਾਰਤ ਦੇ ਵਿੱਚ ਐਕਸੀਡੈਂਟ ਨਾਲ ਮਰਦੇ ਐ ਇੰਨੇ ਅਮਰੀਕਾ ਕੈਨੇਡਾ 'ਚ ਨਹੀਂ ਮਰਦੇ ਜਿੰਨੇ ਲੋਕ ਇੰਡੀਆ ਦੇ ਵਿੱਚ ਇੱਕ ਸਾਲ ਵਿੱਚ ਐਕਸੀਡੈਂਟ ਵਿੱਚ ਮਰ ਜਾਂਦੇ ਐ ਅਮਰੀਕਾ ਵਿੱਚ ਇੰਨੇ ਨਹੀਂ ਮਰਦੇ ਭਲਾ ਕਿਉਂ ਨਹੀਂ ਮਰਦੇ ਉੱਥੇ ਇੰਨੇ ਐਕਸੀਡੈਂਟ ਨਹੀਂ ਹੁੰਦੇ ਕਿਉਂ ਨਹੀਂ ਮਰਦੇ ਕਿਉਂਕਿ ਉੱਥੇ ਜਿਹੜੇ ਰੂਲ ਬਣਾਏ ਹੋਏ ਐ ਕਾਨੂੰਨ ਬਣਾਇਆ ਹੈ ਸਿੱਧੇ ਸਿੱਧੇ ਜਾਣਾ ਕੋਈ ਗੱਡੀ ਓਵਰਟੇਕ ਨਹੀਂ ਕਰ ਸਕਦਾ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਦਿਮਾਗ ਵਿੱਚ ਭਰੀਆਂ ਨੇ ਸਖਤੀ ਨਾਲ ਲਾਗੂ ਕੀਤੀਆਂ ਗਈਆਂ ਹੁਣ ਆਪਣੇ ਚ ਬੰਦੇ ਕਹਿਣਗੇ ਸੜਕਾਂ ਤੇ ਖੱਡਾ ਆ ਗਿਆ ਖੱਡੇ ਦੇ ਵਿੱਚ ਗੱਡੀ ਵੱਜ ਗਈ ਬੰਦੇ ਦੀ ਮੌਤ ਹੋ ਗਈ ਫਿਰ ਖੱਡੇ ਤੇ ਨਹੀਂ ਅਸੀਂ ਭਰਨੇ ਤੇ ਸਰਕਾਰਾਂ ਦੇ ਕੰਮ ਨੇ ਗੱਲ ਫੇਰ ਆ ਜਾਣੀ ਵੀ ਸਰਕਾਰਾਂ ਤੇ ਅਸੀਂ ਬਣਾਉਣੀਆਂ ਨੇ ਕਸੂਰ ਕਿਤੇ ਨਾ ਕਿਤੇ ਸਾਡਾ ਹੈ ਅਸੀਂ ਦੋਸ਼ੀ ਜਦੋਂ ਅਸੀਂ ਚਾਹਾਂਗੇ ਬਹੁਤ ਬੰਦੇ ਜਿਹੜੇ ਆਮ ਹੀ ਵੀ ਪ੍ਰਮਾਤਮਾ ਇਦਾਂ ਕਿਉਂ ਕਰਦਾ ਹੈ ਰੱਬ ਇਦਾਂ ਕਿਉਂ ਕਰਦਾ ਹੈ ਜਿਹੜੇ ਨਵੇਂ ਬੱਚੇ ਆ ਨਾ ਅੱਜ ਕੱਲ੍ਹ ਦੀ ਪੀੜ੍ਹੀ ਖਾਸ ਕਰਕੇ ਬਾਹਰਲੇ ਦੇਸ਼ਾਂ 'ਚ ਜਾਈਏ ਉੱਥੇ ਕਈ ਵਾਰੀ ਬੈਠੇ ਸਵਾਲ ਪੁੱਛ ਲੈਣਗੇ ਇਹ ਜੀ ਜਿਹੜਾ ਬੱਚੇ ਮਰੇ ਪੈਦਾ ਹੋ ਜਾਂਦੇ ਆ ਕਈ ਬੱਚੇ ਅਪਾਹਜ ਪੈਦਾ ਹੋ ਜਾਂਦੇ ਆ ਉਹਨੇ ਪਿਛਲੇ ਜਨਮ ਵਿੱਚ ਕੋਈ ਪਾਪ ਕੀਤਾ ਬੱਚੇ ਵੀ ਇਦਾਂ ਕਿਉਂ ਹੁੰਦਾ ਭਲਾ ਵੀ ਰੱਬ ਐਂ ਕਿਉਂ ਕਰਦਾ ਹੈ ਰੱਬ ਇਦਾਂ ਕਿਉਂ ਕਰਦਾ ਹੈ ਪਰਮਾਤਮਾ ਇਦਾਂ ਕਿਉਂ ਕਰਦਾ ਹੈ ਰੱਬ ਨਹੀਂ ਇਦਾਂ ਕਰਦਾ ਪਰਮਾਤਮਾ ਇਦਾਂ ਨਹੀਂ ਕਰਦਾ ਜੀ ਵੀ ਪਰਮਾਤਮਾ ਕਹੇ ਵੀ ਇੱਥੇ ਐਕਸੀਡੈਂਟ ਜ਼ਿਆਦਾ ਹੋਣ ਸਾਡੇ ਤੇ ਇੰਡੀਆ ਵਾਲਿਆਂ ਤੇ ਘੱਟ ਕਿਰਪਾ ਹੈ ਅਮਰੀਕਾ ਕੈਨੇਡਾ ਵਾਲਿਆਂ ਤੇ ਜ਼ਿਆਦਾ ਕਿਰਪਾ ਹੈ ਕਿਰਪਾ ਤੇ ਉਹਨੇ ਉਦਣ ਕਰ ਦਿੱਤੀ ਸੀ ਜਿੱਦਣ ਆ ਸਿਰ ਲਾ ਕੇ ਦਿਮਾਗ ਲਾ ਕੇ ਤੈਨੂੰ ਦੁਨੀਆ ਤੇ ਭੇਜਿਆ ਸੀ ਉਦਣ ਕਿਰਪਾ ਕਰ ਦਿੱਤੀ ਸੀ ਜਿੰਨਾ ਵਰਤੀ ਜਾਏਗਾ ਸ਼ੁਕਰਾਨਾ ਕਰੀ ਜਾਇਆ ਕਰ ਅਰਦਾਸ ਦਾ ਸਿਧਾਂਤ ਹੀ ਸ਼ੁਕਰਾਨਾ ਹੈ ਵੀ ਕਿਰਪਾ ਜਿਹੜਾ ਬੰਦਾ ਕਹਿੰਦਾ ਮੈਂ ਰੱਬ ਦੀ ਕਿਰਪਾ ਕਰਾਉਣ ਲਈ ਚੱਲਿਆ ਜਿੱਦਣ ਤੇਰੇ ਸਿਰ ਲੱਗ ਗਿਆ ਨਾ ਦਿਮਾਗ ਦੇ ਦਿੱਤਾ ਤੈਨੂੰ ਬੰਦਾ ਬਣਾ ਦਿੱਤਾ ਬੰਦਾ ਬਣਾ ਕੇ ਦਿਮਾਗ ਲਾ ਕੇ ਤੈਨੂੰ ਭੇਜਿਆ ਉਹਨੇ ਪੂਰੀ ਕਿਰਪਾ ਕੀਤੀ ਵੀ ਹੁਣ ਜੋ ਮਰਜ਼ੀ ਕੱਢੀ ਜਾਈ ਰੂਲ ਬਣਾ ਤੂੰ ਸੋਚ ਵੀ ਕਿਵੇਂ ਕਰਨਾ ਹੈ ਹੁਣ ਤੇਰੇ ਤੇ ਜ਼ਿੰਮੇਵਾਰੀ ਪਾ ਦਿੱਤੀ ਮੈਂ ਪੂਰੀ ਤਾਕਤ ਤੇਰੇ ਦਿਮਾਗ 'ਚ ਦੇ ਕੇ ਭੇਜੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਗਜ਼ੈਂਪਲਾਂ ਦੇ ਨਾ ਧਿਆਨ ਨਾਲ ਸੁਣਿਓ ਸਮਝ ਆਏਗੀ ਪੂਰੀ ਤਰ੍ਹਾਂ ਗੱਲ ਹੋਇਆ ਕੀ ਹੈ ਕਿ ਤੁਸੀਂ ਸਪਰਾਣੇ ਨਾ ਆਪਣੇ ਪਿੰਡਾਂ ਦੇ ਵਿੱਚ ਵੇਖੋ ਹਰੇਕ ਪਿੰਡ ਦੇ ਵਿੱਚ ਤੁਹਾਨੂੰ 5-7 ਬੰਦੇ ਪੋਲੀਓ ਦੇ ਮਰੀਜ਼ ਲੱਭਣਗੇ ਜਿਹੜੇ ਜਮਾਂਦਰੂ ਇਦਾਂ ਦੇ ਐ ਵੀ ਜਿਨ੍ਹਾਂ ਦੀ ਲੱਤ ਨਹੀਂ ਕੰਮ ਕਰਦੀ ਕਿਸੇ ਬੰਦੇ ਨੂੰ ਤੇ ਫੌੜੀਆਂ ਨਾਲ ਤੁਰਨਾ ਪੈਂਦਾ ਕਿਸੇ ਬੰਦੇ ਨੂੰ ਸਾਈਕਲੀਓ ਤੇ ਉਹਦੇ ਤੇ ਜਾਂਦਾ ਹੈ ਕੋਈ ਬੰਦਾ ਲੱਤਾਂ ਘੜੀਸ ਕੇ ਤੁਰਦਾ ਹੈ ਸਾਡੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਤੁਹਾਨੂੰ ਇਦਾਂ ਦੇ ਬੰਦੇ ਮਿਲਣਗੇ ਜਿਹੜੇ ਆਪਾਂ ਆਪਣੀ ਸਿੱਧਾ ਕਹਿ ਦੇਵੇ ਲੰਗੜਾ ਹੈ ਲੱਤ ਕੱਟੀ ਵੱਢੀ ਨਹੀਂ ਗਈ ਬਚਪਨ ਤੋਂ ਹੀ ਇਦਾਂ ਹੈ
ਇੱਕ ਲੱਤ ਸੁੱਕੀ ਹੋਈ ਹੈ, ਕਈਆਂ ਦੀਆਂ ਦੋਨੇ ਹੀ ਲੱਤਾਂ ਸੁੱਕੀਆਂ ਹੋਈਆਂ ਨੇ, ਸੁੰਗੜੀਆਂ ਹੋਈਆਂ ਨੇ। ਹਰ ਪਿੰਡ ਵਿੱਚ, ਮੇਰੇ ਪਿੰਡ ਵਿੱਚ ਵੀ ਹੋਣਗੇ, ਸਾਰੇ ਤੁਹਾਡੇ ਪਿੰਡਾਂ 'ਚ ਵੀ ਹੋਣਗੇ, ਵੇਖੇ ਹੀ ਆ, ਆਪਾਂ ਨੂੰ ਯਾਦ ਹੀ ਹੈ ਵੀ ਪੰਜ ਸੱਤ ਇੱਦਾਂ ਦੇ ਹੈ ਹੀ ਸੀ ਪਿੰਡ ਵਿੱਚ, ਲੰਘ ਮਾਰ ਕੇ ਤੁਰਦੇ ਸੀ ਜਿਹੜੇ, ਘੜੀਸ ਘੜੀਸ ਕੇ ਤੁਰਦੇ ਸੀ ਜਿਹੜੇ। ਤੇ ਸਾਡੇ ਵਰਗਾ ਬੰਦਾ ਨਾ ਐ ਹਾਏ ਰੱਬਾ ਇਹਨੇ ਵਿਚਾਰੇ ਨੇ ਕੀ ਮਾੜਾ ਕਰਤਾ ਕਿਸੇ, ਏਦਾਂ ਨਹੀਂ ਕਹਿੰਦੇ, ਇਹਨੇ ਮਾੜਾ ਕੀ ਕੀਤਾ, ਇਹ ਏਦਾਂ ਦਾ ਪੈਦਾ ਕਿਉਂ ਕਰਤਾ ਰੱਬ ਨੇ, ਏਦਾਂ ਕਹਿੰਦਾ ਨੱਕ ਜਿਹਾ ਚੜ੍ਹੀ ਜਾਂਦਾ ਬੰਦਾ ਖੜਾ ਵੀ ਹਾਏ ਰੱਬਾ ਕੀ ਕਰਤਾ ਤੈਂ, ਆਹ ਕੀ ਹੋ ਗਿਆ ਵਿਚਾਰਾ, ਐ ਐ ਕਿਉਂ ਪੈਦਾ ਹੋ ਗਿਆ। ਏਦਾਂ ਆਪਾਂ ਸੋਚਦੇ ਨਾ ਭੈਣਾ ਕਈ ਵਾਰੀ ਵਿਚਾਰੇ, ਚਲੋ ਵੇਖੋ ਹੋਇਆ ਕੀ ਹੈ। ਪਰਮਾਤਮਾ ਨੇ ਸਾਰਿਆਂ ਨੂੰ ਸਿਰ ਦਿੱਤਾ ਸੀ, ਕਿਰਪਾ ਕੀਤੀ ਹੋਈ ਸੀ, ਦਿਮਾਗ ਹਰੇਕ ਨੂੰ ਦਿੱਤਾ ਹੋਇਆ ਸੀ, ਪਰ ਇੱਕ ਦਿਨ ਐਸਾ ਆਇਆ ਕੋਈ ਨਾ ਕੋਈ ਸਾਇੰਟਿਸਟ, ਕੋਈ ਨਾ ਕੋਈ ਕਾਢ ਕੱਢਣ ਵਾਲੇ ਹੁੰਦੇ ਆ ਜਿਹੜੇ, ਜਿਨ੍ਹਾਂ ਨੇ ਦਵਾਈਆਂ ਕੱਢਣੀਆਂ, ਉਹ ਐ ਬੈਠੇ ਰਹੇ ਰੱਬ ਦੀ ਕਿਰਪਾ, ਰੱਬ ਦੀ ਦਾਤ ਨੂੰ ਆ ਦਿੱਤਾ ਹੋਇਆ ਜਿਹੜਾ, ਇਹਨੂੰ ਖੋਲੀ ਗਏ ਖੋਲਦਿਆਂ ਉਹਨਾਂ ਨੇ ਪੋਲੀਓ ਦੀਆਂ ਬੂੰਦਾਂ ਕੱਢ ਲਈਆਂ। ਤੇ ਹੁਣ ਇਸ ਵੇਲੇ 99% ਇੰਡੀਆ ਵਿੱਚੋਂ ਪੋਲੀਓ ਖਤਮ ਹੋ ਗਿਆ। ਹੁਣ ਦੱਸੋ ਵੀ ਪਿਆਰੇ, ਹੁਣ ਦੱਸੋ ਜਿਹੜੇ ਐਂ ਦੇ ਨੱਕ ਚਾੜ ਕੇ ਕਹਿੰਦੇ ਸੀ ਹਾਏ ਰੱਬਾ ਆਹ ਕੀ ਹੋ ਗਿਆ, ਇਹ ਐਂ ਕਿਉਂ ਪੈਦਾ ਹੋ ਗਿਆ, ਹੁਣ ਦੱਸੋ ਕਸੂਰ ਕਿਹਦਾ ਹੈ, ਕਿਹਦਾ ਕਸੂਰ ਹੈ ਸਾਡਾ। ਅਸੀਂ ਰੱਬ ਦੀ ਦਿੱਤੀ ਦਾਤ ਨੂੰ ਵਰਤਿਆ, ਸਾਨੂੰ ਚੱਜੀ ਨਹੀਂ ਆਈ, ਅਕਲ ਨਹੀਂ ਆਈ। ਕੈਂਸਰ ਦੇ ਜਿਹੜੇ ਰੋਗੀ ਹੈ ਸਾਡੇ ਸਾਹਮਣੇ ਕਿੰਨੀਆਂ ਮਾਵਾਂ ਚਲੀਆਂ ਗਈਆਂ, ਕਿੰਨੀਆਂ ਬੀਬੀਆਂ, ਕਿੰਨੇ ਬੰਦੇ ਮਰ ਗਏ, ਕਈਆਂ ਦੇ ਕੈਂਸਰ ਟ੍ਰੇਨ 'ਚ ਜਾ ਕੇ ਵੇਖੋ, ਤੇ ਐਂ ਕਰੀ ਜਾਂਦੇ ਆਪਾਂ, ਕੈਂਸਰ ਟ੍ਰੇਨ ਦੇ ਵਿੱਚ ਵੜ ਜਾਓ ਤੁਸੀਂ ਸਾਰੇ ਰਾਹ ਜਦੋਂ ਜਾਊ ਬੀਕਾਨੇਰ ਨੂੰ, ਤੇ ਏਦਾਂ ਹੀ ਕਰੀ ਜਾਵਾਂਗੇ ਹਾਏ ਰੱਬਾ ਇੰਨੇ ਮਰੀਜ਼ ਕੈਂਸਰ ਦੇ, ਇੰਨੇ ਆਹ ਕੀ ਹੋ ਗਿਆ। ਤੇ ਤੁਸੀਂ ਵੇਖਿਓ ਜਿਹੜੇ ਲੱਗੇ ਹੋਏ ਨੇ ਕੱਢਣ, ਆਹ ਦਾਤ ਹੈ ਰੱਬ ਦੀ, ਵਰਤ 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 ਕੇ ਵਰਤ ਕੇ ਵਰਤ ਕੇ ਉਹਨਾਂ ਨੇ ਇੱਕ ਦਿਨ ਐਸਾ ਸਿਸਟਮ ਕੱਢ ਲੈਣਾ। ਅਮਰੀਕਾ 'ਚ ਮੈਂ ਕੈਂਸਰ ਹਸਪੀਟਲ ਵਿੱਚ ਗਿਆ ਸੀ ਹੁਣ ਕਿਸੇ ਸਿੰਘ ਦਾ ਪਤਾ ਲੈਣ, ਥੋੜੇ ਦਿਨ ਹੋਏ ਐ ਅਮਰੀਕਾ, ਤੇ ਮੈਨੂੰ ਉੱਥੇ ਡਾਕਟਰ ਜਦੋਂ ਮੈਂ ਜਿਹੜਾ ਮੈਂ ਪਤਾ ਲੈਣ ਗਿਆ ਉੱਥੇ ਮੈਨੂੰ ਡਾਕਟਰ ਮਿਲੇ, ਉਹ ਕਹਿੰਦੇ ਜੀ 2 ਸਾਲ ਲੱਗਣੇ ਆ ਜੀ ਬਸ। ਮੈਂ ਕਿਹਾ ਫਿਰ ਕੀ, ਕਹਿੰਦੇ ਕੈਂਸਰ ਦਾ ਇਲਾਜ ਲੱਭ ਲਿਆ, ਨੇੜੇ ਪਹੁੰਚ ਗਏ, ਬਸ ਲੱਭ ਲੈਣਾ ਤੇ ਆਪਣੇ ਸਾਹਮਣੇ 2-3 ਸਾਲਾਂ ਤੱਕ ਇਹ ਵੀ ਮਿਟ ਜਾਣਾ। ਉਹਨੇ ਕਿਰਪਾ ਕੀਤੀ ਹੋਈ ਹੈ, ਕਸੂਰ ਸਾਡੇ ਵਰਤਣ ਦਾ, ਅਸੀਂ ਵਰਤ ਹੀ ਨਹੀਂ ਸਕੇ, ਐਡੀ ਦਾਤ ਵਿਣ ਗਾਹਕ ਗੁਣ ਵੇਚੀ ਹੈ, ਤੋ ਗੁਣ ਸਹਿਕੋ ਜਾਏ, ਸਿਰੇ ਦੀ ਚੀਜ਼ ਦਿੱਤੀ ਸੀ ਉਹ ਸੜਦੀ ਪਈ ਹੈ ਚਿਖਾ ਦੇ ਉੱਤੇ, ਵਰਤਿਆ ਨਹੀਂ ਇਹਨੂੰ, ਖੋਲਿਆ ਨਹੀਂ। 2 ਭਰਾ ਇੱਕ ਮਾਂ ਦੇ ਢਿੱਡੋਂ ਜੰਮਦੇ ਆ, ਇੱਕ ਇਹਦੇ ਚੋਂ ਡਾਕਟਰੀ ਕੱਢਦਾ ਹੈ ਤੇ ਇੱਕ ਖੇਤ ਇੰਨਾ ਹੀ ਕੱਢਦਾ ਵੀ ਮੱਝ ਦੁੱਧ ਕਿੰਨਾ ਦਿੰਦੀ ਹੈ, ਉਹਨੇ ਹੀ ਕੱਢਿਆ ਬਸ, ਹਿਸਾਬ ਕਿਤਾਬ ਉਹਨੂੰ ਇੰਨਾ ਕੀ ਲੱਗਦਾ, ਇੱਕ ਨੇ ਡਾਕਟਰੀ ਕੱਢੀ ਇਹਦੇ ਚੋਂ ਪਹਿਲਾਂ ਹੀ ਕਰਦਾ। ਇਸ ਟੌਪਿਕ ਤੇ ਆਪਾਂ ਕੱਲ੍ਹ ਗੱਲ ਕਰਾਂਗੇ ਵੀ ਦਿਮਾਗ ਹੈ ਨਾ ਜਿਹੜਾ, ਇਸ ਵਿਸ਼ੇ ਤੇ ਆਪਾਂ ਥੋੜ੍ਹੀ ਜਿਹੀ ਕੱਲ੍ਹ ਗੱਲ ਕਰਾਂਗੇ, ਪਰ ਅੱਜ ਜੋ ਕਰ ਰਹੇ ਉਹਨੂੰ ਸਮਝੋ ਪਿਆਰਿਓ। ਪਰਮਾਤਮਾ ਕਸੂਰਵਾਰ ਹੈ, ਰੱਬ ਕਸੂਰਵਾਰ ਹੈ, ਇਹ ਕਹਿਣਾ ਛੱਡੀਏ, ਕਿਤੇ ਕਸੂਰਵਾਰ ਨਹੀਂ। ਪੋਲੀਓ ਜਿਵੇਂ ਅਸੀਂ ਭਾਰਤ ਚੋਂ ਖਤਮ ਕਰ ਲਿਆ, ਇੱਦਾਂ ਇੱਥੇ ਦਾ ਸਿਸਟਮ ਜੇ ਸੜਕਾਂ ਦਾ ਠੀਕ ਕਰ ਲਓਗੇ ਨਾ, ਤੇ 1 ਸਾਲ ਦੇ ਲੱਖਾਂ ਬੰਦੇ ਮਰਨੋਂ ਬਚਣਗੇ। ਹਰੇਕ ਬੰਦਾ ਜਿਹੜਾ ਐਂ ਖੜਾ ਲਾਸ਼ ਦੇ ਕੋਲੇ ਕਹੀ ਜਾਂਦਾ ਆਹ ਤਾਂ ਜਵਾਨ ਹੀ, ਤੇ ਬੜੇ ਸਾਡੇ ਭੋਲੇ ਲੋਕ ਆ, ਠੱਗ ਬਾਬੇ ਆ, ਗਾਂ ਅੱਗੇ ਠੱਗ ਬਾਬੇ ਨੇ, ਉਹ ਇਦਾਂ ਦਾ ਵੀ ਇਹਦੀ ਤੇ ਆਈ ਨਹੀਂ ਸੀ ਅਜੇ, ਜਵਾਨ ਮੌਤ ਹੋ ਜੇ ਆਮ ਹੀ ਪਿੰਡਾਂ 'ਚ ਗੱਲਾਂ ਚੱਲ ਪੈਂਦੀਆਂ ਵੀ ਇਹਦੀ ਤੇ ਅਜੇ ਆਈ ਨਹੀਂ ਸੀ, ਪਰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਆ ਭਾਈ, ਆਪਾਂ ਐਕਸੀਡੈਂਟ ਹੋਣਗੇ, ਆਹ ਜਿਹੜਾ ਚੜਿਆ ਹੋਇਆ ਨਾ ਇਹ ਸਾਡਾ ਕਸੂਰ ਹੈ, ਜਿੰਨੇ ਐਕਸੀਡੈਂਟ ਹੋਣਗੇ, ਜਿੰਨੇ ਲੋਕ ਮਰਨਗੇ, ਜੋ ਹੋਏਗਾ ਇੱਥੇ ਅਸੀਂ ਦੋਸ਼ੀ। ਅਸੀਂ ਮਤਲਬ ਆਪਾਂ ਇੱਕ ਪਰਿਵਾਰ ਵਾਂਗੂ ਸੋਚੀਏ ਹੀ ਨਹੀਂ, ਨਾ ਸਰਕਾਰਾਂ, ਕਿਉਂਕਿ ਸਰਕਾਰੀ ਉਹ ਜਿਹੜੇ MLA ਨੇ ਉਹ ਤਾਂ ਸਾਡੇ ਟੱਬਰਾਂ ਚੋਂ ਗਏ ਨੇ, ਉਹ ਕਿੱਥੋਂ ਆਏ, ਉਹ ਕਿਤੋਂ ਉੱਤੋਂ ਡਿੱਗੇ ਆ, ਉਹ ਸਾਡੇ ਵਾਲਿਆਂ ਚੋਂ ਸਾਡੇ ਹੀ ਬੱਚੇ ਨੇ ਉਹ,
ਸਾਡੇ ਪਿੰਡਾਂ ਦੇ ਹੀ ਨੇ, ਹੋਰ ਕਿੱਥੋਂ ਦੇ ਨੇ? ਐਮ ਐਲ ਏ ਵੀ ਸਾਡੇ ਵਰਗੇ ਹੀ ਹੈ, ਆਮ ਬੰਦਾ ਹੀ ਹੌਲੀ ਹੌਲੀ ਐਮ ਐਲ ਏ ਬਣਿਆ, ਸਰਪੰਚ ਬਣ ਗਿਆ, ਐਮ ਐਲ ਏ ਬਣ ਗਿਆ, ਤੇ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਅੱਜ ਬਣੇ ਹੋਏ ਨੇ ਜਾਂ ਪਹਿਲਾਂ ਮੁੱਖ ਮੰਤਰੀ ਸਨ, ਇਹ ਵੀ ਪਿੰਡਾਂ ਦੇ ਸਾਡੇ ਵਰਗੀ ਸੋਚ ਵਾਲੇ ਹੀ ਹੈ। ਤੇ ਜੇ ਇਹ ਸੋਚ ਵਿੱਚ ਗੁਰੂ ਦਾ ਗਿਆਨ ਬੈਠਾ ਹੁੰਦਾ, ਸਤਿਗੁਰੂ ਦੀ ਵਿਚਾਰਧਾਰਾ ਸਾਡੀ ਸੋਚ ਵਿੱਚ ਬੈਠੀ ਹੁੰਦੀ, ਆ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਦਿੱਤੇ ਹੈ ਇਹਨਾਂ ਦੇ ਪ੍ਰਤੀ ਅਸੀਂ ਸੁਹਿਰਦ ਹੁੰਦੇ, ਸੰਸੀਅਰ ਹੁੰਦੇ, ਅਸੀਂ ਇਹ ਗੱਲਾਂ ਲਾਗੂ ਆਪਣੀ ਜ਼ਿੰਦਗੀ ਵਿੱਚ ਕੀਤੀਆਂ ਹੁੰਦੀਆਂ ਤੇ ਅੱਜ ਤਾਂ ਨਕਸ਼ਾ ਹੀ ਹੋਰ ਹੋਣਾ ਸੀ, ਰੱਬ ਦਾ ਕਸੂਰ ਕਿੱਥੇ ਆ ਗਿਆ? ਇਸੇ ਕਰਕੇ ਦੱਦਾ ਦੋਸ਼ ਨਾ ਲੁਪੜ ਦਿਓ ਕਿਸੈ, ਦੋਸ਼ ਕਰਮਾ ਆਪਣੇ ਆਪਣੇ। ਦੱਦੇ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇੱਕ ਹੋਰ ਗੱਲ ਕਹਿ ਦਿਆਂ, ਇੱਕ ਹੋਰ ਗੱਲ ਕਵਾਂ, ਧਿਆਨ ਨਾਲ ਸੁਣ, ਕਿੰਨੀ ਜਿਉਣੀ ਹੈ ਤੇ ਕਿੱਦਾਂ ਦੀ ਜਿਉਣੀ ਹੈ? ਮਾਫ ਕਰਨਾ ਇਹ ਸਟੇਟਮੈਂਟ ਨੂੰ, ਇਹਨਾਂ ਨੇ ਅਰਥ ਤੇ ਤਾਂ ਗਲਤ ਕੱਢ ਲੈਣਾ, ਮੈਨੂੰ ਪਤਾ ਜਦੋਂ ਇਦਾਂ ਦੀ ਗੱਲ ਕਰੀਏ ਕਦੀ, ਮੈਂ ਕਹੀ ਨਹੀਂ ਕਦੇ ਅੱਜ ਤੱਕ। ਕਿੰਨੀ ਜਿਉਣੀ ਹੈ ਤੇ ਕਿੱਦਾਂ ਦੀ ਜਿਉਣੀ ਹੈ? ਇਹ ਫਾਰਮ ਦਾ ਜਿਹੜਾ ਖਾਨਾ ਹੈ ਨਾ, ਇਹ ਵੀ ਤੂੰ ਭਰਨਾ। ਬੜਾ ਵੱਡਾ ਸਵਾਲ ਹੈ, ਕਿੰਨੀ ਜਿਉਣੀ ਹੈ? ਕਿੰਨੀ? 80, 50, 100, 150? ਇਹ ਵੀ ਬੜਾ ਵੱਡਾ ਸਵਾਲ। ਵੇਖੋ, ਇੱਕ ਵਾਰ ਮੈਂ ਐਤਵਾਰ ਦਾ ਪ੍ਰੋਗਰਾਮ ਕਰਕੇ ਨਾ ਗੁਰੂ ਸਾਹਿਬ ਨੂੰ ਚੌਰ ਕਰਦਾ ਸੀ ਤੇ ਹੁਕਮਨਾਮੇ ਵਾਲਿਆਂ ਨੇ ਹੁਕਮਨਾਮਾ ਲਿਆ। ਇਹ ਸ਼ਬਦ ਵਿੱਚ ਇੱਕ ਪੰਕਤੀ ਆਈ, ਲੋ ਸੁਣੋ ਇੱਕ ਵਾਰ ਸ਼ਬਦ ਸੁਣੋ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਬਵੇਕੇ। ਮੈਨੂੰ ਅਕਲ ਦੇ ਮੇਰੇ ਯਾਰ, ਅਕਲ ਦੇ। ਹੁਣ ਇਹ ਤੂੰ ਅਗਲੀਆਂ ਪੰਕਤੀਆਂ ਸੁਣਿਓ, ਜਰਾ ਪੜੋ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੈਂ ਬੜਾ ਕੁਝ ਕਰਕੇ ਵੇਖਿਆ, ਪਾਠ ਵੀ ਪੜੇ, ਵੇਦਾਂ ਦੀ ਵਿਚਾਰ ਵੀ ਕੀਤੀ, ਜੋਗੀਆਂ ਵਾਂਗੂ ਜਿਹੜੀ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੀ ਕੁੰਡਲੀ ਨੀ, ਉਹਨੂੰ ਵੀ ਮੈਂ ਖੋਲ ਲਿਆ। ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਵਾਧੇ, ਮੇਰੇ ਜਿਹੜੇ ਪੰਜ ਵਕਾਰ ਆ ਉਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ, ਮੈਂ ਸਗੋਂ ਹੰਕਾਰੀ ਹੋ ਗਿਆ ਵੀ ਮੇਰੇ ਵਰਗਾ ਪਾਠ ਨਹੀਂ ਕੋਈ ਕਰ ਸਕਦਾ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੈਨੂੰ ਸਗੋਂ ਹੰਕਾਰ ਵੱਧ ਗਿਆ, ਮੇਰਿਆ ਮਾਰਕਾ ਮੈਨੂੰ ਅਕਲ ਦੇ। ਮੈਂ ਸਾਰੇ ਕੰਮ ਕਰਕੇ ਵੇਖਿਆ ਧਰਮ ਵਾਲੇ ਕਿਹੜੇ ਕਿਹੜੇ, ਆ ਫਟਾਫਟ ਸੁਣੋ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿੰਦਾ ਛੁਟਕੈ ਨਾਹੀ। ਬੜੇ ਤੀਰਥਾਂ ਤੇ ਗਿਆ ਪਰ ਮੇਰੀ ਦੁਚਿੱਤੀ ਖਤਮ ਨਹੀਂ ਹੋਈ, ਤੀਰਥਾਂ ਤੇ ਵੀ ਫਿਰ ਫੁਰ ਕੇ ਵੇਖ ਲਿਆ, ਗੱਲ ਨਹੀਂ ਬਣੀ। ਅੱਗੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਹਾਏ। ਮਨ ਇੱਛਤ ਤੀਰਥ ਉੱਤੇ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਵੀ ਚਰਵਾ ਲਿਆ। ਕਈ ਬੰਦੇ ਆਰੇ ਨਾਲ ਵੀ ਚਰਵਾ ਲੈਂਦੇ ਐ, ਫਿਰ ਵੀ ਗੱਲ ਨਹੀਂ ਬਣੀ। ਹਾਂਜੀ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮੇਰੇ ਮਨ ਦੀ ਮੈਲ ਨਹੀਂ ਲੱਥੀ, ਸਭ ਕੁਛ ਕਰਕੇ ਵੇਖ ਲਿਆ। ਹਾਂਜੀ, ਕਨਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ। ਸੋਨਾ ਦਾਨ ਕੀਤਾ, ਹਾਥੀ ਦਾਨ ਕੀਤੇ, ਘੋੜੇ ਦਾਨ ਕੀਤੇ, ਇਸਤਰੀ ਤੱਕ ਵੀ ਕਾਮਨੀ ਵੀ ਦਾਨ ਕਰਦੀ। ਹਾਂਜੀ, ਅਨ ਬਸਤਰ ਭੂਮ ਬਹੁ ਅਰਪੇ,
ਨਹ ਮਿਲੀਐ ਹਰ ਦੁਆਰਾ। ਵਸਤਰ ਵੀ ਦਾਨ ਕੀਤੇ, ਅੰਨ ਵੀ ਦਾਨ ਕੀਤਾ, ਧਰਤੀ ਵੀ ਜ਼ਮੀਨਾਂ ਵੀ ਦਾਨ ਕਰਕੇ ਵੇਖ ਲਈਆਂ। ਮੰਦਰਾਂ ਗੁਰਦੁਆਰੇ ਲੋਕੀ ਜ਼ਮੀਨਾਂ ਵੀ ਦਾਨ ਕਰਦੇ, ਕਹਿੰਦੇ ਵੀ ਕਰਕੇ ਵੇਖ ਲਿਆ। ਹਾਂਜੀ, ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾ ਰਤ ਰਹਿਤਾ। ਜਿਹੜੇ ਪਾਂਡੇ ਕਈ ਤਰ੍ਹਾਂ ਦੇ ਕਰਮ ਕਰਾਉਂਦੇ ਐ, ਉਹ ਵੀ ਮੈਂ ਸਾਰੇ ਜਿਹੜੇ ਜਿੰਨੇ ਵੀ ਉਹਨਾਂ ਦੇ ਕਰਮ ਕਰਨ ਵਾਲੇ ਹੁੰਦੇ ਐ, ਪੂਜਾ ਕਰੋ, ਡੰਡੋਤ ਕਰੋ, ਆਹ ਏਦਾਂ ਵੱਖਰੇ ਵੱਖਰੇ ਹੁੰਦੇ ਐ, ਵੀ ਸਾਰਾ ਕੁਝ ਕਰਕੇ ਵੇਖ ਲਿਆ ਤਾਂ ਵੀ ਗੱਲ ਨਹੀਂ ਬਣੀ। ਹਾਂਜੀ, ਹਾਂ ਹਾਂ ਕਰਤ ਬੰਦਨ ਮੈਂ ਭਰਿਆ ਨਹਿ ਮਿਲੀਐ ਇਹ ਜੁਗਤਾ। ਮੈਂ ਸਾਰੇ ਮੈਥਡ ਤਰੀਕੇ ਵਰਤ ਕੇ ਵੇਖ ਲਏ, ਪਰ ਇਹਨਾਂ ਤਰੀਕਿਆਂ ਨਾਲ, ਇਹਨਾਂ ਜੁਗਤਾਂ ਦੇ ਨਾਲ ਮੇਰੀ ਤੇ ਕਿਰਪਾ ਨਹੀਂ ਹੋਈ। ਮੈਨੂੰ ਤੇ ਅਕਲ ਦੇ, ਵਿਵੇਕ ਦੇ, ਸਮਝ ਦੇ, ਹੋਰ ਮੈਂ ਕੀ ਕਰਕੇ ਵੇਖਿਆ। ਹੁਣ ਧਿਆਨ ਨਾਲ ਸੁਣਿਓ, ਇੱਥੇ ਲਿਆਉਣਾ ਚਾਹੁੰਦਾ ਮੈਂ। ਜੋਗ ਸਿੱਧ ਆਸਣ 84 ਇਹ ਭੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਇੱਥੇ ਰੁਕੋ, ਇੱਥੇ ਰੁਕੋ। ਵੱਡੀ ਆਰਜਾ ਬੋਲੋ ਅੱਗੇ, ਫਿਰ ਫਿਰ ਜਨਮ। ਮੈਂ ਜੋਗੀਆਂ ਵਾਲੇ 84 ਆਸਣ ਨੇ ਜੋਗੀਆਂ ਵਿੱਚ ਜਿਹੜੇ ਉਹ ਕਰਦੇ ਐ, ਮੈਂ ਸਾਰੇ 84 ਆਸਣ ਕਰ ਕਰਕੇ ਵੇਖ ਲਏ, ਤੇ ਮੈਂ ਵੱਡੀ ਉਮਰ ਕਰਕੇ ਵੇਖ ਲਈ, ਉਮਰ ਮੈਂ ਵਧਾ ਕੇ ਵੇਖ ਲਈ। ਹੁਣ ਇਹਦੇ ਚ ਕੋਈ ਸ਼ੱਕ ਨਹੀਂ ਕਿ ਸਾਡੇ ਭਾਰਤ ਦੇ ਵਿੱਚ ਬਦਰੀਨਾਥ ਦੇ ਇਲਾਕੇ ਤੇ ਚੱਲ ਜਾਓ, ਸ਼ਾਇਦ ਅੱਜ ਵੀ ਜੇ ਲੱਭੋ ਤੇ ਹੋ ਸਕਦਾ ਤੁਹਾਨੂੰ ਕੋਈ 150 ਸਾਲ ਦਾ, ਪੌਣੇ 200 ਸਾਲ ਦਾ ਜੋਗੀ ਲੱਭੇ। ਜਿਹੜੇ ਬੈਠੇ ਐ, ਆਹਾਰ ਬਹੁਤ ਘੱਟ ਖਾਂਦੇ ਐ, ਬਹੁਤ ਜੜੀਆਂ ਬੂਟੀਆਂ ਖਾ ਕੇ ਉਹਨਾਂ ਨੇ ਐ ਸਰੀਰ ਰੱਖੇ ਐ, ਹੋ ਸਕਦਾ ਹੈ ਕੋਈ ਲੰਬੇ। ਇਹ ਆਪਾਂ ਸੁਣੀ ਗੱਲ ਐ, ਮੈਂ ਚੌਰ ਕਰਦੇ ਤੇ ਮੇਰੇ ਦਿਮਾਗ 'ਚ ਆਈ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਐ ਵੀ ਇਹਦਾ ਮਤਲਬ ਕੋਈ ਉਮਰ ਵੱਡੀ ਕਰ ਸਕਦਾ, ਆਪਣੀ ਉਮਰ ਵੱਡੀ ਕੋਈ ਕਰ ਸਕਦਾ, ਹੋ ਜਾਂਦੀ ਹੈ ਭਲਾ ਉਮਰ ਵੱਡੀ, ਇਦਾਂ ਦਾ ਕੁਐਸਚਨ ਖੜਾ ਹੋਇਆ। ਤੇ ਮੈਂ ਕੁਦਰਤੀ ਅਗਲੇ ਦਿਨ ਦੀ ਗੱਲ ਐ, ਮੈਂ ਬਾਹਰ ਜਾਣਾ ਸੀ, ਏਅਰਪੋਰਟ ਤੇ ਬੈਠਿਆਂ ਇੱਕ ਨਿਊਜ਼ ਜਿਹੜੀ ਆਈ, ਜਿਹੜੀ ਨਿਊਜ਼ ਫੋਨ ਦੇ ਵਿੱਚ ਮੈਂ ਵੇਖੀ, ਉਹਦੇ ਵਿੱਚ ਇਹ ਨਿਊਜ਼ ਆਈ ਵੀ ਇੱਕ ਕੰਟਰੀ ਬਹੁਤ ਛੋਟੀ ਜੀ ਇਦਾਂ ਦੀ ਹੈ ਜਿੱਥੇ 150 ਸਾਲ, ਧਿਆਨ ਨਾਲ ਸੁਣਿਓ ਪਿਆਰੇ, 150 ਸਾਲ ਦੀ ਉਮਰ ਆਮ ਲੋਕ ਭੋਗਦੇ ਆ। ਆਮ ਲੋਕਾਂ ਦੀ ਉਮਰ 150 ਸਾਲ ਤੱਕ ਜਾਂਦੀ ਹੈ, 140, 150। ਇਹ ਹੁਣ ਖਬਰ ਜਦੋਂ ਨੈੱਟ ਤੇ ਪੜੀ ਤੇ ਉਹਦੇ 'ਚ ਲਿਖਿਆ ਵੀ 70 ਸਾਲ ਤੱਕ ਬੰਦਾ ਜਵਾਨ ਰਹਿੰਦਾ ਉੱਥੋਂ ਦਾ, 70 ਸਾਲ ਤੱਕ ਜਵਾਨ ਦਿਸਦਾ, ਬਿਲਕੁਲ ਜਵਾਨ, ਜਿਵੇਂ ਸਾਡਾ 25 ਸਾਲ ਦਾ ਨੌਜਵਾਨ ਦਿਸਦਾ, ਉੱਥੇ 70 ਵਾਲਾ ਦਿਸਦਾ ਹੈ। ਉਹ ਚੀਨੇ ਨੇ, ਛੋਟੀ ਜੀ ਕੰਟਰੀ ਹੈ, ਤੇ ਥੱਲੇ ਲਿਖਿਆ ਸੀ ਇਹਦਾ ਕਾਰਨ ਪਤਾ ਕੀ ਹੈ, ਇਹ ਸਾਰੇ ਦੇ ਸਾਰੇ ਇੱਕ ਇੱਕ ਚੀਜ਼ ਖਾਣ ਵਾਲੀ ਵੱਲ, ਆਕਸੀਜਨ ਵੱਲ, ਮਾਹੌਲ ਵੱਲ ਖਿਆਲ ਰੱਖਦੇ ਆ, ਕੱਲੀ ਕੱਲੀ ਚੀਜ਼ ਦਾ ਇਹ ਬੰਦੇ ਖਿਆਲ ਰੱਖਦੇ ਆ। ਉੱਥੇ ਫਿਰ ਮੇਰੇ ਮਨ ਵਿੱਚ ਆਇਆ ਵੀ ਕੀ ਰੱਬ ਦੀ ਇਹਨਾਂ ਲੋਕਾਂ ਤੇ ਕੁਛ ਜ਼ਿਆਦਾ ਕਿਰਪਾ, ਬਾਕੀਆਂ ਤੇ ਘੱਟ ਹੈ। ਆਖੋ ਸਤਨਾਮ, ਨਹੀਂ ਉਹਦੀ ਕਿਰਪਾ ਸਭ ਤੇ ਹੀ ਹੁੰਦੀ। ਜਿਹੜੀ ਵੱਡੀ ਆਰਜਾ ਦੀ ਗੱਲ ਹੈ ਨਾ, ਹਰੇਕ ਚੀਜ਼ ਡਾਈਟ ਦਾ ਕੰਟਰੋਲ ਕਰਕੇ, ਇੱਥੇ ਤੁਸੀਂ ਕਈ ਬੰਦੇ ਵੇਖੋ, ਆ ਇੱਕ ਬਜ਼ੁਰਗ ਬੇਬੇ ਜਿਹੜੀ ਉਹ ਭੱਜਦੇ ਨੇ, ਉਹ ਨਾਂ ਗਿਆਨ ਕੌਰ ਪਤਾ ਨਹੀਂ ਇਦਾਂ ਦਾ ਨਾਮ ਹੈ ਬੀਬੀ ਦਾ, ਜੇ ਪਿੱਛੇ ਜੇ ਬੜੇ ਥਾਵਾਂ ਉੱਤੇ ਮਾਤਾ ਬਜ਼ੁਰਗ ਮੈਨੂੰ ਮਿਲੇ ਹੈ, ਤੇ 100 ਸਾਲ ਤੋਂ ਉੱਪਰ ਦੀ ਉਮਰ ਹੈ, ਅਜੇ ਵੀ ਭੱਜਦੀ ਹੈ ਹਰੇਕ ਚੀਜ਼। ਹੁਣ ਜਿਹੜੇ ਪੁਰਾਣੇ ਲੋਕ ਨੇ, ਹੱਡ ਕਿੱਡੇ ਡਾਢੇ ਆ, ਕਈ ਬੀਬੀਆਂ ਇੰਨਾ ਕੰਮ ਕਰਦੀਆਂ, ਮਿਹਨਤ ਕਰਦੀਆਂ, 20 ਬੰਦਿਆਂ ਦੀ ਰੋਟੀ ਪਿੰਡ 'ਚ ਪਕਾ ਦਿੰਦੀਆਂ, ਇੰਨਾ ਕੰਮ ਕੀਤਾ ਸਰੀਰ ਦਾ, ਜਿਹੜੇ ਬੰਦਿਆਂ ਨੇ ਖਿਆਲ ਰੱਖਿਆ। ਅੱਜ ਵੇਖੋ ਬੰਦੇ 80 ਸਾਲ ਦੇ, 90 ਸਾਲ ਦੇ ਲੱਗਦੇ ਨੇ ਵੀ 90 ਸਾਲ ਦਾ ਬੰਦਾ, ਆ 100 ਸਾਲ ਦਾ ਬੰਦਾ,
ਮੇਰੇ ਕਹਿਣ ਦਾ ਭਾਵ ਇਹ ਹੈ ਬਈ ਪਰਮਾਤਮਾ ਨੇ ਤੈਨੂੰ ਦਾਤ ਦਿੱਤੀ। ਹੁਣ ਸਵਾਲ ਖੜਾ ਪਤਾ ਕਦੋਂ ਹੁੰਦਾ ਹੈ, ਜਦੋਂ ਇਦਾਂ ਪੰਗਤੀ ਆਉਣੀ ਹੈ ਨਾ ਵੀ ਜਿਹਾ ਚੀਰੀ ਲਿਖਿਆ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਵੀ ਰੱਬ ਜਦੋਂ ਸੱਦਦਾ ਹੈ ਤੇ ਬੰਦੇ ਨੂੰ ਜਾਣਾ ਪੈਂਦਾ, ਜਦੋਂ ਭੇਜਿਆ ਉਦੋਂ ਆਉਂਦਾ। ਇਦਾਂ ਹੀ ਕਹਿਣਾ ਵੀ ਪਰਮਾਤਮਾ ਬੰਦਾ ਮਾਰਦਾ ਫਿਰ ਇਹਦਾ ਮਤਲਬ ਤੇ ਰੱਬ ਮਾਰਦਾ। ਤੁਸੀਂ ਕਹੀ ਜਾਂਦੇ ਹੋ ਵੀ ਸਾਡਾ ਸਿਸਟਮ ਮਾੜਾ, ਸਾਡਾ ਸਿਸਟਮ ਮਾਰਦਾ, ਫਰਕ ਪੈ ਗਿਆ ਨਾ ਦੋਨੇ ਗੱਲਾਂ 'ਚ। ਤੁਸੀਂ ਕਹਿੰਦੇ ਹੋ ਕਿ ਬੰਦਾ ਜੇ ਮਰਦਾ ਹੈ ਤੇ ਸਿਸਟਮ ਗਲਤ ਹੈ, ਸੜਕ ਤੇ ਬੰਦੇ ਮਰ ਰਹੇ ਨੇ ਤੇ ਸਿਸਟਮ ਮਾੜਾ ਹੈ, ਉੱਥੇ ਸਿਸਟਮ ਸਹੀ ਹੈ ਉੱਥੇ ਨਹੀਂ ਮਰਦੇ। ਇਹਦਾ ਮਤਲਬ ਅਸੀਂ ਸਿਸਟਮ ਮਾਰਦਾ, ਸਿਸਟਮ ਅਸੀਂ ਬਣਾਉਣਾ, ਦੋਸ਼ੀ ਅਸੀਂ ਹਾਂ। ਜੇ ਕਹੀਏ ਵੀ ਰੱਬ ਮਾਰਦਾ ਹੈ ਫਿਰ ਦੋਸ਼ੀ ਕੌਣ ਹੈ? ਫਿਰ ਰੱਬ ਹੈ। ਧਿਆਨ ਨਾਲ ਮੇਰੀ ਗੱਲ ਨੂੰ ਸਮਝਣ ਦੀ ਖੇਚਲ ਕਰਿਓ। ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਪਰਮਾਤਮਾ ਦੇ ਤੇ ਨਿਯਮ ਬਣਾਏ ਹੋਏ ਹੈ, ਜਿਹੜਾ ਰੱਬ ਦਾ ਫੈਸਲਾ ਹੈ ਨਾ, ਰੱਬ ਦਾ ਚੱਲਦਾ ਉਹਦਾ ਹੀ ਹੈ, ਉਹ ਸੱਦਦਾ ਹੈ। ਪਰ ਤੇਰੀ ਕਾਰਗੁਜ਼ਾਰੀ ਵੇਖ ਕੇ ਆਖੋ ਸਤਨਾਮ। ਜਿਵੇਂ ਹੁਣ ਮੰਨ ਲਓ, ਧਿਆਨ ਨਾਲ ਸੁਣੋ, ਹੁਣ ਤੁਸੀਂ ਕਿਸੇ ਬੰਦੇ ਨੂੰ ਆਪਾਂ ਐਂ ਕਹਿ ਦਈਏ ਵੀ ਜਾ ਲੰਗਰ ਵਰਤਾ, ਆਪਾਂ ਇੱਥੇ ਬੈਠਿਆਂ ਨੇ ਐਂ ਡਿਊਟੀ ਲੱਗ ਗਈ ਵੀ ਜਾ ਭਾਈ ਤੂੰ ਵੀ ਲੰਗਰ ਵਰਤਾ ਤੇ ਤੂੰ ਵੀ ਚੱਲ। ਦੋ ਜਣੇ ਚਲੇ ਗਏ, ਇੱਕ ਬੰਦਾ ਉਹ ਹੈ ਜਿਹੜਾ ਐਂ ਡਿਊਟੀ ਕਰ ਰਿਹਾ, ਇੱਕ ਉਹ ਹੈ ਜਿਹੜਾ ਜਮਾਂ ਹੀ ਢਿੱਲੜ ਹੈ, ਉਹਨੇ ਡਿਊਟੀ ਕੀਤੀ ਨਹੀਂ ਚੱਜ ਦੀ। ਫਿਰ ਆਪਾਂ ਕੀ ਵੇਖਿਆ? ਪਹਿਲਾਂ ਵੇਖਿਆ ਵੀ ਇਹਦੇ ਨਿਕੰਮਾ ਹੈ ਤੇ ਸਹੀ ਕਰ ਹੀ ਨਹੀਂ ਰਿਹਾ, ਆਪਾਂ ਉਹਨੂੰ ਸੱਦ ਲਿਆ। ਪਰ ਉਹਦੀ ਕਰਤੂਤ ਵੇਖ ਕੇ ਆਖੋ ਸਤਨਾਮ, ਉਹਦੀ ਕਰਤੂਤ ਵੇਖ ਕੇ ਸੱਦਿਆ। ਤੇ ਜੇ ਬੰਦਾ ਸਹੀ ਡਿਊਟੀ ਕਰਦਾ ਰਹਿੰਦਾ, ਆਪਾਂ ਕਹਿੰਦੇ ਕਰੀ ਜਾਣ ਦਿਓ, ਹੋਰ ਕਰ ਲੈਣ ਦਿਓ, ਹੋਰ ਕਰ ਲੈਣ ਦਿਓ। ਪਰ ਵੇਖਿਓ ਪਿਆਰਿਓ, ਸਾਈਨ ਰੱਬ ਦੇ ਨੇ, ਸਾਈਨ ਮਤਲਬ ਨਿਯਮ, ਪਰਮਾਤਮਾ ਦੇ ਨਿਯਮ ਉਵੇਂ ਹੀ ਕੰਮ ਕਰਦੇ ਐ, ਉਵੇਂ ਹੀ ਜੋ ਤੂੰ ਚਾਹੁੰਦਾ ਹੈ ਉਹਨੇ ਓਕੇ ਕਰ ਦੇਣਾ। ਤੂੰ ਕਹਿ ਮੈਂ ਤੇ, ਜੇ ਹੁਣ ਤੂੰ ਐਂ ਕਹੇ ਵੀ ਮੈਂ ਤੇ ਖਾਈ ਜਾਣਾ ਤੇ ਢਿੱਡ ਵਧਾਈ ਜਾਣਾ, ਉਹਨੇ ਕਹਿਣਾ ਸਾਈਨ ਕਰ ਦੇਣੇ ਨੇ ਵੀ ਓਕੇ ਵਧਾਈ ਚੱਲ। ਤੂੰ ਕਹਿ ਮੈਂ ਤੇ ਜਿਮ ਕਰੂੰਗਾ ਤੇ ਡਾਈਟ ਕੰਟਰੋਲ ਰੱਖੂੰਗਾ, ਖਾਣ ਪੀਣ ਦਾ ਖਿਆਲ ਰੱਖੂੰਗਾ, ਸਰੀਰ ਫਿੱਟ ਕਰ ਲੈਣਾ, ਮੈਂ ਤੇ ਸਿਕਸ ਪੈਕ ਬਣਾਉਣੇ ਨੇ, ਉਹਨੇ ਕਹਿਣਾ ਚੱਲ ਓਕੇ। ਨਿਯਮ ਤੇਰੀ ਮਦਦ ਕਰਨਗੇ, ਰੱਬ ਤੇਰੇ ਨਾਲ ਖੜਾ ਹੈ, ਜੋ ਮਰਜ਼ੀ ਫੈਸਲਾ ਕਰ ਲਈ ਉਹਨੇ ਸਾਈਨ ਕਰਨੇ ਹੀ ਕਰਨੇ ਨੇ। ਆਖੋ ਸਤਨਾਮ, ਉਹਨੇ ਸਾਈਨ ਕਰਨਾ। ਧਿਆਨ ਨਾਲ ਪਕੜਿਓ ਗੱਲ ਪੂਰੀ, ਪਰਮਾਤਮਾ ਤੁਹਾਨੂੰ ਸੱਦਦਾ ਹੈ ਪਰ ਤੁਹਾਡੀਆਂ ਕਾਰਗੁਜ਼ਾਰੀਆਂ ਵੇਖ ਕੇ, ਪਹਿਲਾਂ ਸਾਡੀ ਕਰਤੂਤ ਵੇਖਦਾ ਹੈ। ਜਦੋਂ ਅਸੀਂ ਲੀਵਰ ਖਰਾਬ ਕਰ ਲਿਆ ਸ਼ਰਾਬਾਂ ਪੀ ਪੀ ਕੇ, ਆ ਜਾ ਫਿਰ ਭਾਈ, ਆ ਜਾ ਜਦੋਂ ਖਰਾਬ ਕਰ ਲਿਆ ਆ ਜਾ, ਸੜਕਾਂ ਖਰਾਬ ਨੇ, ਬੰਦੇ ਮਰਨਗੇ, ਸਿਸਟਮ ਅਸੀਂ ਇਦਾਂ ਦਾ ਬਣਾਇਆ, ਕਹਿੰਦੇ ਤੁਰੇ ਆਓ ਬਸ ਲੱਖਾਂ ਹੀ ਆ ਜਾਓ ਇੱਕ ਸਾਲ 'ਚ, ਤੁਰੇ ਆਓ, ਉਹਦਾ ਵੀ ਫਿਰ ਇਹੀ ਹੁਕਮ ਕੰਮ ਕਰਦਾ। ਸਾਡੀ ਕਰਤੂਤ ਵੇਖ ਰਿਹਾ ਤੂੰ ਕੀ ਚਾਹੁੰਦਾ ਹੈ, ਉਹ ਤੈਨੂੰ ਵੇਖਣਾ ਚਾਹੁੰਦਾ, ਤੂੰ ਮਰਨਾ ਛੇਤੀ, ਤੂੰ ਨਹੀਂ ਡਾਈਟ ਦਾ ਕੰਟਰੋਲ ਰੱਖ ਸਕਦਾ, ਤੂੰ ਖਾਣ ਪੀਣ ਦਾ ਤੇਰਾ ਕੋਈ ਧਿਆਨ ਨਹੀਂ, ਤੂੰ ਨਹੀਂ ਰੱਖਣਾ ਚਾਹੁੰਦਾ ਤੇ ਨਾ ਰੱਖ ਭਾਈ, ਆ ਜਾ ਫਿਰ। ਨਿਯਮ ਨੇ ਜਿਹੜੇ ਉਹ ਤੇਰੇ ਸਰੀਰ ਨੂੰ ਖਤਮ ਕਰ ਦੇਣਗੇ, ਰੱਬ ਦੇ ਨਿਯਮ ਉਹ ਤੇਰੇ ਸਰੀਰ ਨੂੰ ਖਤਮ ਕਰਨਗੇ। ਨਿਯਮਾਂ ਦੇ ਮੁਤਾਬਕ ਜਦੋਂ ਤੂੰ ਜ਼ਹਿਰ ਪੀਏਗਾ ਤੇ ਜ਼ਹਿਰ ਨੇ ਆਪਣਾ ਅਸਰ ਵਿਖਾਣਾ, ਤੇ ਜਦੋਂ ਨਿਯਮਾਂ ਨੂੰ ਸਮਝ ਕੇ ਤੂੰ ਆਪਣੇ ਸਰੀਰ ਨੂੰ ਫਿੱਟ ਰੱਖੇਗਾ, ਭੱਜੇਗਾ, ਦੌੜੇਗਾ, ਮਿਹਨਤ ਕਰੇਗਾ ਤੇ ਜਿੰਨਾ ਚਿਰ ਮਰਜ਼ੀ ਰਹਿ ਲੈ। ਇਹ ਨਹੀਂ ਰੱਬ ਦੀ ਉਹਦੇ ਤੇ ਜ਼ਿਆਦਾ ਕਿਰਪਾ ਹੈ, ਉਹਦੇ ਤੇ ਘੱਟ ਕਿਰਪਾ ਹੈ, ਇਹ ਹੁਣ ਤੂੰ ਵੇਖਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਅਸੀਂ ਵੇਖਣਾ। ਫਿਰ ਇਹਦੇ ਵਿੱਚ ਗੱਲ, ਅਗਲਾ ਸਵਾਲ ਇਦਾਂ ਦਾ ਵੀ ਖੜਾ ਹੋ ਜਾਂਦਾ ਹੈ ਵੀ ਉਹ ਤੇ ਬੰਦਾ ਸਿਹਤ ਦਾ ਬਹੁਤ ਖਿਆਲ ਰੱਖਦਾ ਸੀ, ਉਹ ਕਿਵੇਂ ਮਰ ਗਿਆ?
ਮੰਨ ਲੋ ਕਈ ਤਰ੍ਹਾਂ ਦੀਆਂ ਹੁਣ ਗੱਲ ਚੋ ਤੇ ਗੱਲ ਜਿੰਨੀਆਂ ਮਰਜ਼ੀ ਕੱਢੀ ਜਾਓ ਅੱਗੇ ਤੁਸੀਂ ਵੀ ਇਦਾਂ ਕਿਵੇਂ ਹੋ ਸਕਦਾ ਪਿਆਰਿਓ ਉਹਦਾ ਕਾਰਨ ਇਹ ਹੈ ਵੀ ਜਿਵੇਂ ਹੁਣ ਮੰਨ ਲਓ ਆ ਧੂੰਏ ਦੇ ਵਿੱਚ ਬੰਦਾ ਮਰ ਗਿਆ ਕੋਈ ਇਹਦੇ ਤੋਂ ਸਾਹ ਦੀ ਪ੍ਰੋਬਲਮ ਹੋ ਜੇ ਇਹ ਫਿਰ ਅਸੀਂ ਇੱਕ ਪਰਿਵਾਰ ਵਾਂਗੂ ਸਿਸਟਮ ਨਹੀਂ ਬਦਲਿਆ ਸਾਰੇ ਦਾ ਸਾਰਾ ਸਿਸਟਮ ਨਹੀਂ ਬਦਲਿਆ ਕੱਲਾ ਆਪਣੇ ਸਰੀਰ ਦਾ ਹੀ ਖਿਆਲ ਨਹੀਂ ਰੱਖਣਾ ਸਾਰੇ ਸਮਾਜ ਦਾ ਖਿਆਲ ਰੱਖਣਾ ਸਾਰਾ ਕੁਝ ਬਦਲਣਾ ਹੈ ਇਹ ਸਾਡੇ ਤੋਂ ਸ਼ੁਰੂ ਹੋਣਾ ਹੈ ਭਾਈ ਇਹਦੇ ਲਈ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਸਾਰੇ ਇਦਾਂ ਹੀ ਆ ਵੀ ਚੱਲ ਹੋਊ ਕਦੀ ਨਾ ਕਦੀ ਹਰੇਕ ਜਿਹਨੂੰ ਮਰਜ਼ੀ ਪੁੱਛ ਕਦੀ ਨਾ ਕਦੀ ਬਦਲ ਜੂ ਸਾਰਾ ਕੁਝ ਕਦੇ ਨਾ ਕਦੇ ਹੋ ਹੀ ਜਾਣਾ ਅੱਗਾ ਲਾਉਣੋਂ ਹਟ ਜਾਣਗੇ ਭਾਈ ਲੋਕ ਹੌਲੀ ਹੌਲੀ ਬਦਲ ਜੂ ਜ਼ਮਾਨਾ ਐਂ ਕਰੀ ਜਾਂਦੇ ਆਪਾਂ ਸਾਰੇ ਤੇ ਜਾਂ ਫਿਰ ਆਪਾਂ ਕਹਿੰਦੇ ਵੀ ਆਪਾਂ ਪੜ੍ਹ ਲਿਖ ਕੇ ਆਈਲੈਟਸ ਕਰਕੇ ਕੈਨੇਡਾ ਚ ਆਵਾਂਗੇ ਉੱਥੇ ਠੀਕ ਆ ਆਪਾਂ ਇੱਥੇ ਰਹਿਣਾ ਹੀ ਨਹੀਂ ਆਪਾਂ ਖਿਹੜਾ ਹੀ ਛੱਡੋ ਕੰਟਰੀ ਦਾ ਆਪਾਂ ਐਂ ਸੋਚਦੇ ਨੇ ਵੀ ਆਪਾਂ ਰਹਿੰਦੇ ਹੀ ਨਹੀਂ ਇੱਥੇ ਆਪਾਂ ਕਿਹੜਾ ਰਹਿਣਾ ਇੱਥੇ ਛੱਡੋ ਪਰੇ ਜਾਂ ਫਿਰ ਆਪਾਂ ਇੱਦਾਂ ਸੋਚਦੇ ਪਰ ਨਾ ਭਾਈ ਮੇਰੇ ਗੁਰੂ ਸਾਹਿਬ ਨੇ ਇਦਾਂ ਨਹੀਂ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਗੁਰਬਾਣੀ ਨੂੰ ਪ੍ਰੈਕਟੀਕਲ ਜਿੰਨਾ ਚਿਰ ਨਹੀਂ ਕਰਦੇ ਉਹਨਾਂ ਚਿਰ ਕੱਖ ਨਹੀਂ ਪੱਲੇ ਪੈਣਾ ਪੜ੍ਹੀ ਜਾਓ ਹੁਣ ਮੈਂ ਪੜ੍ਹੀ ਜਾਂਦਾ ਵੀ ਪਵਨ ਗੁਰੂ ਬਾਣੀ ਪਿਤਾ ਤੁਹਾਡੇ ਚੋਂ ਕਈ ਬੰਦੇ ਨਹੀਂ ਸਟੇਜਾਂ ਤੇ ਗਾਉਂਦੇ ਆ ਸਾਡੇ ਵਰਗੇ ਸਟੇਜਾਂ ਤੇ ਚੜ੍ਹ ਕੇ ਗਾਉਂਦੇ ਆ ਪਰ ਜਿੱਦਣ ਮੇਰੇ ਖੇਤ ਨੂੰ ਉੱਥੇ ਅੱਗ ਲਾਣੀ ਹੋਈ ਮੈਂ ਕਹਾਂ ਵੀ ਚਲੋ ਬਾਕੀ ਦਿਨੇ ਲਾਉਂਦੇ ਆ ਪਰ ਰਾਤ ਜਿੰਨੂੰ ਲਾ ਦਾਂਗੇ ਚੋਰੀ ਜਾ ਕੇ ਪਰ ਹਟੇ ਤੇ ਮੈਂ ਹਟਿਆ ਤੇ ਮੈਂ ਵੀ ਨਹੀਂ ਪਤਾ ਸਾਰਾ ਹੀ ਹੈ ਇਹਨਾਂ ਗੱਲਾਂ ਨੂੰ ਇੱਥੇ ਮੈਂ ਫੀਡ ਜ਼ਰੂਰ ਕਰ ਲਿਆ ਪਰ ਮੇਰੇ ਕਰਮਾਂ ਵਿੱਚ ਨਹੀਂ ਆਇਆ ਕੁਛ ਵੀ ਪ੍ਰੈਕਟੀਕਲਿਟੀ ਦੀ ਘਾਟ ਹੈ ਨਾ ਸਾਡੇ ਵਿੱਚ ਜੇ ਕਮੀ ਇਸ ਗੱਲ ਦੀ ਹੈ ਤਾਂ ਕਰਕੇ ਭਾਈ ਕਿੱਦਾਂ ਦੀ ਤੇ ਕਿੰਨੀ ਇਹ ਫਾਰਮ ਦਿੱਤਾ ਉਹਨਾਂ ਤੇ ਸਾਈਨ ਕਰਨੇ ਨੇ ਉੱਤੇ ਕਰ ਲੈ ਬਈ ਵੇਖ ਮੈਂ ਤੈਨੂੰ ਫਾਰਮ ਦੇ ਦਿੱਤਾ ਭਰ ਲੈ ਮੈਂ ਤੇ ਉੱਤੇ ਸਾਈਨ ਕਰ ਦੂੰ ਫਿਜ਼ੀਕਲੀ ਪੂਰਾ ਫਿੱਟ ਸਾਰੀ ਜ਼ਿੰਦਗੀ ਗੋਗੜ ਬਾਹਰ ਨਹੀਂ ਨਿਕਲਣ ਦੇਣੀ ਉਹਨੇ ਕਹਿ ਦੇਣਾ ਕਰਤੇ ਸਾਈਨ ਓਕੇ ਤੇ ਤੂੰ ਲਿਖ ਲੈ ਵੀ ਮੇਰੇ ਪਹੁੰਚਣ ਤੋਂ ਪਹਿਲਾਂ ਮੇਰਾ ਢਿੱਡ ਪਹੁੰਚਿਆ ਗੁਰੂਗਾ ਇੱਡਾ ਬਣਾ ਕੇ ਤੁਰਨਾ ਵਾ ਉਹਨੇ ਕਹਿਣਾ ਚੱਲ ਫਿਰ ਓਕੇ ਉਹ ਵੀ ਓਕੇ ਹੀ ਹੈ ਤੇਰੀ ਮਰਜ਼ੀ ਹੈ ਭਾ ਪਿਆਰਿਆ ਕਿੱਦਾਂ ਦੀ ਤੇ ਕਿੰਨੀ ਜਿਉਣੀ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਆਹਾ ਆ ਭਾਰਤ ਵਾਲਿਆਂ ਨੂੰ ਪਸੰਦ ਹੈ ਇੰਡੀਅਨਾਂ ਨੂੰ ਆ ਪਸੰਦ ਹੈ ਉਹ ਕਹਿੰਦਾ ਓਕੇ ਤੇ ਜਿੱਦਣ ਬਦਲ ਦੇਣਗੇ ਸਾਰੇ ਇੰਡੀਅਨ ਕਹਿਣਗੇ ਵੀ ਨਹੀਂ ਅੱਗਾਂ ਲਾਉਣੀਆਂ ਨਹੀਂ ਪ੍ਰਦੂਸ਼ਣ ਕਰਨਾ ਗੱਡੀਆਂ ਦਾ ਵੀ ਖਿਆਲ ਰੱਖਾਂਗੇ ਸਿਸਟਮ ਸਰਕਾਰਾਂ ਵੀ ਅਕਲ ਵਾਲੀਆਂ ਹੋ ਜਾਣਗੀਆਂ ਉਹਨੇ ਉਦਣ ਵੀ ਓਕੇ ਕਰ ਦੇਣਾ ਉਦਣ ਸਭ ਕੁਝ ਬਦਲ ਜਾਏਗਾ ਆਉੜ ਜਾਣਗੇ ਧੂਵੇਂ ਤਵੇਂ ਸਾਰੇ ਕੱਲੀ ਧੁੰਦ ਰਹਿਣੀ ਸੀ ਧੂਆਂ ਤੇ ਨਹੀਂ ਸੀ ਹੋਣਾ ਵਿੱਚ ਇਹਦੇ ਗੱਲ ਮੈਂ ਨਾ ਧੁੰਦ ਤੋਂ ਹੀ ਮੇਰੇ ਦਿਮਾਗ 'ਚ ਆ ਗਿਆ ਵੀ ਆਹੀ ਗੱਲ ਕਰ ਲੈਂਦੇ ਹਾਂ ਗੱਲ ਹੀ ਕਰਨੀ ਹੈ ਆਪਾਂ ਦੀਵਾਨ ਹੀ ਲਾਉਣਾ ਹੁਣ ਮੈਂ ਹੋਰ ਸ਼ਬਦ ਕੀ ਵਿਚਾਰਾਂ ਇਹਨੂੰ ਸਮਝੋ ਵੀ ਆਹ ਕਿਉਂ ਹੈ ਜੋ ਹੋ ਰਿਹਾ ਹੈ ਅਸੀਂ ਦੋਸ਼ੀ ਹਾਂ ਸਾਡਾ ਕੁਝ ਇਹ ਸਿਸਟਮ ਨੂੰ ਬਦਲਾਂਗੇ ਤਾਂ ਬਦਲੇਗਾ ਉਦਮ ਕਰਨਾ ਸਾਰੇ ਬੰਦੇ ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਗੱਲ ਬਣੇਗੀ ਇਸੇ ਕਰਕੇ ਦੱਦਾ ਦੋਸ਼ ਨਾ ਦੇਊਂ ਕਿਸੇ ਕਿਸੇ ਨੂੰ ਦੋਸ਼ ਕਿਉਂ ਦਿੰਦੇ ਆ ਪਿਆਰੇ ਕਿਸੇ ਦਾ ਵੀ ਦੋਸ਼ ਨਹੀਂ ਸਾਡੀ ਜ਼ਿੰਦਗੀ ਵਿੱਚ ਸੱਚਾ ਗਿਆਨ ਨਹੀਂ ਆਇਆ ਸਹੀ ਗਿਆਨ ਅਸਲ ਗੱਲ ਸਹੀ ਗਿਆਨ ਨਹੀਂ ਆਇਆ ਇਹ ਸਾਡਾ ਕਸੂਰ ਹੈ ਜਾਂ ਆਉਂਦਾ ਵੀ ਹੈ ਇਗਨੋਰ ਕਰ ਦਿੰਦੇ ਆ ਮੰਨ ਲਓ ਕਿ ਬੰਦਾ ਮੋਟਾ ਜਿਹਾ ਹੋਣ ਲੱਗ ਜੇ ਸਰੀਰ ਫੁੱਲਣ ਲੱਗ ਗਿਆ ਪਤਾ ਹੀ ਹੈ ਵੀ ਹੁਣ ਖਾਣ ਪੀਣ ਦਾ ਸਿਸਟਮ ਮੇਰਾ ਵਿਗੜ ਗਿਆ ਜਾਂ ਵੱਧ ਖਾ ਰਿਹਾ ਜਾਂ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਪਤਾ ਹੀ ਹੈ ਉਹ ਜਿਹੜਾ ਦਿਮਾਗ ਜੇ ਚ ਨਹੀਂ ਐ ਆਉਂਦੀ ਹੁੰਦੀ ਸਿੰਘੋ ਵੀਰੋ ਤੁਹਾਡੇ ਜਦੋਂ ਐ ਨਹੀਂ ਆਉਂਦੀ ਹੁੰਦੀ ਵੀ ਮੋਟਾ ਹੋ ਰਿਹਾ ਯਾਰ ਢਿੱਡ ਵੱਧ ਰਿਹਾ ਦੋ ਨਾਲ ਹੀ ਸਾਰ ਲੈ ਘਟਾ ਲੈ ਉਹ ਐ ਸੱਚਾ ਗਿਆਨ ਉਹਨੂੰ ਇਗਨੋਰ ਨਾ ਕਰ ਉਹਨੂੰ ਮੰਨੋ ਉਹ ਆਉਂਦਾ ਜਿਹੜਾ ਸੁਰਤ ਵਿੱਚ ਆਉਂਦਾ ਹੈ ਉਹਨੂੰ ਕਹਿੰਦੇ ਨੇ ਗੁਰ ਪਰਮੇਸ਼ਰ ਇੱਕੋ ਜਾਨ ਉਹ ਰੱਬ ਵੱਲੋਂ ਉਹ ਸੁਰਤ ਵਿੱਚ ਆਉਂਦਾ ਉਹਨੂੰ ਇਗਨੋਰ ਨਾ ਕਰੋ ਉਹਨੂੰ ਉਹਦੇ ਤੋਂ ਮੁੱਖ ਨਾ ਫੇਰੋ ਉਹਦੇ ਤੋਂ ਬੇਮੁੱਖ ਨਾ ਹੋਵੋ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਪਰਮਾਤਮਾ ਨੇ ਤੇਰੀ ਸੁਰਤ ਵਿੱਚ ਜਿਹੜੀ ਸੱਚੀ ਗੱਲ ਸਮਝ ਚ ਆਉਂਦੀ ਹੈ ਸਹੀ ਹੁੰਦੀ ਹੈ ਜਿਹੜੀ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਜਿਹੜੀ ਬਿਲਕੁਲ ਸਹੀ ਗੱਲ ਆਉਂਦੀ ਹੈ ਨਾ ਤੇਰੀ ਸੁਰਤ ਚ ਉਹਦੇ ਤੋਂ ਪਾਸਾ ਨਾ ਫੇਰ ਉਹਦੇ ਤੋਂ ਪਰੇ ਨਾ ਜਾ ਉਹਨੂੰ ਇਗਨੋਰ ਨਾ ਕਰ
ਉਹੀ ਸੱਚ ਜਿਹੜਾ ਆ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਆ, ਭਗਤਾਂ ਨੇ ਲਿਖ ਦਿੱਤਾ, ਉਹ ਸਭ ਦੀ ਸੁਰਤ ਵਿੱਚ ਆਉਂਦਾ ਹੈ, ਸਾਡੇ ਵੀ ਆਉਂਦਾ, ਗੋਰਿਆਂ ਦੇ ਵੀ ਆਉਂਦਾ। ਜੇ ਆਪਾਂ ਕਹੀਏ ਨਾ ਵੀ ਸਤਿਗੁਰੂ ਉਹਨਾਂ ਨੂੰ ਨਹੀਂ ਮਿਲਦਾ, ਸੱਚਾ ਗਿਆਨ ਉਹਨਾਂ ਦੀ ਸੁਰਤ ਵਿੱਚ ਵੀ ਪਰਮਾਤਮਾ ਦੇ ਪਰਮਾਤਮਾ ਵੱਲੋਂ ਆਉਂਦਾ ਹੈ। ਬਸ ਉਹਨਾਂ ਚੋਂ ਵੀ ਕਾਮਯਾਬ ਉਹੀ ਨੇ ਜਿਹੜੇ ਉਹਨੂੰ ਮੰਨ ਲੈਂਦੇ, ਉਹਨਾਂ ਦੀ ਸੁਰਤ ਵਿੱਚ ਵੀ ਆਉਂਦਾ ਹੈ ਸਾਰਾ ਕੁਛ। ਬੜੇ ਗੋਰੇ ਆ ਪਿਆਰੇ, ਬੜੇ ਵਧੀਆ ਜੀਵਨ ਵੀ ਹੈ ਨੇ, ਬਹੁਤ ਸਾਡੇ ਨਾਲੋਂ ਤੇ ਕਿਤੇ ਉੱਪਰ ਨੇ। ਉਹ ਲਾਗੂ ਕਰ ਲੈਂਦੇ ਜਦੋਂ ਆ ਜਾਂਦਾ ਹੈ, ਫਿਰ ਸਾਡੇ ਵਰਗੇ ਨਹੀਂ ਉਹ, ਨਿਕੰਮੇ ਨਹੀਂ। ਜਦੋਂ ਉਹਨਾਂ ਦੇ ਗੱਲ ਸਮਝ ਚ ਆ ਜਾਂਦੀ ਹੈ ਉਹਨੂੰ ਮੰਨ ਲੈਂਦੇ ਆ। ਉਹ ਦਲੇਰ ਨੇ, ਹਿੰਮਤ ਹੈ ਉਹਨਾਂ ਵਿੱਚ ਮੰਨਣ ਦੀ। ਤਾਂ ਕਰਕੇ ਆਪਾਂ ਵੀ ਜਦੋਂ ਗੁਰੂ ਸਾਹਿਬ ਦੇ ਬਚਨ ਮੰਨਾਂਗੇ ਤੇ ਗੱਲ ਬਣਨ। ਫਿਰ ਇਹ ਗੱਲਾਂ ਉਹਨਾਂ ਨੇ ਆਪਣੇ ਕਾਨੂੰਨ ਵਿੱਚ ਲਾਗੂ ਕੀਤੀਆਂ ਹੋਈਆਂ, ਕਾਨੂੰਨ ਵਿੱਚ ਨੇ ਜੀ ਇਹ ਗੱਲਾਂ ਜਿਹੜੀਆਂ ਆਪਾਂ ਗੁਰਬਾਣੀ ਦੀਆਂ ਪੜ੍ਹਦੇ ਹਾਂ। ਇਹ ਉਹਨਾਂ ਦੇ ਆਮ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਲਾਗੂ ਕੀਤੀਆਂ ਹੋਈਆਂ। ਹੁਣ ਜੇ ਆਪਾਂ ਗੋਰਿਆਂ ਵਿੱਚ ਬਹਿ ਕੇ ਨਾ ਇਦਾਂ ਜਾ ਕੇ ਗੱਲਾਂ ਬਾਤਾਂ ਕਰੀਏ, ਵੀ ਲਓ ਤੁਹਾਨੂੰ ਆਪਾਂ ਨਾ ਐਂ ਕਰੀਏ, ਉਹਨਾਂ ਨਾਲ ਐਂ ਗੱਲਾਂ ਕਰੀਏ ਬਹਿ ਕੇ, ਵੀ ਆ ਜਾਓ ਤੁਹਾਨੂੰ ਨਾ ਅਸੀਂ ਗੱਲਾਂ ਦੱਸਦੇ ਹਾਂ ਵੀ ਸਾਡੀ ਬਾਣੀ ਦੇ ਵਿੱਚ ਆਹ ਕੁਝ ਲਿਖਿਆ, ਉਹ ਤੁਹਾਨੂੰ ਸਮਝਾਈਏ। ਉਹ ਕਹਿਣਗੇ ਹਾਂਜੀ ਦੱਸੋ, ਫਿਰ ਆਪਾਂ ਗੱਲ ਸ਼ੁਰੂ ਕਰਾਂਗੇ। ਬਾਣੀ 'ਚ ਲਿਖਿਆ ਆਹੀ ਕਰ ਲਾਂਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਉਹ ਕਹਿਣਗੇ ਇੰਡੀਆ ਦਾ ਬੁਰਾ ਹਾਲ ਹੈ, ਸਾਨੂੰ ਤੇ ਪਹਿਲਾਂ ਹੀ ਪਤਾ ਆ, ਕੋ ਸਤਨਾਮ ਸਾਨੂੰ ਵੀ ਦੱਸਦਾ ਹੈ, ਇਹ ਤੇ ਸਾਨੂੰ ਪਹਿਲਾਂ ਹੀ ਪਤਾ, ਕਥਾ ਸਾਨੂੰ ਕੀ ਸੁਣਾਉਣਾ ਹੈ, ਸਾਨੂੰ ਤੇ ਪਹਿਲਾਂ ਹੀ ਪਤਾ। ਉਹਨੂੰ ਕੋ ਆ ਜਾ ਤੈਨੂੰ ਨਵੀਂ ਗੱਲ ਦੱਸੀਏ, ਬਾਣੀ ਦੀ ਗੱਲ ਸੁਣਾਵਾਂ ਤੈਨੂੰ, ਆ ਜਾ। ਉਹ ਕੋ ਕੀ ਲੋ ਵੀ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ। ਉੱਦਮ ਕਰਨਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ, ਕੰਮ ਕਰਨਾ ਚਾਹੀਦਾ ਹੈ। ਤੇ ਉਹ ਕਹਿਣਗੇ ਬਾਣੀ ਦੀ ਗੱਲ ਕਦੋਂ ਸ਼ੁਰੂ ਕਰੋਗੇ? ਆਪਾਂ ਕਹਾਂਗੇ ਦੱਸ ਹੀ ਰਹੇ ਹਾਂ ਤੈਨੂੰ ਵੀ ਉੱਦਮ ਕਰੋ, ਸੁਖੀ ਰਹੋਗੇ। ਉਹ ਕਹਿਣਗੇ ਅਸੀਂ ਤੇ ਬੱਚਾ ਸਾਡੇ ਤੇ ਕੰਮ ਕਰਦਾ, ਇੱਥੇ 8-8 ਘੰਟੇ ਸਾਰੇ ਆਪਣੀਆਂ ਡਿਊਟੀਆਂ ਕਰਕੇ ਆਉਂਦੇ ਆ। ਇਹ ਗੱਲਾਂ ਤੇ ਸਾਨੂੰ ਲਾਗੂ ਕੀਤੀਆਂ ਉਹਨਾਂ ਦੀ ਐਜੂਕੇਸ਼ਨ 'ਚ, ਆ ਗਿਆਨ ਜਿਹੜਾ ਇੱਥੇ ਦੇ ਰਹੇ ਹਾਂ ਇਹ ਗੱਲਾਂ ਉਹਨਾਂ ਦੀ ਪੜ੍ਹਾਈ 'ਚ ਨੇ, ਐਜੂਕੇਸ਼ਨ ਵਿੱਚ ਨੇ, ਇਹ ਚੀਜ਼ਾਂ ਉੱਥੇ ਲਾਗੂ ਹੋ ਗਈਆਂ। ਤੇ ਸਾਡੇ ਅੱਖਾਂ ਬੰਦ ਕਰਕੇ ਇੰਨਾ ਪੜ੍ਹੀਆਂ ਜਾਂਦੀਆਂ, ਲਾਗੂ ਕੱਖ ਵੀ ਨਹੀਂ ਪੜ੍ਹਿਆ ਸਾਰਾ ਕੁਝ। ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਸੁਰਤ ਵਿੱਚ ਆਈਆਂ, ਉਹਨਾਂ ਨੇ ਲਾਗੂ ਕਰ ਲਈਆਂ। ਅਸੀਂ ਰੁਮਾਲੇ ਦਿੱਤੇ ਐ, ਚੌਰ ਕਰ ਰਹੇ ਹਾਂ, ਅਸੀਂ ਲਾਗੂ ਨਹੀਂ ਕੀਤਾ। ਸਤਿਕਾਰ ਕਰਦੇ ਆਪਾਂ, ਕਿੰਨੀ ਚੰਗੀ ਗੱਲ ਸੀ, ਐਦਾਂ ਹੀ ਸਤਿਕਾਰ ਹੁੰਦਾ। ਪਰ ਜੋ ਲਿਖਿਆ ਉਹ ਸਾਰੀ ਘਰ ਘਰ ਲਾਗੂ ਕਰੋ। ਉਹਨਾਂ ਨੂੰ ਆ ਜਾ ਤੈਨੂੰ ਬੜੀ ਵੱਡੀ ਇੱਕ ਗੱਲ ਦੱਸੀਏ, ਕਹਿਣਗੇ ਕੀ? ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰਾ। ਵੀ ਜਾਤ ਪਾਤ ਦਾ ਮਾਣ ਨਾ ਕਰਿਆ ਕਰੋ, ਜਾਤਾਂ ਪਾਤਾਂ ਨਹੀਂ ਹੁੰਦੀਆਂ। ਉਹ ਕਹਿਣਗੇ ਤੁਸੀਂ ਆਪਣੀ ਗੱਲ ਕਰੋ, ਤੁਸੀਂ ਲਵਾਈ ਫਿਰਦੇ ਹੋ, ਗਿੱਲ ਹੈ ਜੀ, ਢਿੱਲੋ ਹੈ ਜੀ, ਆ ਫਲਾਣਾ ਜੀ ਫਲਾਣਾ, ਸਾਡੇ ਤੇ ਕੋਈ ਵੀ ਨਹੀਂ, ਸਾਡੇ ਤੇ ਜਾਤਾਂ ਦਾ ਪਤਾ ਹੀ ਨਹੀਂ ਕਿਸੇ ਨੂੰ। ਊਚ ਨੀਚ ਨੀ ਜੀ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਉਹ ਕਹਿਣਗੇ ਸਾਡੇ ਨੀ ਜੀ ਇਹ ਗੱਲਾਂ, ਤੁਹਾਡੇ ਵਿਹੜੇ ਵਾਲਿਆਂ ਦੇ ਘਰ ਅੱਡ, ਜੱਟਾਂ ਦੇ ਜ਼ਿਮੀਂਦਾਰਾਂ ਦੇ ਅੱਡ, ਤੁਹਾਡੇ ਜਾਤਾਂ ਪਾਤਾਂ ਆ, ਸਾਡੇ ਘਰ ਦੇ ਨਾਲ ਘਰ ਕਿਹੜਾ ਲੈ ਲੈਂਦਾ, ਕੌਣ ਰਹਿੰਦਾ, ਅਸੀਂ ਤੇ ਕਦੇ ਪੁੱਛਦੇ ਹੀ ਨਹੀਂ। ਆਖੋ ਸਤਨਾਮ, ਕਿਹੜੀਆਂ ਗੱਲਾਂ ਕਰਦਾ ਤੂੰ, ਹੁਣ ਦੱਸ ਹੋਰ ਘਰ ਕਥਾ ਕਾਹਦੀ ਕਰੇਗਾ। ਤੁਸੀਂ ਸੋਚ ਕੇ ਦੇਖੋ ਵੀ ਜੇ ਮੈਨੂੰ ਕਥਾ ਕਰਨ ਗੋਰੇ ਸੱਦ ਲੈਣ ਵੀ ਸਾਨੂੰ ਕਥਾ ਸੁਣਾਓ, ਤੇ ਮੈਂ ਕੀ ਕਰਾਂ ਉੱਥੇ ਕਥਾ। ਆਹ ਗੱਲਾਂ ਜਿਹੜੀਆਂ ਅਸੀਂ ਰੋਜ਼ ਪ੍ਰਚਾਰਕ ਸਟੇਜਾਂ ਤੇ ਕਰਦੇ ਹਾਂ, ਇਹ ਦੱਸਣ ਦੀ ਲੋੜ ਹੀ ਨਹੀਂ ਪੈਣੀ ਉਹਨਾਂ ਨੂੰ, ਬਈ ਕਰਦੇ ਹੀ ਨਹੀਂ ਇਹ ਗੱਲਾਂ ਸਾਡੇ ਵਾਲੀਆਂ ਜਿਹੜੇ ਅਸੀਂ ਕਰਦੇ, ਇਹ ਤੇ ਜ਼ਿੰਦਗੀ 'ਚ ਹੈ ਹੀ ਨਹੀਂ। ਕਿਹੜੀ ਕਥਾ ਸੁਣਾਵਾਂ ਉਹਨਾਂ ਨੂੰ ਜਿਹਦੇ 'ਚ ਕਰਕੇ ਫਿਰ ਉਹਨਾਂ ਨੂੰ ਕਹੀਏ ਬਈ ਗੁਰੂ ਸਾਹਿਬ ਦੇ ਬਚਨ ਕਿੱਦਾਂ, ਕਿੰਨੇ ਇਦਾਂ ਦੇ ਬਚਨ ਆਉਂਦੇ ਨੇ ਵੀ ਹਰਜੂ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ, ਵੀ ਰੱਬ ਨੂੰ ਹੰਕਾਰ ਭਾਈ ਚੰਗਾ ਨਹੀਂ ਲੱਗਦਾ। ਉਹ ਕਹਿਣਗੇ ਤੁਹਾਡੇ ਫੁਕਰੇ ਐ, ਤੁਹਾਡੇ ਵਿਆਹ ਤੇ 50-50 ਲੱਖ ਰੁਪਈਆ ਲੱਗ ਜਾਂਦਾ, ਇੱਥੇ ਚੁੱਪ ਕਰਕੇ ਜਾਈਦਾ, ਅੰਗੂਠੀ ਪਾ ਕੇ ਉੱਥੇ ਬਹਿ ਕੇ 2 ਮਿੰਟ, ਸਾਡਾ ਤੇ 5000 ਰੁਪਈਏ ਨਾਲ ਸਰ ਜਾਂਦਾ। ਇਹ ਤੇ ਤੁਸੀਂ ਹੀ ਹੋ, ਇਹ ਹੰਕਾਰ ਵਾਲੀਆਂ ਗੱਲਾਂ ਤੇ ਤੁਸੀਂ ਵੇਖੋ, ਤੁਸੀਂ ਵੇਖੋ ਤੁਹਾਡਾ ਕੀ ਬਣਦਾ। ਤੇ ਮੈਨੂੰ ਫਿਰ ਸਮਝ ਨਹੀਂ ਆਉਂਦੀ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਕਿ ਉਹਨਾਂ ਦਾ ਗੁਰੂ ਹੈ। ਆਖੋ ਸਤਨਾਮ, ਸਾਰਾ ਕੁਝ ਤੇ ਅਗਲੇ ਲਾਗੂ ਕਰੀ ਫਿਰਦੇ।
ਇੱਕ ਇੱਕ ਚੀਜ਼ ਜਿਹੜੀ ਹੈ ਜਿਹੜੀ ਸਾਡੇ ਤੇ ਨੇੜੇ ਤੇੜੇ ਵੀ ਨਹੀਂ ਆਈ ਕਿਉਂ ਨਹੀਂ ਆਈ ਫਿਰ ਇਹਦਾ ਕਾਰਨ ਕੀ ਹੋਇਆ ਸਾਨੂੰ ਇਹੀ ਦੱਸਿਆ ਗਿਆ ਵੀ ਪੂਜੀ ਚੱਲੋ ਮੱਥਾ ਟੇਕੋ ਪੂਜੋ ਇਹੀ ਦੱਸਿਆ ਇਹਨਾਂ ਗੱਲਾਂ ਨੂੰ ਲਾਗੂ ਨਹੀਂ ਕੀਤਾ ਤੇ ਚੇਤਾ ਰੱਖਿਓ ਇਹ ਸੰਵਿਧਾਨ ਚਾਹੀਦਾ ਸੀ ਸਾਡਾ ਅੱਜ ਸਾਡੀ ਜਿਹੜੀ ਚੜ੍ਹ ਹੈ ਜਿਹੜੀ ਸਾਡੀ ਜਿਹੜੀ ਰਾਜਨੀਤੀ ਵੀ ਅੱਜ ਇੱਥੇ ਚੱਲਦੀ ਹੈ ਉਹਦੀ ਜੜ੍ਹ ਵਿੱਚ ਤੇ ਮੰਨੂ ਬੈਠਾ ਹੈ ਜਿਹਨੇ ਹਿੰਦੂਆਂ ਦੇ ਨਿਯਮ ਤੈਅ ਕੀਤੇ ਹੈ ਧਿਆਨ ਨਾਲ ਸੁਣਿਓ ਪਿਆਰਿਓ ਹਿੰਦੂਆਂ ਦੇ ਨਿਯਮ ਤੈਅ ਕੀਤੇ ਹੈ ਇਹਦੀ ਜੜ੍ਹ ਵਿੱਚ ਮੰਨੂ ਬੈਠਾ ਹੈ ਮੰਨੂ ਇਹ ਮੰਨੂਵਾਦੀ ਸੋਚ ਹੈ ਚਾਹੀਦਾ ਕੀ ਹੈ ਜੇ ਤੁਸੀਂ ਭਾਰਤ ਦਾ ਨਕਸ਼ਾ ਬਦਲਣਾ ਹੈ ਤੇ ਜਿਹੜੀ ਜੜ੍ਹ ਹੈ ਨਾ ਜਿੱਥੇ ਸੋਚ ਹੈ ਜਿਹੜੀ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਵਾਓ ਫਿਰ ਵੇਖੋ ਜਦੋਂ ਕਾਨੂੰਨ ਬਣਾਉਣਾ ਹੈ ਤੇ ਕਾਨੂੰਨ ਬਣਾਉਣ ਵੇਲੇ ਉਸ ਕਾਨੂੰਨ ਦਾ ਬੇਸ ਗੁਰੂ ਗ੍ਰੰਥ ਸਾਹਿਬ ਹੋਵੇ ਆਹ ਸੱਚ ਹੋਵੇ ਕਿਵੇਂ ਭਲਾ ਹੁਣ ਤੁਸੀਂ ਫਿਰ ਮੈਂ ਫਿਰ ਗੱਲ ਦੱਸਦਾ ਪਿੱਛੇ ਜੇ ਜਦੋਂ ਇਲੈਕਸ਼ਨ ਚੱਲ ਰਹੀ ਸੀ ਨਾ ਤੇ ਤੁਸੀਂ ਨੈੱਟ ਦੇ ਉੱਤੇ ਮੇਰਾ ਬਿਆਨ ਸੁਣਿਆ ਹੋਏਗਾ ਇੱਕ ਉਦੋਂ ਨਾ ਮੈਨੂੰ ਬੜੇ ਬੰਦਿਆਂ ਨੇ ਜਾ ਕੇ ਕਹਿਣਾ ਵਿਦੇਸ਼ਾਂ ਵਿੱਚ ਵੀ ਬੜਾ ਪ੍ਰੈਸ਼ਰ ਪਿਆ ਮੈਨੂੰ ਕਹਿੰਦੇ ਜੀ ਪਾਰਟੀਆਂ ਜਿਹੜੀਆਂ ਨੇ ਤਿੰਨ ਸੀ ਉਸ ਵੇਲੇ ਵੀ ਇਸ ਪਾਰਟੀ ਦੀ ਤੁਸੀਂ ਡਟ ਕੇ ਸਪੋਰਟ ਕਰੋ ਨਵੀਂ ਪਾਰਟੀ ਆਈ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਡਟ ਕੇ ਸਪੋਰਟ ਕਰੋ ਮੈਨੂੰ ਕਹਿੰਦੇ ਵੀ ਤੁਹਾਡੇ ਸਪੋਰਟ ਕਰਨ ਨਾਲ ਕੀ ਪ੍ਰੋਬਲਮ ਹੈ ਤੁਹਾਨੂੰ ਸਾਥ ਦੇਣਾ ਚਾਹੀਦਾ ਖੜਨਾ ਚਾਹੀਦਾ ਨਾਲ ਪਹਿਲੀ ਗੱਲ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਮੈਂ ਕਿਹਾ ਪਿਆਰਿਓ ਬਈ ਜਿਹੜਾ ਸਾਡੇ ਸਾਡੇ ਪੰਜਾਬ ਦਾ ਮੁੱਦਾ ਹੈ ਜਿਹੜਾ ਇੱਥੇ ਨਸ਼ੇ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਹਰੇਕ ਪਾਰਟੀ ਕਹਿੰਦੀ ਸੀ ਵੀ ਅਸੀਂ ਜੇ ਆ ਗਏ ਤੇ ਨਸ਼ਾ ਬੰਦ ਕਰ ਦਾਂਗੇ ਦੂਜਾ ਸਾਡੇ ਪੰਜਾਬ ਦਾ ਮੁੱਦਾ ਜਿਹੜਾ ਹੈ ਉਹ ਇਹ ਹੈ ਵੀ ਬੇਰੋਜ਼ਗਾਰੀ ਹੈ ਜੀ ਅਸੀਂ ਨੌਕਰੀਆਂ ਦੇਵਾਂਗੇ ਇਦਾਂ ਦੀਆਂ ਗੱਲਾਂ ਕਰਦੇ ਸੀ ਤੇ ਮੈਂ ਉਸ ਵੇਲੇ ਕਿਹਾ ਸੀ ਕਿ ਨਸ਼ਿਆਂ ਤੋਂ ਵੱਡਾ ਪਖੰਡਵਾਦ ਮੁੱਦਾ ਹੈ ਲੋਕਾਂ ਨੂੰ ਸੱਚਾ ਗਿਆਨ ਜਿਹੜਾ ਗੁਰਬਾਣੀ ਦਾ ਜੇ ਦਿੱਤਾ ਜਾਵੇ ਤੇ ਨਸ਼ਿਆਂ ਵੱਲ ਤੇ ਇਹਨਾਂ ਨੇ ਜਾਣਾ ਹੀ ਨਹੀਂ ਹੁਣ ਮੇਰੇ ਵੀਰੋ ਨੌਜਵਾਨੋ ਕਿੰਨੇ ਹੋ ਤੁਸੀਂ ਇੱਥੇ ਅੰਮ੍ਰਿਤਧਾਰੀ ਜਿਹੜੇ ਮੰਨ ਲਓ ਬਾਣੀ ਪੜ੍ਹਦੇ ਹੋ ਜਿਨ੍ਹਾਂ ਨੂੰ ਸਮਝ ਆ ਗਈ ਜਾਂ ਅਕਲ ਆ ਗਈ ਗਿਆਨ ਅੰਮ੍ਰਿਤ ਜਿਨ੍ਹਾਂ ਨੇ ਪੀ ਲਿਆ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਤੁਹਾਡੇ 'ਚ ਕਿੰਨੇ ਸਿੰਘ ਹੈ ਤੇ ਕੀ ਤੁਹਾਡੇ ਤੁਸੀਂ ਠੇਕਿਆਂ ਦੇ ਕੋਲੋਂ ਲੰਘਦੇ ਨਹੀਂ ਕੀ ਤੁਹਾਨੂੰ ਨਹੀਂ ਪਤਾ ਤੁਹਾਡੇ ਸਾਹਮਣੇ ਕਈ ਬੀੜੀਆਂ ਨਹੀਂ ਪੀਂਦੇ ਵੀ ਆਪਾਂ ਕਿਉਂ ਨਹੀਂ ਪੀਂਦੇ ਫਿਰ ਸਾਡੇ ਸਾਹਮਣੇ ਚਿੱਟਾ ਲੋਕ ਖਾਂਦੇ ਨੇ ਆਪਾਂ ਕਿਉਂ ਨਹੀਂ ਖਾਂਦੇ ਸਾਡੇ ਸਾਹਮਣੇ ਲੋਕੀ ਸ਼ਰਾਬਾਂ ਪੀਂਦੇ ਨੇ ਆਪਾਂ ਕਿਉਂ ਨਹੀਂ ਪੀਂਦੇ ਸਾਨੂੰ ਅਕਲ ਆ ਗਈ ਸਮਝ ਆ ਗਈ ਆਹ ਚਾਨਣ ਜੇ ਫੈਲਣ ਦੇ ਉਹ ਵੰਡਦੇ ਰਹਿਣ ਨਸ਼ਾ ਆਈ ਜਾਵੇ ਬਾਰਡਰਾਂ ਤੋਂ ਜਿੰਨਾ ਮਰਜ਼ੀ ਜਦੋਂ ਖਾਣ ਵਾਲਾ ਹੀ ਨਹੀਂ ਹੋਏਗਾ ਕੋਈ ਫੈਲਣ ਦਿਓ ਹੁਣ ਮੈਂ ਇਹ ਕਹਿੰਦਾ ਸੀ ਵੀ ਚਿੱਟਾ ਜਿਹੜਾ ਨਸ਼ਾ ਹੈ ਜਿਹੜਾ ਜਿੱਥੇ ਸਾਡੇ ਪੰਜਾਬ ਵਿੱਚ ਨਸ਼ਾ ਮੁੱਦਾ ਹੋਣਾ ਚਾਹੀਦਾ ਹੈ ਉੱਥੇ ਨਾਲ ਪਖੰਡਵਾਦ ਵੀ ਮੁੱਦਾ ਹੋਣਾ ਚਾਹੀਦਾ ਵੀ ਪਖੰਡੀ ਬਾਬਿਆਂ ਨੇ ਗੁਰਬਾਣੀ ਦਾ ਗਿਆਨ ਫੈਲਣ ਨਹੀਂ ਦਿੱਤਾ ਤੁਸੀਂ ਕਹਿੰਦੇ ਹੋ ਵੀ ਚਿੱਟਾ ਬੰਦ ਕਰਾਂਗੇ ਤੇ ਪਖੰਡੀ ਬਾਬਿਆਂ ਦੇ ਡੇਰਿਆਂ ਉੱਤੇ ਤੇ ਦੂਜੀਆਂ ਪਾਰਟੀਆਂ ਵਾਲਿਆਂ ਵਾਂਗੂ ਜਾ ਕੇ ਮੱਥੇ ਟੇਕਦੇ ਹੋ ਤੁਸੀਂ ਬਾਬਿਆਂ ਨੂੰ ਪ੍ਰਮੋਟ ਕਰਦੇ ਹੋ ਨਸ਼ਾ ਕਿੱਥੋਂ ਕੱਢ ਦੋਗੇ ਬਾਬੇ ਤੇ ਆਪ ਨਸ਼ੇ ਕਰਦੇ ਆ ਆਪੂ ਸਤਨਾਮ ਕਈ ਬਾਬੇ ਨਹੀਂ ਨਸ਼ੇ ਕਰਦੇ ਇੱਥੇ ਮਸਤ ਬਾਬੇ ਕਈ ਸ਼ਰਾਬਾਂ ਪੀ ਕੇ ਨਹੀਂ ਮਸਤ ਹੁੰਦੇ ਇੱਥੇ ਉਹ ਮਸਤੀ ਨੂੰ ਹੀ ਸ਼ਰਾਬਾਂ ਨਾਲ ਚਾੜਦੇ ਆ ਇਦਾਂ ਕਿਵੇਂ ਬੰਦ ਕਰ ਦਿਓਗੇ ਨਸ਼ਾ ਫਿਰ ਤੁਸੀਂ ਚਲੋ ਅਗਲਾ ਪੁਆਇੰਟ ਇਹ ਸੀ ਬਾਕੀ ਮੈਂ ਇਹ ਬੇਨਤੀ ਕਰਦਾ ਸੀ ਕਿ ਜਿਹੜੀ ਇਹ ਰਾਜਨੀਤੀ ਹੈ ਨਾ ਇਸ ਰਾਜਨੀਤੀ ਦੀ ਜੜ੍ਹ ਵਿੱਚ ਮੰਨੂ ਬੈਠਾ ਜਿਹਨੇ ਵਰਨ ਵੰਡ ਬਣਾਈ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਨੇ ਨਾ ਕਹਿੰਦੇ ਬਰਮੇ ਦੇ ਸਿਰ ਤੋਂ ਪੈਦਾ ਹੋਇਆ ਦਿਮਾਗ ਤੋਂ ਪੈਦਾ ਹੋਇਆ ਜਿਹੜਾ ਉਹਨੇ ਸਿਰ ਤੋਂ ਪੈਦਾ ਕੀਤਾ ਉਹ ਬ੍ਰਾਹਮਣ ਜਿਹੜਾ ਟੋਲਿਆਂ ਤੋਂ ਬਾਹਾਂ ਤੋਂ ਪੈਦਾ ਕੀਤਾ ਕਹਿੰਦੇ ਖੱਤਰੀ ਕਛੱਤਰੀ ਕਹਿੰਦੇ ਜਿਹਨੂੰ ਜਿਹੜਾ ਢਿੱਡ ਤੋਂ ਪੈਦਾ ਕੀਤਾ ਢਿੱਡ ਭਰਨ ਵਾਲਾ ਇਹ ਜੀ ਵੈਸ ਇਹ ਜੱਟ ਤੇ ਜਿਹੜੇ ਪੈਰਾਂ ਤੋਂ ਪੈਦਾ ਕੀਤੇ ਉਹਨੇ ਉਹ ਕਹਿੰਦੇ ਸ਼ੂਦਰ ਛੋਟੀਆਂ ਜਾਤਾਂ ਵਾਲੇ ਵੀ ਇਹ ਅੱਡ ਨੇ ਇਹਨੇ ਮੰਨੂ ਨੇ ਇਹ ਵੰਡਤਾ ਸਾਰਾ ਭਾਰਤ ਦਾ ਸਿਸਟਮ ਅੱਜ ਤੱਕ ਉਸੇ ਦੀ ਸੋਚ ਅੱਗੇ ਹੋ ਰਹੀ ਹੈ ਰਾਜਨੀਤਿਕ ਬੰਦੇ ਅੱਗੇ ਮਲਟੀਪਲਾਈ ਹੁੰਦੇ ਗਏ ਹੈ ਵੱਧਦੇ ਗਏ ਹੈ ਪਰ ਉਹ ਸੋਚ ਨੂੰ ਕਿਸੇ ਨੇ ਖਤਮ ਨਹੀਂ ਕੀਤਾ ਕਰ ਹੀ ਨਹੀਂ ਸਕਦੇ ਤੁਸੀਂ
ਆ ਹੁਣ ਵੇਖਿਓ ਰਾਜਨੀਤੀ ਜਿਹੜੀ ਹੈ ਮੈਨੂੰ ਜਰਾ ਦੱਸਿਓ ਪਿਆਰਿਓ ਰਾਜਨੀਤੀ ਜਿਹੜੀ ਅੱਜ ਪੰਜਾਬ ਵਿੱਚ ਚੱਲਦੀ ਹੈ ਉਹ ਜਾਤ ਪਾਤ ਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਬੋਲੋ ਮੰਨਦੀ ਹੈ ਨਾ ਮੰਨਦੀ ਹੈ ਜੇ ਤੂੰ ਜਾਤ ਨਹੀਂ ਵਿਖਾਏਗਾ ਤੇ ਤੈਨੂੰ ਨੌਕਰੀ ਨਹੀਂ ਮਿਲਣੀ ਸ਼ਡਿਊਲ ਕਾਸਟ ਹੈ ਨਾ ਸਾਰਾ ਕੁਝ ਚਾਹੀਦਾ ਇਹ ਹੈ ਵੀ ਲੋੜਵੰਦ ਨੂੰ ਨੌਕਰੀ ਦਿੱਤੀ ਜਾਵੇ ਚਾਹੇ ਉਹ ਕਿਸੇ ਵੀ ਆਪਾਂ ਤੇ ਜਾਤ ਪਾਤ ਇਸ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਗੁਰੂ ਹੈ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਇਹਨਾਂ ਦਾ ਬੋਲਬਾਲਾ ਹੈ ਪ੍ਰਕਾਸ਼ ਨੇ ਨਾ ਹਰੇਕ ਪਿੰਡ 'ਚ ਹਰੇਕ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਬੋਲਬਾਲਾ ਮੰਨੂ ਦਾ ਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੋਲਬਾਲਾ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀ ਤੁਸੀਂ ਕਹੋਗੇ ਲੈ ਐ ਕਿਵੇਂ ਨਗਰ ਕੀਰਤਨ ਤੇ ਏਡੇ ਏਡੇ ਵੱਡੇ ਕੱਢਦੇ ਨੇ ਖੰਡ ਪਾਠ ਤੇ ਇੰਨੇ ਹੁੰਦੇ ਐ ਪ੍ਰਭਾਤ ਫੇਰੀਆਂ ਤੇ ਵੇਖਣੀਆਂ ਸੀ ਐਦਕੀ ਇੰਨੀਆਂ ਪ੍ਰਭਾਤ ਫੇਰੀਆਂ ਹੁੰਦੀਆਂ ਤੁਸੀਂ ਕਹੀ ਜਾਂਦੇ ਐ ਵੀ ਬੋਲਬਾਲਾ ਉਹ ਪਿਆਰਿਓ ਪ੍ਰਭਾਤ ਫੇਰੀਆਂ ਜ਼ਰੂਰ ਐ ਗੁੰਬਦ ਬਹੁਤ ਵੱਡੇ ਵੱਡੇ ਲੱਗੇ ਐ ਨਿਸ਼ਾਨ ਸਾਹਿਬ ਬਹੁਤ ਉੱਚੇ ਉੱਚੇ ਲੱਗੇ ਐ ਪਰ ਬੋਲਬਾਲਾ ਪੰਜਾਬ ਦੇ ਵਿੱਚ ਅੱਜ ਵੀ ਮੰਨੂਦਾ ਐ ਬਾਟਾ ਅੰਮ੍ਰਿਤ ਦਾ ਛੱਕ ਕੇ ਜਿਨ੍ਹਾਂ ਨੇ ਬਾਟੇ ਬਾਟੇ 'ਚ ਛਕਿਆ ਉਹਨਾਂ ਦੇ ਘਰਾਂ ਵਿੱਚ ਵੀ ਛੋਟੀਆਂ ਜਾਤਾਂ ਵਾਲਿਆਂ ਦੀਆਂ ਬਾਟੀਆਂ ਅੱਡ ਰੱਖੀਆਂ ਹੋਈਆਂ ਨੇ ਅਜੇ ਤੱਕ ਜਾਤ ਪਾਤ ਨਿਕਲੀ ਕਿੱਥੇ ਆ ਸਾਡੇ 'ਚ ਅਸੀਂ ਭਰਾ ਭਰਾ ਬਣੇ ਕਦੋਂ ਆ ਇਹਦੀ ਜੜ ਵਿੱਚ ਮੰਨੂ ਬੈਠਾ ਹੈ ਤੇ ਸੁਣੋ ਅੰਮ੍ਰਿਤ ਛੱਕ ਲਿਆ ਜਾਤ ਲਾ ਦੇ ਜੱਟਾ ਜੱਟਪੁਣਾ ਲਾ ਦੇ ਅੱਜ ਤੋਂ ਬਣ ਗਿਆ ਫਲਾਣਾ ਸਿੰਘ ਖਾਲਸਾ ਵੀ ਰਮਦਾਸੀਆਂ ਤੂੰ ਭਾਈ ਚਮਾਰ ਤੂੰ ਇਹ ਨਹੀਂ ਅੱਜ ਤੋਂ ਬਾਅਦ ਕਹਿਣਾ ਵੀ ਅਸੀਂ ਚਮਾਰ ਹੁੰਦੇ ਹਾਂ ਨਾ ਜੀ ਨਾ ਅੱਜ ਤੋਂ ਬਾਅਦ ਫਲਾਣਾ ਸਿੰਘ ਖਾਲਸਾ ਜੱਟ ਜੱਟ ਪੁਣਾ ਛੱਡ ਦੇਵੇ ਮਜ਼ਬੀ ਮਜ਼ਬੀ ਪੁਣਾ ਛੱਡ ਦੇਵੇ ਝੌਰ ਝੌਰ ਪੁਣਾ ਛੱਡ ਦੇਵੇ ਨਾਈ ਨਾਈ ਪੁਣਾ ਛੱਡ ਦੇਵੇ ਸਾਰੇ ਕੀ ਬਣ ਗਏ ਆਪਾਂ ਖਾਲਸੇ ਸਾਰੇ ਖਾਲਸੇ ਬਣ ਗਏ ਤੇ ਤੂੰ ਜੇ ਖਾਲਸਾ ਲਿਖਾ ਕੇ ਲੈ ਕੇ ਜਾਏਗਾ ਇਹਨਾਂ ਨੇ ਨੌਕਰੀ ਨਹੀਂ ਦੇਣੀ ਕਹਿਣਗੇ ਅਸੀਂ ਤੇ ਸ਼ਡਿਊਲ ਕਾਸਟ ਲਈ ਸਪੈਸ਼ਲ ਕੋਟਾ ਰੱਖਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਏ 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 ਅਸੀਂ ਚਾਲ ਇਹਨਾਂ ਨੇ ਖੇਡੀ ਹੈ ਤੂੰ ਜੋ ਮਰਜ਼ੀ ਕਰ ਲੈ ਇਹ ਪੰਜਾਬ ਦੇ ਵਿੱਚੋਂ ਜਾਤ ਪਾਤ ਖਤਮ ਨਹੀਂ ਰਾਜਨੀਤੀ ਇਦਾਂ ਦੀ ਹੈ ਇਹਨੂੰ ਕਹਿੰਦੇ ਗੁਲਾਮ ਹੋਣਾ ਤੁਹਾਡੇ ਸਿਧਾਂਤ ਗੁਲਾਮ ਨੇ ਜਿਹੜੇ ਸਿਧਾਂਤ ਨੇ ਸਾਡੇ ਉਹ ਗੁਲਾਮ ਨੇ ਤੂੰ ਨਿਕਲ ਕੇ ਵਿਖਾ ਇਹਦੇ ਚੋਂ ਕੀ ਕਰ ਲਓਗੇ 100 ਦੇ ਵਿੱਚੋਂ ਸਾਰੇ ਪਿੰਡ ਵਿੱਚ ਅੰਮ੍ਰਿਤਧਾਰੀ ਕੋਈ ਇੱਕ ਬੰਦਾ ਹੋਏਗਾ ਜਿਹੜਾ ਕਹੇਗਾ ਅੱਜ ਤੋਂ ਬਾਅਦ ਮੈਂ ਜਾਤ ਨਹੀਂ ਲਾਉਂਦਾ ਨਹੀਂ ਛੱਡਦਾ ਬੰਦਾ ਇਹਨਾਂ ਨੇ ਬੰਦਾ ਇਸ ਤਰੀਕੇ ਸਿਰ ਜਕੜਿਆ ਹੈ ਨਾ ਉਹ ਨਿਕਲ ਨਹੀਂ ਸਕਦਾ ਗੁਰੂ ਗੁਰੂ ਸਾਹਿਬ ਨੇ ਕਿਹਾ ਜਾਤਾਂ ਲਾ ਦਿਓ ਤੇ ਜਿੱਦਣ ਇਹਨਾਂ ਦਾ ਟਾਈਮ ਆਇਆ ਇਹ ਨਹਿਰੂ ਗਾਂਧੀ ਜੀ ਜਦੋਂ ਆਏ ਹੈ ਇਹਨਾਂ ਨੇ ਫਿਰ ਸਪੈਸ਼ਲ ਕੋਟੇ ਬਣਾ ਦਿੱਤੇ ਕਹਿੰਦੇ ਜਾਤਾਂ ਲਾ ਕੇ ਲਿਆਉਂਗੇ ਤਾਂ ਨੌਕਰੀਆਂ ਮਿਲਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਕਮਾਲ ਨਹੀਂ ਕਿਵੇਂ ਗੁਰੂ ਸਾਹਿਬ ਦੀ ਸੋਚ ਨੂੰ ਮਾਰਿਆ ਜਾਂਦਾ ਗੁਰੂ ਸਾਹਿਬ ਦੀ ਵਿਚਾਰਧਾਰਾ ਲੋਕਾਂ 'ਚ ਨਾ ਫੈਲ ਸਕੇ ਉਹਨੂੰ ਦਬਾਇਆ ਕਿਵੇਂ ਜਾਂਦਾ ਪ੍ਰੈਸ਼ਰ ਪਾਤਾ ਰਾਜਨੀਤੀ ਦਾ ਇੱਥੇ ਕੀ ਕਰੋਗੇ ਹੁਣ ਤੁਸੀਂ ਹੁਣ ਅਗਲੀ ਗੱਲ ਸੁਣੋ ਮੈਨੂੰ ਕਹਿੰਦੇ ਜੀ ਤੁਸੀਂ ਨਾਲ ਤੁਰੋ ਮੈਂ ਕਿਹਾ ਜਿੰਨੀਆਂ ਪਾਰਟੀਆਂ ਪੰਜਾਬ ਵਿੱਚ ਆਈਆਂ ਉਹ ਸ਼ਡਿਊਲ ਕਾਸਟ ਵਾਲੀ ਰਾਜਨੀਤੀ ਸਾਰਿਆਂ ਨੂੰ ਮੰਨਦੀਆਂ ਤੇ ਮੈਂ ਕਿਹਾ ਮੈਂ ਨਵੀਂ ਪਾਰਟੀ ਆਈ ਹੈ ਇਹਨਾਂ ਦੇ ਨਾਲ ਏਦਾਂ ਤੁਰ ਪਈ ਮੈਂ ਕਹੂੰਗਾ ਚਲੋ ਜੀ ਵੋਟਾਂ ਲੈਣ ਚੱਲੀਏ ਚਲੋ ਜੀ ਤੁਰ ਪਏ ਅਸੀਂ ਵੋਟਾਂ ਲੈਣ ਤੁਰ ਪਏ ਸੁਣੋ ਧਿਆਨ ਨਾਲ ਪਿਆਰਿਓ ਅਸੀਂ ਵੋਟਾਂ ਲੈਣ ਤੁਰ ਪਏ ਮੈਂ ਕਹੀ ਜਾਂਦਾ ਮੈਂ ਹੁਣ ਗੁਰਬਾਣੀ ਨੂੰ ਪੜ੍ਹਨ ਕਰਕੇ ਗੁਰਬਾਣੀ ਦਾ ਪ੍ਰਚਾਰਕ ਹਾਂ ਤੇ ਮੈਂ ਪਤਾ ਕੀ ਬੋਲਣਾ ਕਿਸੇ ਦੇ ਘਰੇ ਜਾ ਕੇ ਭਾਈ ਜਾਤਾਂ ਪਾਤਾਂ ਲਾ ਦਿਓ ਨਾਂ ਨਾਲ ਅੰਮ੍ਰਿਤ ਛਕੋ ਸਿੰਘ ਸਜੋ ਬਾਣੀ ਪੜਿਆ ਕਰੋ ਕੋਈ ਵੱਡਾ ਛੋਟਾ ਨਹੀਂ ਆਪਾਂ ਸਾਰੇ ਭੈਣ ਭਰਾ ਹਾਂ ਤੇ ਨਾਂ ਨਾਲ ਲਿਖਿਆ ਕਰੋ ਖਾਲਸਾ ਇਦਾਂ ਹੀ ਕਹਾਂਗਾ ਜੀ ਮੈਂ ਮੇਰੇ ਨਾਲ ਰਾਜਨੀਤਿਕ ਬੰਦਾ ਵੋਟਾਂ ਮੰਗਣ ਗਿਆ ਉਹ ਪਤਾ ਕੀ ਕਹੂ ਉਹ ਪਿਆਰਿਓ ਤੁਸੀਂ ਤੁਹਾਡੀ ਜਾਤ ਵਾਲਿਆਂ ਨੂੰ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਤੁਸੀਂ ਉਪ ਮੁੱਖ ਮੰਤਰੀ ਛੋਟੀ ਜਾਤ ਵਾਲਾ ਬਣਾਵਾਂਗੇ ਫਿਰ ਉਹਦੇ ਨਾਲ ਸਾਡੀ ਸੁਰ ਰਲੇਗੀ ਕਿਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਲੂ ਪਿਆਰਿਓ ਦੱਸੋ ਦੱਸੋ ਪਿਆਰਿਓ ਰਲੂ ਸਿਧਾਂਤ ਛੱਡ ਕੇ ਤੇ ਮੈਂ ਉਹਦੇ ਨਾਲ ਰਲ ਸਕਦਾ ਜਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਛੱਡਾਂ ਫਿਰ ਮੈਂ ਰਲ ਸਕਦਾ ਵੀ ਚੱਲ ਮੈਂ ਤੇਰੇ ਨਾਲ ਗੁਰੂ ਸਾਹਿਬ ਕਹਿੰਦੇ ਆ ਜਾਤ ਹੁੰਦੀ ਨਹੀਂ ਰਾਜਨੀਤਿਕ ਕਹਿੰਦੇ ਆ ਛੋਟੀ ਜਾਤ ਵਾਲਿਆਂ ਨੂੰ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਤੇ ਫਿਰ ਕਰੋਗੇ ਕੀ ਤੁਸੀਂ ਕਿਵੇਂ ਨਾਲ ਤੁਰੋਗੇ
ਮੈਂ ਜਿਹੜੀ ਗੱਲ ਕਰਦਾ ਸੁਣੋ, ਕਈ ਸਿੱਖ ਆਪਣੇ ਸਾਡੇ ਚ ਆਪ ਕਹਿੰਦੇ ਆ ਮੀਰੀ ਤੇ ਪੀਰੀ ਇਕੱਠੀਆਂ ਹੈ, ਕਹਿੰਦੇ ਨੇ ਕਈ ਗੁਰੂ ਸਾਹਿਬ ਨੇ ਬਣਾਇਆ ਜੀ ਇੱਕ ਮੀਰੀ ਪੀਰੀ ਇਕੱਠੀਆਂ ਹੈ, ਰਾਜਨੀਤੀ ਤੇ ਧਰਮ ਇਕੱਠੇ ਹੈ। ਉਹ ਭਾਈ ਚੇਤਾ ਰੱਖਿਓ, ਅੱਜ ਵਾਲੀ ਰਾਜਨੀਤੀ ਜਿਹੜੀ ਹੈ ਇਹ ਮੰਨੂ ਵਾਲੀ ਸੋਚ ਨਾਲ ਇਕੱਠੀ ਹੈ, ਗੁਰੂ ਵਾਲੀ ਪੀਰੀ ਮੀਰੀ ਜਿਹੜੀ ਹੈ ਨਾ ਅੱਜ ਮੰਨੂ ਨਾਲ ਇੱਕਮਿਕ ਹੋਈ ਫਿਰਦੀ ਹੈ, ਅੱਜ ਵਾਲੀ ਮੀਰੀ ਮੰਨੂ ਨਾਲ ਇੱਕਮਿਕ ਹੋਈ ਫਿਰਦੀ ਹੈ, ਗੁਰੂ ਵਾਲੀ ਪੀਰੀ ਅਜੇ ਜੰਮੀ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹ, ਜੰਮੀ ਵੀ ਨਹੀਂ ਅਜੇ। ਜੇ ਜੰਮੀ ਹੁੰਦੀ ਰਾਜਨੀਤੀ ਤੇ ਧਰਮ ਇਕੱਠਾ ਕਰਨਾ ਜਦੋਂ ਤੁਸੀਂ, ਇਹ ਮੀਰੀ ਤੇ ਪੀਰੀ, ਪੀਰੀ ਹੁੰਦੀ ਗੁਰੂ ਗ੍ਰੰਥ ਸਾਹਿਬ ਵਾਲੀ ਤੇ ਮੀਰੀ ਹੁੰਦੀ ਤਾਕਤ ਹੁੰਦੀ ਰਾਜਿਆਂ ਵਾਲੀ, ਤੇ ਮੀਰੀ ਤੇ ਪੀਰੀ ਇਕੱਠੀਆਂ ਹੋ ਜਾਂਦੀਆਂ ਨੰਗੇ ਧੜ ਜਿੱਦਣ ਜਿੱਦਣ ਜਾਤ ਖਤਮ ਕਰਨ ਵਾਲੀ ਰਾਜਨੀਤੀ ਕਿੱਥੇ ਆਏਗੀ, ਤੇ ਗੁਰੂ ਗ੍ਰੰਥ ਸਾਹਿਬ ਉਹਦਾ ਬੇਸ ਹੋਏਗਾ। ਜਿੱਥੇ ਮਰਜ਼ੀ ਲੈ ਜਾਓ, ਹਰੇਕ ਗੱਡੀ 'ਚ ਬਹਿ ਕੇ ਮੈਂ ਕਹਿੰਦਾ ਬੋਨਟ ਤੇ ਬਹਿ ਕੇ ਵੀ ਵੋਟਾਂ ਮੰਗ ਲਓ ਲੋਕਾਂ ਤੋਂ ਵੀ ਆ ਜਾ। ਸ੍ਰੀ ਅਕਾਲ, ਗੱਡੀ ਦੇ ਬੋਨਟ ਤੇ ਬਾ ਲਿਓ, ਆਜੋ ਭਾਈ ਹੁਣ ਗੱਲ ਬਣੀ ਹੈ। ਆਹ ਰਾਜਨੀਤੀ ਹੈ ਜਿਹੜੀ ਗੰਦ ਸਾਫ਼ ਕਰ ਦੂ, ਇਹਦੀ ਜੜ ਚ ਕੌਣ ਹੈ, ਇਹਦਾ ਬੇਸ ਕੌਣ ਹੈ, ਗੁਰੂ ਗ੍ਰੰਥ ਸਾਹਿਬ, ਜਿਹੜਾ ਜਾਤ ਪਾਤ ਨੂੰ ਨਹੀਂ ਮੰਨਦਾ। ਵੱਡਾ ਛੋਟਾ ਕੋਈ ਨਹੀਂ, ਅਵਲ ਅੱਲਾ ਨੂਰ ਉਪਾਇਆ ਦੀ ਗੱਲ ਹੁਣ ਸਮਝ ਆਈ ਹੈ, ਉਦਣ ਤੁਰਾ ਕੇ ਅਜੇ ਤੇ ਉਹ ਰਾਜਨੀਤੀ ਚੱਲੀ ਵੀ ਨਹੀਂ, ਇੱਥੇ ਸ਼ੁਰੂ ਵੀ ਨਹੀਂ ਹੋਈ ਪੈ ਰਿਹਾ। ਤਾਂ ਕਰਕੇ ਜਿਹੜੀ ਮੈਂ ਗੱਲ ਕਰਦਾ ਸੀ ਉਸ ਗੱਲ ਨੂੰ ਸਮਝੋ, ਵੀ ਵਿਦੇਸ਼ਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਗੁਰੂ ਬਾਣੀ ਵਿੱਚ ਲਿਖਿਆ ਇਹਨੂੰ ਉਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ, ਰਾਜਨੀਤੀ ਵਿੱਚ ਲਿਆ ਇਹ ਚੀਜ਼ਾਂ, ਇਹ ਉਹਨਾਂ ਨੇ ਲਾਗੂ ਕੀਤੀਆਂ। ਇਹ ਗਿਆਨ ਆਇਆ ਕਿੱਥੋਂ? ਹੁਣ ਅਗਲਾ ਸਵਾਲ ਇਹ ਵੀ ਆਉਂਦਾ ਵੀ ਉਹਨਾਂ ਕੋਲ ਕਿੱਥੋਂ ਆ ਗਿਆ, ਉਹਨਾਂ ਨੇ ਸਾਡੇ ਤੋਂ ਚੋਰੀ ਕੀਤਾ। ਜੇ ਆਪਾਂ ਹੁਣ ਇਹ ਕਹੀਏ ਵੀ ਸਾਡੇ ਤੋਂ ਗੁਰੂ ਇੱਥੋਂ ਸਿੱਖ ਕੇ ਸਾਰਿਆਂ ਕੁਛ ਪਿਆਰਿਓ, ਇਹ ਗੱਲ ਜਿਹੜੀ ਹੈ ਨਾ ਇਹ ਅਗਲੀ ਗੱਲ ਵੀ ਜ਼ਰੂਰ ਧਿਆਨ 'ਚ ਰੱਖਿਓ। ਹੋ ਸਕਦਾ ਹੈ ਉਹਨਾਂ ਨੇ ਗੁਰਬਾਣੀ ਤੋਂ ਸੇਧ ਲੈ ਕੇ ਸੰਵਿਧਾਨ ਬਣਾਏ ਹੋਣ, ਹੋ ਸਕਦਾ ਹੈ, ਪੋਸੀਬਿਲਿਟੀ ਹੈ। ਪਰ ਆਹ ਜਿਹੜਾ ਸੱਚਾ ਗਿਆਨ ਸੁਰਤ ਵਿੱਚ ਆਉਂਦਾ ਹੈ ਨਾ, ਮਾਫ਼ ਕਰਨਾ, ਇਹ ਕਿਸੇ ਹੋਰ ਦੀ ਸੁਰਤ ਵਿੱਚ ਵੀ ਆ ਸਕਦਾ ਹੈ, ਆ ਸਕਦਾ ਹੈ। ਦਇਆ ਕਰਨੀ, ਤਰਸ ਕਰਨਾ, ਹੁਣ ਇੱਕ ਵੇਖੋ, ਹੁਣ ਆਪਾਂ ਜਾ ਰਹੇ ਹਾਂ, ਐਕਸੀਡੈਂਟ ਹੋ ਗਿਆ, ਆਪਾਂ ਬਾਣੀ ਚੋਂ ਪੜਿਆ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਕਿਸੇ ਤੇ ਦਇਆ ਕਰੋ, ਤੇ ਆਪਾਂ ਕਿਹਾ ਐਕਸੀਡੈਂਟ ਹੋਇਆ ਗੱਡੀ ਰੋਕੋ, ਇਹ ਬੰਦੇ ਨੂੰ ਬਾਹਰ ਕੱਢੋ, ਇਹਦਾ ਇਲਾਜ ਕਰੀਏ, ਇਹ ਆਪਾਂ ਕਹਿ ਰਹੇ ਹਾਂ। ਤੇ ਕੋਈ ਗੋਰਾ ਹੈ ਉਹ ਦਾੜੀ ਕੇਸ ਨਹੀਂ ਕੱਟੇ, ਕਲੀਨ ਸ਼ੇਪ ਹੈ ਉਹ, ਨਹੀਂ ਉਹ ਕਦੇ ਨਹੀਂ, ਉਹਨੇ ਬਾਣੀ ਨਹੀਂ ਪੜ੍ਹੀ, ਉਹ ਜਾਣਦਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਕੀ ਹੈ। ਉਹਦੇ ਮਨ ਵਿੱਚ ਆਇਆ ਜਦੋਂ ਬੰਦਾ ਐਕਸੀਡੈਂਟ ਹੋਇਆ ਵੀ ਯਾਰ ਰੁਕੋ, ਆਹ ਬੰਦਾ ਮਰਨਦਾ, ਇਹਨੂੰ ਗੱਡੀ 'ਚ ਪਾਓ, ਇਹਨੂੰ ਚੁੱਕ ਕੇ ਲੈ ਜਾਓ। ਉਸ ਸੁਰਤ ਵਿੱਚ ਜਿਹੜਾ ਆਉਂਦਾ ਹੈ ਉਹ ਹੈ ਸੱਚਾ ਗੁਰੂ, ਉਹ ਹੈ ਗੁਰ ਪਰਮੇਸ਼ਰ ਇੱਕੋ ਜਿਹਾ, ਉਹ ਆਉਂਦਾ ਸੁਰਤ। ਤੇ ਸਾਡੇ ਵਰਗਾ ਤੇ ਇਹ ਨਹੀਂ ਪਤਾ, ਮੇਰੇ ਵਰਗਾ ਕਿਰਪਾਨ ਸਾਰੀ ਜ਼ਿੰਦਗੀ ਉੱਪਰ ਦੀ ਹੋਈ ਰੱਖੀ ਹੋਵੇ, ਗਾਤਰਾ 3 ਫੁੱਟੀ ਹੱਥ 'ਚ ਵੀ ਰੱਖਦਾ ਹੋਵੇ, ਹੋ ਸਕਦਾ ਹੈ। ਤੇ ਜਦੋਂ ਇਹ ਬੰਦਾ ਹਾਏ ਹਾਏ ਕਰਦਾ ਹੋਵੇ ਤੇ ਸਗੋਂ ਗੱਡੀ ਦੀ ਸਪੀਡ ਹੋਰ ਵਧਾ ਲਵੇ, ਕਿਤੇ ਪੰਗਾ ਹੀ ਨਾ ਪੈ ਜੇ ਸਾਡੀ ਸੁਰਤ ਦੇ, ਤੇ ਨੇੜੇ ਤੇੜੇ ਵੀ ਨਹੀਂ ਉਹਦੇ ਆਉਣੋਂ ਵੀ ਹਟ ਜਾਂਦਾ। ਫਿਰ ਉਹ ਗੁਰ ਪਰਮੇਸ਼ਰ ਜਿਹਨੂੰ ਕਹਿੰਦੇ ਨਾ, ਉਹ ਤੇ ਫਿਰ ਆਵਾਜ਼ ਵੀ ਜਿਹੜੀ ਆਉਣੋਂ ਸੁਣੋ ਹਟ, ਕਿਉਂਕਿ ਅਸੀਂ ਸੁਣਦੇ ਹੀ ਨਹੀਂ ਕਦੇ, ਉਹ ਸੱਚ ਸੁਣਦੇ ਹੀ ਨਹੀਂ ਅਸੀਂ ਕਦੇ। ਤਾਂ ਕਰਕੇ ਪਿਆਰਿਓ ਉਹਨਾਂ ਨੇ ਇਹ ਜਿਹੜਾ ਗਿਆਨ ਆਪਾਂ ਨੂੰ ਮਿਲਿਆ ਜਿਹਨੂੰ ਮੱਥਾ ਟੇਕਦੇ ਆ, ਉਹਨਾਂ ਨੇ ਆਪਣੇ ਜੀਵਨ 'ਚ ਲਾਗੂ ਕੀਤਾ, ਤਾਂ ਉਹ ਦੇਸ਼ ਸੋਹਣੇ ਹੈ, ਤਾਂ ਉਹ ਕੰਟਰੀਆਂ ਜਿਹੜੀਆਂ ਨੇ ਸੋਹਣੀਆਂ ਲੱਗਦੀਆਂ ਹੈ। ਜਦੋਂ ਆਪਣੇ ਇਹ ਚੀਜ਼ਾਂ ਲਾਗੂ ਹੋਣਗੀਆਂ ਕਦੇ ਨਾ ਕਦੇ ਫਿਰ ਗੱਲ ਬਣੇਗੀ। ਤੇ ਲਾਗੂ ਕਰਨੀਆਂ ਕਿੰਨੇ ਆ ਜੀ, ਇਹ ਆਪਣੇ ਤੋਂ ਸ਼ੁਰੂ ਹੋਣਾ, ਇਹ ਲੋਕਾਂ ਨੇ ਨਹੀਂ ਲਾਗੂ ਕਰਨੀਆਂ, ਅਸੀਂ ਕਰਨੀਆਂ, ਸਾਡੇ ਬੱਚਿਆਂ ਨੇ ਕਰਨੀਆਂ, ਅਸੀਂ ਆਪਣੀਆਂ ਪੀੜ੍ਹੀਆਂ ਲਈ ਕਰਨੀਆਂ। ਅਸੀਂ ਔਖੇ ਹੋ ਲਈਏ, ਅਸੀਂ ਦੋਸ਼ ਨਾ ਇੱਕ ਦੂਜੇ ਨੂੰ ਦਈਏ, ਆਪਾਂ ਐਂ ਕਰੀਏ, ਆਪਾਂ 2-4 ਘੰਟੇ ਰੋਜ਼ ਕੱਢ ਕੇ ਆਪਾਂ ਜਾ ਕੇ ਪਰਾਲੀਆਂ ਇਕੱਠੀਆਂ ਕਰ ਲਈਏ, ਯਾਰ ਮਿਹਨਤ ਆਪਾਂ ਕਰ ਲਈਏ,
ਆਪਾਂ ਥੋੜਾ ਜਿਹਾ ਖਰਚੇ ਦੂਜੇ ਪਾਸਿਓਂ ਘਟਾ ਕੇ ਵਿਆਹ ਉੱਤੇ ਡੀਜੇ ਵਾਲਿਆਂ ਨੂੰ ਛੱਡੋ ਪਰੇ 50,000 ਨਹੀਂ ਦੇਵਾਂਗੇ ਯਾਰ, ਔਰਕੈਸਟਰਾ ਵਾਲਿਆਂ ਨੂੰ ਛੱਡੋ ਪਰੇ, ਉਹ 50,000 ਲਾ ਕੇ ਆ ਇਕੱਠੀ ਕਰ ਲਈਏ ਖਰਚੇ ਖੁਰਚੇ, ਜੇ ਇਹਨਾਂ ਨੂੰ ਅੱਗ ਹੀ ਨਾ ਲਾਉਣੀ ਪਵੇ, ਕੋਈ ਪ੍ਰਬੰਧ ਕਰੀਏ, ਏਦਾਂ ਦਾ ਕੁਛ ਕਰ ਲਈਏ, ਆਪਣੇ ਤੋਂ ਸ਼ੁਰੂ ਕਰੋ। ਇਹ ਸੋਚ ਸਾਡੇ ਵਿੱਚ ਲਾਗੂ ਹੋਵੇ, ਬਸ ਗੁਰੂ ਸਾਹਿਬ ਸਾਨੂੰ ਇਹ ਅਕਲ ਦੇਣ, ਇਹ ਸੋਝੀ ਦੇਣ। ਤਾਂ ਕਰਕੇ ਕਿੱਦਾਂ ਦੀ ਜਿਉਣੀ ਹੈ, ਕਿੰਨੀ ਜਿਉਣੀ ਹੈ, ਇਹ ਸਾਡੇ ਹੱਥ ਹੈ। ਤੇ ਤਕੜੇ ਹੋਈਏ, ਗੁਰਮਤ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਦੇ ਸਤਾਰ। ਜਿੱਥੇ ਆਪ ਵੀ ਤਰਨਾ ਹੈ ਤੇ ਹੋਰਾਂ ਨੂੰ ਵੀ ਤਾਰੀਏ। ਜੇ ਗੱਲ ਤੁਹਾਡੇ ਕਿਸੇ ਵੀਰ ਭੈਣ ਭਰਾ ਦੇ ਸਮਝ ਚ ਆਉਂਦੀ ਹੈ, ਉਹ ਫਿਰ ਅੱਗੇ ਵੀ ਸਮਝਾਓ, ਅੱਗੇ ਤੋਂ ਅੱਗੇ ਸਮਝਾਓ ਭਾਈ। ਸਾਨੂੰ ਗੁਰਦੁਆਰਿਆਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਹੈ, ਉਹ ਗੱਲਾਂ ਸਾਨੂੰ ਸਮਝਾਈਆਂ ਜਾਣ। ਹੁਣ ਅੰਮ੍ਰਿਤਸਰ ਚਲੇ ਜਾਓ, ਦਰਬਾਰ ਸਾਹਿਬ ਉੱਥੇ ਤੁਸੀਂ ਜਾਓ, ਉੱਥੇ ਇਹ ਗੱਲਾਂ ਸਮਝਾਉਣੀਆਂ ਰੋਜ਼ ਦੀ ਰੋਜ਼। ਆ ਜਿਹੜੀਆਂ ਗੱਲਾਂ ਮੈਂ ਸਟੇਜ ਤੇ ਕੀਤੀਆਂ, ਇਹ ਗੱਲਾਂ ਰੋਜ਼ ਪੀਟੀਸੀ ਤੇ ਕਥਾ 'ਚ ਚੱਲਣੀਆਂ ਚਾਹੀਦੀਆਂ। ਬੱਚਾ ਬੱਚਾ ਮੰਜੀ ਸਾਹਿਬ ਦੀ ਕਥਾ ਸੁਣਦਾ, ਨਿੱਕੀਆਂ ਨਿੱਕੀਆਂ ਨਿੱਕੇ ਨਿੱਕੇ ਨੁਕਤੇ, ਜਿੰਨੇ ਸਾਡੀਆਂ ਪ੍ਰੋਬਲਮਾਂ ਨੇ, ਜੋ ਸਾਡੇ ਲਈ ਕਰਨਾ ਚਾਹੀਦਾ, ਉੱਥੋਂ ਸਾਨੂੰ ਪਲਾਨ ਮਿਲਣੇ ਚਾਹੀਦੇ ਹੈ। ਉੱਥੇ ਬਹਿ ਕੇ ਪਲਾਨ ਹੋਣ ਵੀ ਏਦਾਂ ਭਾਈ ਕਰੋ, ਏਦਾਂ ਏਦਾਂ ਪ੍ਰਬੰਧ ਕਰੋ, ਆਹ ਆਹ ਚੀਜ਼ਾਂ ਦੀ ਲੋੜ ਹੈ, ਆਹ ਗੱਲਾਂ ਸਮਝਾਈਆਂ ਜਾਣ। ਉਹ ਬੰਦੇ ਮਿਹਨਤ ਕਰਨ, ਐਤਕੀ ਪਿਆਰਿਓ ਏਦਾਂ ਦੀਆਂ ਗੱਲਾਂ ਤੱਕ ਵੀ ਸਾਨੂੰ ਕਾਢਾਂ ਕੱਢ ਕੇ ਦੇਣ। ਐਸ ਜੀ ਪੀ ਸੀ ਦਾ ਬਜਟ ਕੋਈ ਥੋੜਾ ਨਹੀਂ, ਵੱਡੇ ਵੱਡੇ ਬੁੱਧੀਜੀਵੀ ਬੰਦੇ ਜਿਹੜੇ ਆ, ਇਹਨਾਂ ਨੂੰ ਜਾਣਕਾਰੀ ਹੈ ਜਿਨ੍ਹਾਂ ਦੀ, ਉਹ ਦੱਸਣ ਵੀ ਐਤਕੀ ਆਹ ਫਸਲਾਂ ਬੀਜੋ, ਐਤਕੀ ਆਹ ਚੀਜ਼ਾਂ ਲਾਇਓ ਕਿਸਾਨੋ, ਐਤਕੀ ਆਹ ਫਸਲ ਤੁਹਾਡੀ ਬਹੁਤ ਵਿਕੂ, ਐਤਕੀ ਆਹ ਫਸਲ ਲਾਓ। ਇਕੱਲੀ ਇਕੱਲੀ ਚੀਜ਼ ਸਾਨੂੰ ਸਮਝਾਈ ਜਾਵੇ ਤਾਂ ਕੁਛ ਚੇਂਜ ਹੋ ਸਕਦਾ ਪਿਆ, ਤਾਂ ਕੁਛ ਅੱਗੇ ਚੇਂਜ ਹੋਣਾ, ਨਹੀਂ ਤੇ ਬੜਾ ਔਖਾ, ਨਹੀਂ ਤੇ ਬੜਾ ਮੁਸ਼ਕਲ। ਤਾਂ ਕਰਕੇ ਆਓ ਆਪਾਂ ਸਾਰੇ ਇਹਦੇ ਵਿੱਚ ਯੋਗਦਾਨ ਪਾਈਏ, ਆਪਾਂ ਸਾਰੇ ਯਤਨ ਕਰੀਏ। ਤੇ ਜਦੋਂ ਗੁਰੂ ਸਾਹਿਬ ਨੇ ਬਣਾਏ ਹੈ ਨਾ, ਜਦੋਂ ਗੁਰੂ ਸਾਹਿਬ ਨੇ ਸ਼ਹਿਰ ਵਸਾਏ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਵਸਾਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਰਨ ਤਾਰਨ ਵਸਾਇਆ, ਇਦਾਂ ਹੀ ਸਾਰੇ ਗੁਰੂ ਸਾਹਿਬ ਨੇ ਨਗਰ ਵਸਾਏ, ਆਨੰਦਪੁਰ ਸਾਹਿਬ ਵੀ ਵਸਿਆ। ਆ ਗੱਲ ਧਿਆਨ ਨਾਲ ਸੁਣਿਓ, ਬਸ ਆਪਾਂ ਸਮਾਪਤੀ ਕਰੀਏ ਧਿਆਨ ਨਾਲ। ਜਿਹੜੇ ਗੁਰੂ ਸਾਹਿਬ ਨੇ ਵਸਾਏ ਹੈ ਨਾ ਜਿਹੜੇ ਨਗਰ, ਉਹਨਾਂ ਨਗਰਾਂ ਵਿੱਚ ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ, ਉਹਨਾਂ ਨਗਰਾਂ ਦੇ ਵਿੱਚ ਦਸਵੰਧ ਕੱਢ ਕੇ, ਦਸਵੰਧ ਕੀ ਹੈ ਅੱਜ ਦੇ ਹਿਸਾਬ ਨਾਲ, ਜੇ ਦਸਵੰਧ ਨੂੰ ਕਹਿਣਾ ਹੋਵੇ ਤੇ ਟੈਕਸ, ਅੱਜ ਦਾ ਜਿਹੜਾ ਟੈਕਸ ਲਾਇਆ ਜਾਂਦਾ ਹੈ ਆਪਣੀ ਭਾਸ਼ਾ ਵਿੱਚ ਦਸਵੰਧ ਕਹਿੰਦੇ ਆ, ਦਸਵਾਂ ਹਿੱਸਾ। ਸਾਰੇ ਸਿੱਖ ਦਸਵੰਧ ਕੱਢਦੇ ਸੀ, ਧਿਆਨ ਨਾਲ ਸੁਣਿਓ, ਉਹ ਦਸਵੰਧ ਕੱਢ ਕੇ ਉਹ ਫਿਰ ਕਿਤੇ ਨਾ ਕਿਤੇ ਆਪਣੇ ਪਿੰਡ ਦੇ ਵਿੱਚ ਵਰਤਦੇ ਸੀ, ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ। ਹਫ਼ਤੇ ਵਿੱਚ ਇੱਕ ਦਿਨ ਸਫਾਈ ਕੀਤੀ ਜਾਂਦੀ ਸੀ ਸਾਰੇ ਪਿੰਡ ਦੀ, ਤੇ ਸਵੇਰੇ ਸਵੇਰੇ ਸਾਰਿਆਂ ਨੇ ਧਰਮਸ਼ਾਲਾ ਵਿੱਚ ਇਕੱਠੇ ਹੋਣਾ, ਬਹਿ ਕੇ ਬਾਣੀ ਦੀਆਂ ਵਿਚਾਰਾਂ ਹੋਣੀਆਂ। ਬਾਣੀ ਦੀ ਵਿਚਾਰ ਤੋਂ ਬਾਅਦ ਗੁਰੂ ਸਾਹਿਬ ਨੇ ਕਹਿਣਾ, ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਵਸਾਇਆ, ਕਹਿਣਾ ਆ ਜਾਓ ਭਾਈ ਹੁਣ ਖੇਤਾਂ ਨੂੰ ਚੱਲੀਏ, ਹਲ ਵਾਹੀਏ, ਆਖੋ ਸਤਨਾਮ। ਫਿਰ ਸਾਰਿਆਂ ਨੇ ਕੰਮ ਕਰਨਾ, ਸਾਰੇ ਜਿਹੜੇ ਉਦੋਂ ਦੀਆਂ ਗੱਲਾਂ ਨੇ ਜਦੋਂ ਲੋਕੀ ਹੁੱਕੇ ਪੀਂਦੇ ਸੀ ਬਹਿ ਕੇ, ਕੋਈ ਨਹੀਂ ਸੀ ਡੱਕਾ ਤੋੜਦਾ, ਕੋਈ ਕੰਮ ਨਹੀਂ ਸੀ ਕਰਦਾ। ਕਰਤਾਰਪੁਰ ਦਾ ਬੱਚਾ ਬੱਚਾ ਕੰਮ ਕਰਦਾ ਸੀ, ਹਫ਼ਤੇ ਬਾਅਦ ਸਾਰੇ ਇਕੱਠੇ ਹੁੰਦੇ ਸੀ, ਸਾਰਾ ਪਿੰਡ ਦੀ ਸਫਾਈ ਕੀਤੀ ਜਾਂਦੀ ਸੀ, ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ, ਅੱਡ ਅੱਡ ਖੂਹ ਨਹੀਂ ਸੀ, ਇੱਕੋ ਖੂਹ ਤੋਂ ਸਾਰੇ ਪਾਣੀ ਭਰ ਸਕਦੇ ਸੀ। ਤੇ ਜਿਹੜਾ ਬੰਦਾ ਕਰਤਾਰਪੁਰ ਵਿੱਚ ਆਉਂਦਾ ਸੀ ਉਹਨੂੰ ਐਂ ਲੱਗਦਾ ਸੀ ਵੀ ਕਿਸੇ ਹੋਰ ਹੀ ਦੇਸ਼ ਵਿੱਚ ਆ ਗਏ, ਆਖੋ ਸਤਨਾਮ। ਕਰਤਾਰਪੁਰ ਏਦਾਂ ਦਾ ਬਣਾ ਕੇ ਵਿਖਾਇਆ, ਗੁਰੂ ਸਾਹਿਬ ਨੇ ਇਹ ਚੀਜ਼ਾਂ ਪ੍ਰੈਕਟੀਕਲ ਕਰਕੇ ਵਿਖਾਈਆਂ। ਜਦੋਂ ਕਰਤਾਰਪੁਰ ਵਸਾਇਆ ਤੇ ਅੱਖ 'ਚ ਰੜਕਦਾ ਸੀ ਉਹ ਕਰਤਾਰਪੁਰ, ਉਹਨਾਂ ਵੇਲਿਆਂ ਦੀਆਂ, ਧਿਆਨ ਨਾਲ ਸੁਣਿਓ, ਉਹਨਾਂ ਵੇਲਿਆਂ ਦੀਆਂ ਸਰਕਾਰਾਂ ਦੀ ਅੱਖ 'ਚ ਰੜਕਦਾ ਸੀ ਕਰਤਾਰਪੁਰ, ਵੀ ਇਹ ਤੇ ਮਾਡਲ ਬਣਾ ਦਿੱਤਾ।
ਇਹ ਤੇ ਮਾਡਲ ਬਣਾਤਾ। ਫਿਰ ਸੁਣੋ ਪਿਆਰਿਓ, ਇਧਰ ਵੇਖਿਓ ਧਿਆਨ ਨਾਲ ਸੁਣਿਓ। ਅੱਜ ਇਦਾਂ ਦਾ ਇੱਕ ਵੀ ਮਾਡਲ ਪੰਜਾਬ ਦੇ ਪੰਜਾਬ ਦਾ ਪਿੰਡ ਤੁਹਾਡੇ ਕੋਲ ਨਹੀਂ, ਇੱਕ ਵੀ ਮਾਡਲ ਨਹੀਂ ਇਦਾਂ ਦਾ ਜਿੱਥੇ ਕੋਈ ਜਾਤ ਪਾਤ ਨਾ ਪੁੱਛਦਾ ਹੋਵੇ, ਸਾਰੇ ਸਾਰੇ ਪਿੰਡ ਦੀ ਸਾਰਾ ਪਿੰਡ ਇਕੱਠਾ ਹੋ ਕੇ ਸਫਾਈ ਕਰਦਾ ਹੋਵੇ, ਸਾਰੇ ਦਸਵੰਧ ਕੱਢ ਕੇ ਆਪਣੇ ਸਕੂਲ ਤੇ ਲਾਉਂਦੇ ਹੋਣ, ਦਵਾਖਾਨਾ ਫ੍ਰੀ ਹੋਵੇ, ਇਦਾਂ ਦਾ ਕੁਝ ਵੀ ਨਹੀਂ ਕੀਤਾ। ਵਿਦੇਸ਼ਾਂ ਦੇ ਵਿੱਚ ਦਵਾਈ ਇੱਕੋ ਜੀ ਮਿਲਦੀ ਹੈ, ਕਰਤਾਰਪੁਰ ਦਵਾਈ ਇੱਕੋ ਜੀ ਮਿਲਦੀ ਸੀ ਸਾਰਿਆਂ ਨੂੰ, ਵਿਦੇਸ਼ਾਂ ਵਿੱਚ ਐਜੂਕੇਸ਼ਨ ਇੱਕੋ ਜੀ ਮਿਲਦੀ ਹੈ, ਕਰਤਾਰਪੁਰ ਵਿੱਚ ਐਜੂਕੇਸ਼ਨ ਇੱਕੋ ਜੀ ਮਿਲਦੀ ਸੀ, ਵਿਦੇਸ਼ਾਂ ਵਿੱਚ ਸਾਰੇ ਲੋਕ ਕੰਮ ਕਰਦੇ ਹੈ, ਕਰਤਾਰਪੁਰ ਦਾ ਬੱਚਾ ਬੱਚਾ ਕੰਮ ਕਰਦਾ ਸੀ, ਵਿਦੇਸ਼ਾਂ ਵਿੱਚ ਸਫਾਈ ਬਹੁਤ ਹੈ, ਕਰਤਾਰਪੁਰ ਦੇ ਰਹਿਣ ਵਾਲੇ ਹਰ ਹਫ਼ਤੇ ਸਾਰੇ ਪਿੰਡ ਦੀ ਸਫਾਈ ਕਰਦੇ ਸੀ, ਵਿਦੇਸ਼ਾਂ ਵਿੱਚ ਲੋਕ ਝੂਠ ਨਹੀਂ ਬੋਲਦੇ, ਕਰਤਾਰਪੁਰ 'ਚ ਰਹਿਣ ਵਾਲਾ ਕੋਈ ਝੂਠ ਨਹੀਂ ਸੀ ਬੋਲਦਾ, ਵਿਦੇਸ਼ਾਂ ਵਿੱਚ ਨਸ਼ੇ ਘੱਟ ਨੇ, ਇਸੇ ਤਰ੍ਹਾਂ ਕਰਤਾਰਪੁਰ ਦੇ ਵਿੱਚ ਕੋਈ ਬੰਦਾ ਨਸ਼ਾ ਨਹੀਂ ਸੀ ਕਰਦਾ। ਉਹ ਕਰਤਾਰਪੁਰ 'ਚ ਜਦੋਂ ਕੋਈ ਬੰਦਾ ਵੜਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਇਹ ਤੇ ਹੋਰ ਹੀ ਦੇਸ਼ ਵਿੱਚ ਆ ਗਏ, ਇਹ ਮਾਡਲ ਬਣਾ ਦਿੱਤਾ ਤੇ ਸਰਕਾਰਾਂ ਨੂੰ ਕਿਹਾ ਇਦਾਂ ਦੇ ਪਿੰਡ ਬਣਾਓ ਇਦਾਂ ਦੇ। ਤੇ ਜੇ ਕਿਤੇ ਸਰਕਾਰਾਂ ਹੁੰਦੀਆਂ ਸੁਹਿਰਦ, ਡਿਕਟੇਟਰਸ਼ਿਪ ਸੀ, ਉਹਨਾਂ ਨੇ ਕਿੱਥੇ ਸੁਣੀ ਗੱਲ, ਉਹ ਕਹਿੰਦੇ ਆਹ ਕੀ ਬਣਾ ਦਿੱਤਾ। ਉਸ ਵੇਲੇ ਦੇ ਬ੍ਰਾਹਮਣ ਨੂੰ ਮੰਨੂ ਨੂੰ ਲੱਗ ਗਈ ਅੱਗ, ਉਸ ਵੇਲੇ ਦੇ ਉਹਨਾਂ ਨੂੰ ਤੇ ਅੱਗ ਲੱਗ ਗਈ ਮੰਨੂਵਾਦੀਆਂ ਨੂੰ ਵੀ ਆਹ ਕੀ ਬਣਾ ਦਿੱਤਾ ਇਹਨਾਂ ਨੇ। ਉਹਨਾਂ ਨੇ ਫਿਰ ਕਰਤਾਰਪੁਰ ਤੇ ਕਬਜ਼ੇ ਕਰਵਾਏ, ਗੁਰੂ ਸਾਹਿਬ ਦੇ ਪੁੱਤਾਂ ਨੂੰ ਵੀ ਉਹਨਾਂ ਨੇ ਆਪਣੇ ਵੱਸ ਕਰਕੇ ਤੇ ਗੁਰੂ ਸਾਹਿਬ ਤੋਂ ਉਲਟ ਚੱਲ ਪਏ, ਪਰਿਵਾਰ ਦੇ ਵਿੱਚ ਵੀ ਇਦਾਂ ਦੇ ਬੰਦੇ ਪੈਦਾ ਕਰਕੇ ਤੇ ਕਰਤਾਰਪੁਰ ਦੇ ਉੱਤੇ ਹੌਲੀ ਹੌਲੀ ਕਬਜ਼ਾ ਕੀਤਾ। ਗੁਰੂ ਅੰਗਦ ਸਾਹਿਬ ਕਹਿੰਦੇ ਕੋਈ ਨਹੀਂ, ਅਸੀਂ ਨਵਾਂ ਖਡੂਰ ਸਾਹਿਬ ਵਸਾ ਲਾਂਗੇ, ਉਹਨਾਂ ਨੇ ਖਡੂਰ ਸਾਹਿਬ ਵਸਾ ਕੇ ਵਿਖਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਬਣਾ ਕੇ ਵਿਖਾਇਆ। ਇਦਾਂ ਦਾ ਸਿੱਖ, ਇਦਾਂ ਦਾ ਬੰਦਾ ਪੈਦਾ ਕਰੋ ਜਿਹੜਾ ਕੰਮ ਕਰੇ, ਮਿਹਨਤ ਕਰੇ, ਇਦਾਂ ਦਾ ਬੰਦਾ ਹੋਵੇ ਜਿਹੜਾ ਕੰਮ ਕਰੇ। ਹਰ ਬੰਦਾ ਕੰਮ ਮਿਹਨਤੀ ਹੋਣਾ ਚਾਹੀਦਾ। ਇਦਾਂ ਦਾ ਸ਼ਹਿਰ ਹੋਵੇ, ਇਦਾਂ ਦਾ ਪਿੰਡ ਹੋਵੇ। ਗੁਰੂ ਸਾਹਿਬ ਸਾਡੇ ਗੁਰੂ ਜੀ ਨੇ ਕਰਕੇ ਵਿਖਾਇਆ ਆਗੂ ਬਣ ਕੇ, ਪਰ ਉਹ ਨਾ ਪਿੰਡ ਸਰਕਾਰਾਂ ਨੂੰ ਪਸੰਦ ਆਏ ਤੇ ਨਾ ਉਹ ਬੰਦੇ ਭਾਈ ਲੈਣੇ ਜਿਹੜਾ ਗੁਰੂ ਨਾਨਕ ਨੇ ਬਣਾਇਆ ਨਾ ਭਾਈ ਲੈਣਾ ਮਾਡਲ, ਵੀ ਇਦਾਂ ਦਾ ਬੰਦਾ ਹੋਣਾ ਚਾਹੀਦਾ, ਨਾ ਉਹ ਬੰਦਾ ਪਸੰਦ ਆਇਆ ਤੇ ਨਾ ਉਹ ਪਿੰਡ ਪਸੰਦ ਆਇਆ। 250 ਸਾਲ ਤੱਕ ਜੱਦੋ ਜਹਿਦ ਕੀਤੀ ਵੀ ਇਦਾਂ ਦੇ ਬੰਦੇ ਹੋਣ, ਇਦਾਂ ਕੰਮ ਕਰਨ, ਇਦਾਂ ਦੇ ਪਿੰਡ ਹੋਣ ਪੰਜਾਬ ਵਿੱਚ। ਜਦੋਂ ਗੁਰੂ ਸਾਹਿਬ ਚਲੇ ਗਏ ਆਨੰਦਪੁਰ ਤੇ ਵੀ ਕਬਜ਼ਾ ਕਰ ਲਿਆ, ਉਦੋਂ ਬਾਅਦ ਮੁੜ ਕੇ ਨਹੀਂ ਕੋਈ ਉਦਾਂ ਦਾ ਪਿੰਡ ਵਸਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਚ ਵੇਖੋ ਕਿੰਨੀ ਵੱਡੀ ਸੀ ਸਾਡੇ ਗੁਰੂ ਸਾਹਿਬ, ਕਿੱਦਾਂ ਦਾ ਬੰਦਾ ਬਣਾਉਣਾ ਚਾਹੁੰਦੇ ਸੀ, ਕਿੱਦਾਂ ਦਾ ਪਿੰਡ ਬਣਾਉਣਾ ਚਾਹੁੰਦੇ ਸੀ। ਇਦਾਂ ਕਹਿੰਦੇ ਸੀ ਇਹਨੂੰ ਵੇਖ ਵੇਖ ਕੇ ਬਣਾਓ, ਅੱਗੇ ਇਦਾਂ ਬਣਾਓ, ਸਾਰੇ ਲੋਕ ਇਦਾਂ ਦੇ ਹੋ ਜਾਣਗੇ। ਹਰ ਬੰਦਾ ਇਹਦੇ ਲਈ ਆਪਣਾ ਆਪ ਕੁਰਬਾਨ ਵੀ ਕਰ ਸਕਦਾ। ਮੇਰੇ ਬੱਚੇ ਤੱਕ ਵੀ ਗੁਰੂ ਸਾਹਿਬ ਕਹਿੰਦੇ ਸ਼ਹੀਦ ਹੋ ਗਏ, ਪਰ ਮੇਰੀ ਸੋਚ ਇਹ ਹੈ ਵੀ ਇਦਾਂ ਦੇ ਲੋਕ ਚਾਹੀਦੇ ਆ, ਇਦਾਂ ਦਾ ਪੰਜਾਬ ਚਾਹੀਦਾ। ਨਹੀਂ ਬਣਿਆ। ਸਮੇਂ ਦੀਆਂ ਸਰਕਾਰਾਂ ਨੂੰ ਕਿੱਥੇ ਪਸੰਦ ਆਉਂਦਾ ਸੀ ਜੀ, ਉਹ ਡਿਕਟੇਟਰਸ਼ਿਪ ਸੀ, ਜਾਤ ਪਾਤ ਨਾ ਹੋਵੇ ਫਿਰ ਸਾਨੂੰ ਕਿਹਨੇ ਪੁੱਛਣਾ। ਵੇਖੋ ਨਾ ਸਰਕਾਰਾਂ ਕਿੱਥੇ ਚਾਹੁੰਦੀਆਂ ਵੀ ਹਰੇਕ ਬੰਦੇ ਕੋਲ ਨੌਕਰੀ ਹੋਵੇ, ਹਰ ਬੰਦਾ ਪੈਸੇ ਵਾਲਾ ਹੋਵੇ। ਸਰਕਾਰ ਇੱਥੇ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਦੇ। ਇਹ ਤੇ ਕਹਿੰਦੇ ਆ ਵੀ ਅਸੀਂ ਕੰਬਲ ਵੰਡਣ ਵਾਸਤੇ ਆਈਏ, ਐ ਕੰਬਲ ਸੁੱਟੀਏ, ਸਾਨੂੰ ਕਿਹਨੇ ਪੁੱਛਣਾ ਜੇ ਕੰਬਲ ਬੋਚਣ ਵਾਲਾ ਹੀ ਨਾ ਕੋਈ ਹੋਇਆ। ਜੇ ਕੰਬਲਾਂ ਨੂੰ ਬੋਚਣ ਵਾਲਾ ਹੀ ਨਾ ਕੋਈ ਹੋਇਆ, ਇਹ ਗਰੀਬ ਜਨਤਾ ਹੋਈ ਨਾ, ਤੇ ਸਾਨੂੰ ਕਿਹਨੇ ਪੁੱਛਣਾ। ਜੇ ਸਾਰੇ ਅਮੀਰ ਹੋ ਗਏ, ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ, ਸਾਰੇ ਬੰਦਿਆਂ ਦੇ ਮਾਈਂਡ ਡਿਵੈਲਪ ਹੋ ਗਏ, ਇਹਨਾਂ ਨੇ ਸਾਨੂੰ ਪੁੱਛਣਾ ਹੀ ਨਹੀਂ, ਇਹ ਸਾਡੀ ਤਰੱਕੀ ਨਹੀਂ ਕਦੇ ਚਾਹੁੰਦੇ। ਉਸ ਵੇਲੇ ਕਰਤਾਰਪੁਰ ਸਰਕਾਰਾਂ ਨੂੰ ਚੁੱਭਦੇ ਰਹੇ, ਇਹ ਮੰਨੂਵਾਦੀਆਂ ਨੂੰ ਉਹ ਕਰਤਾਰਪੁਰ ਚੁੱਭਦਾ ਸੀ, ਭਾਈ ਲੈਣਾ ਜੀ ਚੁੱਭਦੇ ਸੀ। ਇਦਾਂ ਦੇ ਸਿੱਖ ਨਹੀਂ ਪੈਦਾ ਹੋਣੇ ਚਾਹੀਦੇ। ਸੋ ਅੱਜ ਵੀ ਉਹੀ ਹਾਲ ਹੈ, ਉਹ ਚੀਜ਼ ਮੁੜ ਕੇ ਅਸੀਂ ਪੈਦਾ ਨਹੀਂ ਕਰ ਸਕੇ। ਸਾਡਾ ਸਾਰਾ ਕੁਝ ਨਿਕੰਮਾ ਤੇ ਫੇਲ ਹੈ, ਸਾਡੀ ਲੀਡਰਸ਼ਿਪ ਵੀ ਤੇ ਸਾਡਾ ਸਾਰਾ ਸਿਸਟਮ, ਜੋ ਅੱਜ ਧਰਮ ਦਾ ਸਿਸਟਮ ਬਣਿਆ ਹੋਇਆ, ਅਸੀਂ ਕਿਤੇ ਨਾ ਕਿਤੇ ਫੇਲ ਹੋਏ। ਅਸੀਂ ਮੁੜ ਕੇ ਉਹ ਚੀਜ਼ ਪੈਦਾ ਨਹੀਂ ਕਰ ਸਕੇ। ਇੱਕ ਪਿੰਡ ਉਦਾਂ ਦਾ ਨਹੀਂ ਬਣਾ ਸਕੇ, ਪਿੰਡ ਤੇ ਛੱਡੋ, ਅੱਜ ਇੱਕ ਘਰ ਨਹੀਂ ਇਦਾਂ ਦਾ ਲੱਭਦਾ ਜਿੱਥੇ ਜਾਤ ਪਾਤ ਨਾ ਮੰਨੀ ਜਾਂਦੀ ਹੋਵੇ। ਘਰ ਨਹੀਂ ਲੱਭਦਾ ਅੱਜ ਕੱਲ੍ਹ, ਤੇ ਵਿਦੇਸ਼ਾਂ ਵਿੱਚ ਸਾਰਾ ਕੁਝ ਆਮ ਵੇਖਣ ਨੂੰ ਮਿਲਦਾ। ਤਾਂ ਕਰਕੇ ਅਸੀਂ ਬਦਲਾਂਗੇ, ਜ਼ਮਾਨਾ ਤਾਂ ਬਦਲੇਗਾ। ਆਪਣੇ ਤੋਂ ਸ਼ੁਰੂ ਕਰੀਏ, ਆਪਣੇ ਤੋਂ ਆਪਾਂ ਸ਼ੁਰੂ ਕਰੀਏ।
ਇਸ ਕਰਕੇ ਸਰਕਾਰਾਂ ਦਾ ਸਿਸਟਮ ਜਿੱਦਾਂ ਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਨਵੀਂ ਐਜੂਕੇਸ਼ਨ ਦਈਏ ਗੁਰਮਤ ਦੇ ਅਨੁਸਾਰ ਐਜੂਕੇਸ਼ਨ ਹੋਵੇ ਉਹ ਫਿਰ ਜਦੋਂ ਸਾਡੇ ਬੱਚੇ ਵਧੀਆ ਸਮਝਦਾਰ ਬੱਚੇ ਹੌਲੀ ਹੌਲੀ ਐਮਐਲਏ ਬਣਨਗੇ ਮੁੱਖ ਮੰਤਰੀ ਬਣਨਗੇ ਉਹ ਚੇਂਜ ਲੈ ਕੇ ਆ ਸਕਦੇ ਆ ਨਿੱਕੀ ਪਨੀਰੀ ਤੋਂ ਸ਼ੁਰੂ ਕੀਤਾ ਜਾਵੇ ਅੱਜ ਤੋਂ 50 ਸਾਲ ਬਾਅਦ 100 ਸਾਲ ਬਾਅਦ ਹੁਣ ਸਾਡੇ ਅਸੀਂ ਕਿਹੜਾ ਜਿਉਣਾ ਉਦੋਂ ਅਸੀਂ ਕਿਹੜਾ ਵੇਖਣਾ 100 ਸਾਲ ਬਾਅਦ ਅਸੀਂ ਕਿਹੜਾ ਵੇਖਣਾ ਇਸਦੇ ਮਰ ਜਾਾਂਗੇ ਐ ਨਹੀਂ ਨਾ ਹੁੰਦਾ ਐ ਸੋਚ ਕੇ ਕੰਮ ਨਹੀਂ ਚੱਲਦਾ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਸੋਚਿਆ ਸੀ 125 ਸਾਲ ਬਾਅਦ ਜਾ ਕੇ ਖਾਲਸਾ ਸਾਜਿਆ ਪਰ ਉਹ ਸੋਚ ਉਹਦਾ ਪਲਾਨ ਜਿਹੜਾ ਹੈ ਗੁਰੂ ਨਾਨਕ ਨੇ ਕਰ ਲਿਆ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਅਜੇ ਕਈ ਸਰੀਰ ਮੈਨੂੰ ਲੱਗਣਗੇ ਕਈ ਸਰੀਰ ਇਹ ਸੋਚ ਅੱਗੇ ਅੱਗੇ ਲੈ ਕੇ ਜਾਣੀ ਪੈਣੀ ਹੈ ਐਡੀ ਛੇਤੀ ਹੋਣ ਵਾਲਾ ਕੰਮ ਨਹੀਂ ਚਲੋ ਕੋਈ ਨਹੀਂ ਜੇ ਚਵਾਰੇ ਨਾ ਬਣ ਸਕੀਏ ਨੀਂਹ ਤੇ ਬਣ ਜਾਈਏ ਆਖੋ ਸਤਨਾਮ ਨਾ ਵੀ ਦਿਸੀਏ ਭਾਵੇਂ ਨੀਂਹ ਤੇ ਬਣ ਜਾਈਏ ਕੁਛ ਤੇ ਕਰੀਏ ਆਪਣੀ ਜ਼ਿੰਦਗੀ ਚ ਚੇਂਜ ਤੇ ਲਿਆਈਏ ਕੁਛ ਨਾ ਕੁਛ ਤੇ ਬਦਲਣ ਲੱਗੀਏ ਆਪਣੇ ਬੱਚਿਆਂ ਨੂੰ ਏਦਾਂ ਦੇ ਬਣਾਈਏ ਆਉਣ ਵਾਲੀਆਂ ਪੀੜ੍ਹੀਆਂ ਚੇਂਜ ਹੋ ਜਾਣ ਆਉਣ ਵਾਲੇ ਸਮੇਂ ਚ 100 ਸਾਲ ਤੱਕ ਹੋਵੇ ਕੁਛ ਨਾ ਕੁਛ ਤੇ ਬਦਲਾਵ ਆਵੇ ਸਾਰੇ ਬੰਦੇ ਅੱਜ ਹੱਥ ਤੇ ਹੱਥ ਧਰ ਕੇ ਬੈਠੇ ਆ ਨਹੀਂ ਜੀ ਇਹ ਨਹੀਂ ਹੋ ਸਕਦਾ ਐ ਹੁਣ ਅਸੀਂ ਘਰੇ ਜਾ ਕੇ ਬਾਟੀਆਂ ਇਕੱਠੀਆਂ ਕਰ ਦਈਏ ਐ ਨਹੀਂ ਹੋ ਸਕਦਾ ਉਹਦੀ ਬਾਟੀ ਤੇ ਬਾਹਰ ਹੀ ਪਈ ਰਹਿੰਦੀ ਭਾਂਡੇ ਬਾਹਰ ਹੀ ਠੀਕਦੇ ਅਸੀਂ ਤੇ ਨਹੀਂ ਇਕੱਠੇ ਕਰ ਸਕਦੇ ਅਜੇ ਕਿੱਥੇ ਖਤਮ ਹੋ ਸਕਦਾ ਬਹੁਤ ਔਖਾ ਪਰ ਕੋਸ਼ਿਸ਼ ਕਰੋ ਪਿਆਰਿਓ ਸਾਡੇ ਗੁਰੂ ਸਾਹਿਬ ਨੇ ਹਿੰਮਤ ਕੀਤੀ ਸੀ ਕਿੱਥੇ ਤੱਕ ਵੇਖੋ ਲੈ ਕੇ ਗਏ ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਉਹ ਜ਼ਿੰਮੇਵਾਰੀ ਨੂੰ ਸਮਝੀਏ ਬਾਕੀ ਹੌਲੀ ਹੌਲੀ ਸਾਰਾ ਕੁਝ ਚੇਂਜ ਹੋਏਗਾ ਬਾਕੀ ਸਰਕਾਰਾਂ ਦਾ ਜਿਹੜਾ ਸਿਸਟਮ ਹੈ ਤੇ ਇਦਾਂ ਹੀ ਹੈ ਇਹਨਾਂ ਨੇ ਸਾਡੇ ਤੋਂ ਹੀ ਚਾਹ ਜਾ ਹੁਣ ਸਾਡਿਆਂ ਨੂੰ ਤਾਂ ਹੁੰਦਾ ਹੀ ਹੈ ਅੱਜ ਕੱਲ੍ਹ ਫੋਨ ਮਿਲ ਜਾਣੇ ਨੇ ਜੀ ਹੁਣ ਤਾਂ ਨੌਕਰੀਆਂ ਮਿਲ ਜਾਣੀਆਂ ਇਦਾਂ ਹੀ ਚਾਹ ਹੁਣ ਮਿਲ ਗਏ ਮੇਰੇ ਖਿਆਲ ਸਾਰਿਆਂ ਨੂੰ ਇਦਾਂ ਹੀ ਹੁੰਦਾ ਸੀ ਨਾ ਸਾਰਿਆਂ ਭੇਡਾਂ ਨੂੰ ਕਹਿੰਦੇ ਤੁਹਾਨੂੰ ਇੱਕ ਇੱਕ ਕੰਬਲ ਦਿੱਤਾ ਜਾਏਗਾ ਭੇਡਾਂ ਚੌੜੀਆਂ ਹੋਈਆਂ ਫਿਰ ਵੀ ਸਾਨੂੰ ਤੇ ਇੱਕ ਇੱਕ ਕੰਬਲ ਮਿਲੇਗਾ ਖੁਸ਼ ਹੋ ਗਈਆਂ ਭੇਡਾਂ ਕਹਿੰਦੇ ਕੰਬਲ ਮਿਲੇਗਾ ਤੇ ਮੁੜ ਕੇ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੀ ਉਹ ਕਹਿੰਦਾ ਇੰਨੀਆਂ ਭੇਡਾਂ ਲਈ ਉਹਨੂੰ ਕਿੱਥੋਂ ਆਏਗੀ ਫਿਰ ਟੈਨਸ਼ਨ ਪੈ ਗਈ ਵੀ ਇਹ ਤੇ ਮੁੰਨਣਗੇ ਵੀ ਸਾਨੂੰ ਹੀ ਆਖੋ ਸਤਨਾਮ ਐਵੇਂ ਹੀ ਖੁਸ਼ ਹੋਏ ਫਿਰਦੇ ਤੁਸੀਂ ਐਵੇਂ ਹੀ ਖੁਸ਼ ਹੋਏ ਫਿਰਦੇ ਵੀ ਇਹ ਇਹਨਾਂ ਕੋਲ ਉਹਨੂੰ ਕਿੱਥੋਂ ਆਉਣੀ ਹੈ ਇਹ ਉਹਨੂੰ ਕਿੱਥੋਂ ਆਉਣੀ ਹੈ ਇਹ ਜਦੋਂ ਸਾਨੂੰ ਨਹੀਂ ਕਹਿੰਦੇ ਵੀ ਆਟਾ ਦਾਲ ਫ੍ਰੀ ਤੁਹਾਡੇ ਬਿੱਲ ਫ੍ਰੀ ਤੇ ਆਪਾਂ ਅੱਛਾ ਬਿੱਲ ਫ੍ਰੀ ਤੇ ਉਹ ਕੋਈ ਨਹੀਂ ਤੇਰੀ ਮੋਟਰ ਵਾਲਾ ਫ੍ਰੀ ਕਰ ਦੇਣਗੇ ਤੇਰਾ ਘਰ ਵਾਲਾ ਵਧਾ ਦੇਣਗੇ ਉਹਨਾਂ ਨੇ ਉਹਨੂੰ ਤੇਰੀ ਹੀ ਲੈਣੀ ਉਹਨਾਂ ਨੇ ਖਿਹੜਾ ਤੇਰਾ ਛੱਡਣਾ ਥੋੜੋ ਉਹਨਾਂ ਨੇ ਹੋਰ ਪਾਸੇ ਕੱਢ ਲੈਣਾ ਉਹ ਹੋਣਾ ਕਿਤੇ ਉਹ ਕਿਸੇ ਨਾ ਕਿਸੇ ਤੇ ਹੋਰ ਟੈਕਸ ਲਾ ਦੇਣਗੇ ਤੇਰੇ ਘਰ ਤੇ ਟੈਕਸ ਲਾ ਦੇਣਗੇ ਤੇਰੇ ਟਰੈਕਟਰਾਂ ਤੇ ਟੈਕਸ ਲੱਗੀ ਫਿਰਦਾ ਆਉਣਾ ਹੁੰਦਾ ਨਹੀਂ ਅੱਜ ਕਿਤੇ ਮੱਝਾਂ ਦੇ ਟੈਕਸ ਲੱਗਣਾ ਕਿਤੇ ਕੁੱਤਾ ਵੀ ਰੱਖਣਾ ਤਾਂ ਵੀ ਰਜਿਸਟਰਡ ਕਰਾਉਣਾ ਪੈਣਾ ਤੇ ਜੇ ਕੁੱਤੇ ਦਾ ਵੀ ਜਿਹੜਾ ਬੰਦਾ ਸ਼ੌਂਕ ਪਾਲਦਾ ਕੁੱਤੇ ਦਾ ਵੀ ਟੈਕਸ ਲੱਗਣਾ ਹੋਣਾ ਕਹਿੰਦੇ ਨਹੀਂ ਤੇ ਬਸ ਫਿਰ ਹੁਣ ਕੁੱਤਿਆਂ ਤੇ ਟੈਕਸ ਲਾ ਦੇਣਗੇ ਤੁਹਾਨੂੰ ਫੋਨ ਲੈ ਦੇਣਗੇ ਆਖੋ ਸਤਨਾਮ ਬਸ ਫਿਰ ਇੱਕ ਪਾਸਾ ਹੀ ਰਹਿਣਾ ਹੈ ਤੇ ਉਹ ਉਹਨ ਤੇ ਤੇਰੀ ਹੋਈ ਹੈ ਜਿੱਧਰੋਂ ਮਰਜ਼ੀ ਕਰ ਲਓ ਤੁਸੀਂ ਇਦਾਂ ਹੀ ਹੁੰਦਾ ਸਿਸਟਮ ਹੀ ਇਦਾਂ ਚੱਲਦਾ ਸਾਡੇ ਹੀ ਭੈਣ ਭਰਾ ਨੇ ਜੀ ਐਮਐਲਏ ਮੰਤਰੀ ਨੇ ਨਾ ਜਿਹੜੇ ਉਹ ਸਾਡੇ ਚੋਂ ਨਿਕਲੇ ਆ ਜਦੋਂ ਆਪਾਂ ਨਹੀਂ ਐਂ ਜੇ ਕਰਦੇ ਹੁੰਦੇ ਵੀ ਛੱਡ ਪਰੇ ਯਾਰ ਅਸੀਂ ਕੀ ਲੈਣਾ ਹੁਣ ਆਪਾਂ ਨੂੰ ਇੱਥੇ ਥਾਲ ਇੱਥੇ ਵੇਖਿਓ ਇੱਥੇ ਗੰਦ ਪਿਆ ਹੋਣਾ ਜਿਹੜਾ ਜਦੋਂ ਜਿੱਥੇ ਭਾਂਡੇ ਧੋਏ ਜਾਂਦੇ ਆ ਹੁੰਦਾ ਹੀ ਇਹ ਗੰਦ ਬੰਦ ਇਕੱਠਾ ਹੋਇਆ ਤੇ ਆਪਾਂ ਫਿਰ ਐਂ ਜੇ ਲੰਘ ਜਾਂਗੇ ਉਹ ਛੱਡ ਪਰੇ ਯਾਰ ਆਪੇ ਹੀ ਕਰ ਲੈਣਗੇ ਮੈਂ ਕੀ ਲੈਣਾ ਹੈ ਉਹ ਭੈਣ ਭਰਾ ਸਾਡੇ ਹੀ ਨੇ ਐਮਐਲਏ ਨੇ ਜਿਹੜੇ ਜਦੋਂ ਇਹ ਗੰਦ ਮੰਦ ਜਿਹਾ ਵੇਖਦੇ ਨਾ ਸਾਡੀਆਂ ਗਲੀਆਂ ਨਾਲੀਆਂ ਬੁਰਾ ਹਾਲ ਚਿੱਕੜ ਉਹ ਵੀ ਫਿਰ ਐ ਮੋਢੇ ਜੇ ਮਾਰ ਛੱਡ ਪਰੇ ਮੈਂ ਕੀ ਲੈਣਾ ਇੱਥੇ ਹੀ ਪੈਦਾ ਹੋਇਆ ਉਹ ਕੁਝ ਵੱਖਰੇ ਥੋੜਾ ਆ ਵੱਖਰੇ ਜਹਾਨ ਚ ਥੋੜਾ ਆ ਸਾਡੇ ਹੀ ਬੱਚੇ ਆ ਜਦੇ ਐਮਐਲਏ ਬਣ ਗਏ ਅੱਜ ਮੰਤਰੀ ਬਣ ਗਏ ਉਹਨਾਂ ਦੀ ਸੋਚ ਸਾਡੇ ਵਾਲੀ ਹੈ ਇਦਾਂ ਹੀ ਆਪਾਂ ਕਰਦੇ ਆ ਇਦਾਂ ਹੀ ਉਹ ਕਰਦੇ ਆ ਧੱਕਾ ਕਰਦੇ ਆ ਹੁਣ ਇੱਥੇ ਵੀ ਧੱਕਾ ਹੁਣ ਗੱਡੀਆਂ ਲੰਘਦੀਆਂ ਮੰਨ ਲਓ ਐ ਵੀ ਮੈਂ ਕੱਢ ਲਾਂ ਬਸ ਪਹਿਲਾਂ ਇਦਾਂ ਹੀ ਸਾਰੇ ਆਪਾਂ ਕਰਦੇ ਆ ਵਿੱਚ ਦੀ ਕੱਢ ਕੋਈ ਗੱਲ ਨਹੀਂ ਇਹ ਧੱਕਾ ਸਾਡੇ ਦਿਮਾਗ 'ਚ ਇਹ ਚੀਜ਼ਾਂ ਆ ਜਦੋਂ ਇਹ ਧੱਕਾ ਕਰਨ ਵਾਲਾ ਬੰਦਾ ਹੈ ਜਿੱਦਣ ਇਹ ਵੱਡੀ ਅਹੁਦੇ ਤੇ ਜਾਏਗਾ ਉੱਥੇ ਵੀ ਇਹ ਧੱਕੇ ਕਰੇਗਾ ਇਹਦੇ ਸੁਭਾਅ 'ਚ ਹੈ ਧੱਕਾ ਇਹਦੇ ਸੁਭਾਅ 'ਚ ਹੈ ਉਹ ਚੀਜ਼ਾਂ ਜਿਹੜੀਆਂ ਅੱਗੇ ਅੱਗੇ ਜਾਈ ਜਾਂਦੀਆਂ ਇਹ ਤੇ ਜੇ ਬਚਪਨ ਤੋਂ ਨਾ ਐਜੂਕੇਟ ਕੀਤਾ ਜਾਏਗਾ ਛੋਟੇ ਜਿਹੇ ਬੱਚੇ ਦਾ ਦਿਮਾਗ ਚੇਂਜ ਕਰ ਦੇਾਂਗੇ ਵੀ ਆ ਜੇ ਥਾਲੀ ਪਈ ਹੈ ਕਰ ਸਾਫ਼ ਆ ਕੱਪੜੇ ਪਏ ਆ ਕਰ ਸਾਫ਼
ਆਪ ਝਾੜੂ ਲੱਗਣ ਵਾਲਾ ਚੱਕ ਝਾੜੂ ਛੋਟੇ ਜਿਹੇ ਬੱਚੇ ਨੂੰ ਜਦੋਂ ਸ਼ੁਰੂ ਕਰੋਗੇ ਨਾ ਉਹ ਬੱਚਾ ਜਦੋਂ ਐਮਐਲਏ ਬਣਿਆ ਉਹਨੇ ਫਿਰ ਝਾੜੂ ਚੱਕ ਲੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਰੂ ਕੱਢੂ ਵੱਟ ਜਿੱਦਣ ਉਹ ਬਣਿਆ ਜਿਹੜਾ ਬਚਪਨ ਦੇ ਵਿੱਚ ਜ਼ਿੰਮੇਵਾਰੀਆਂ ਚੱਕਦਾ ਰਿਹਾ ਹੈ ਤੇ ਜਿਹੜਾ ਬੱਚਾ ਬੋਝ ਰਿਹਾ ਮੇਰੇ ਵਰਗਾ ਮੰਨ ਲਓ ਸਕੂਲ ਤੋਂ ਪੜ੍ਹ ਕੇ ਆਇਆ ਉਹ ਸਿੱਟਦੀ ਪੈਂਟ ਉਹ ਸਿੱਟਦੀ ਸ਼ਰਟ ਉਹ ਬੂਟ ਸਿੱਟਦੇ ਬੇਬੇ ਕਦੇ ਵਿਚਾਰੀ ਉਹਦੀ ਬੈਗ ਚੱਕਦੀ ਏ ਕਿਧਰੇ ਉਹਦੀ ਪੈਂਟ ਚੱਕਦੀ ਏ ਕਿਧਰੇ ਸਵੇਰ ਨੂੰ ਫੇਰ ਉਹਨੂੰ ਤਿਆਰ ਕਰਨ ਵਾਸਤੇ ਇਕੱਠਾ ਕਰਕੇ ਸਮਾਨ ਫੇਰ ਰੱਖਦੀ ਏ ਉਹ ਜਿਹੜਾ ਬੱਚਾ ਹੈ ਉਹ ਅੱਜ ਮਾਂ ਤੇ ਜਿਹੜਾ ਬੋਝ ਬਣਿਆ ਨਾ ਵੀ ਮਾਂ ਆਪੇ ਕਰ ਲੇ ਜਿੱਦਣ ਉਹ ਐਮਐਲਏ ਬਣੇਗਾ ਉਹਨੇ ਇਹੀ ਕਹਿਣਾ ਵੀ ਲੋਕ ਆਪੇ ਕਰ ਲੈਣਗੇ ਉਹਨੇ ਸੁੱਟਣਾ ਹੈ ਲਾ ਲਾ ਕੇ ਉਹ ਇਦਾਂ ਤੇ ਗੋਰੇ ਨਹੀਂ ਜੀ ਇਦਾਂ ਕਰਦਾ ਫਿਰ ਤੁਸੀਂ ਕਹੋਗੇ ਗੋਰਿਆਂ ਦੀ ਗੱਲ ਕਰਦਾ ਪਰ ਕਰਨਾ ਪੈਣਾ ਮੈਂ ਸਮਝਾ ਤਾਂ ਰਿਹਾ ਵੀ ਗੋਰੇ ਹੈ ਨਾ ਜਿਹੜੇ ਗੋਰੇ ਜਦੋਂ ਉਹਨਾਂ ਦਾ ਬੱਚਾ ਘਰ ਆਉਂਦਾ ਹੈ ਜੇ ਬੱਚਾ ਬੈਗ ਰੱਖ ਦਿਓ ਕਹਿਣਗੇ ਨਾ ਪਹਿਲਾਂ ਆਪਣੇ ਬੂਟ ਆਪ ਖੋਲ ਉਹ ਆਪੇ ਖੋਲਦਾ ਫਿਰ ਬੈਗ ਆਪਣਾ ਆਪਣੀ ਜਗ੍ਹਾ ਤੇ ਰੱਖ ਉੱਥੇ ਰੱਖਦਾ ਹੈ ਫਿਰ ਜੁੱਤੇ ਆਪਣੇ ਉਹ ਉੱਥੇ ਰੱਖਦਾ ਹੈ ਫਿਰ ਰੋਟੀ ਖਾਣ ਬਹਿੰਦਾ ਉੱਥੋਂ ਪਾਣੀ ਭਰ ਕੇ ਲਿਆ ਭਰ ਕੇ ਹੱਥ ਧੋ ਕੇ ਆ ਧੋ ਕੇ ਆਉਂਦਾ ਖਾਣਾ ਖਾ ਲਿਆ ਖਾ ਲਿਆ ਹੁਣ ਭਾਂਡੇ ਚੱਕ ਆਪਣੇ ਭਾਂਡੇ ਚੱਕ ਕੇ ਰੱਖ ਉੱਥੇ ਉਹ ਭਾਂਡੇ ਰੱਖ ਕੇ ਆਉਂਦਾ ਫਿਰ ਜਦੋਂ ਏਅਰਪੋਰਟਾਂ ਤੇ ਤਰਸ ਆਉਂਦਾ ਕਈ ਵਾਰੀ ਵੇਖ ਕੇ ਸਾਨੂੰ ਤੇ ਤਰਸ ਆਉਂਦਾ ਵੀ ਯਾਰ 6 ਸਾਲ ਦਾ ਬੱਚਾ 6 ਸਾਲ ਦਾ ਬੱਚਾ ਤੇ 60 ਕਿਲੋ ਦਾ ਬੈਗ ਕਿਹੜੀ ਸੀਲ ਜਾਂਦਾ ਹੱਦ ਹੋ ਗਈ ਇਹ ਤੇ ਵੀ ਨਿੱਕੇ ਜੇ ਬੱਚੇ ਨੂੰ ਇੰਨਾ ਭਾਰ ਚਕਾਇਆ ਉਹਨਾਂ ਨੂੰ ਪਤਾ ਵੀ ਵੱਡੇ ਵੱਡੇ ਭਾਰ ਹੈ ਤਾਂ ਹੀ ਚੱਕੂ ਜੇ ਅੱਜ ਲਾਡਲਾ ਬਣਾ ਲਿਆ ਨਾ ਇਹਨੂੰ ਨਾ ਬੋਝ ਚਕਾਇਆ ਇਹਨੇ ਇਦਾਂ ਦਾ ਹੀ ਬਣ ਜਾਣਾ ਵੀ ਤੁਸੀਂ ਚੱਕੋ ਅੱਜ ਮਾਂ ਚੱਕ ਲੂ ਕੱਲ ਨੂੰ ਪਿੱਟੇਗਾ ਵੀ ਘਰ ਵਾਲੀ ਚੱਕੇ ਬਾਅਦ ਚ ਕਹੂਗਾ ਮੇਰਾ ਪੁੱਤ ਚੱਕੇ ਵੀ ਮੈਂ ਤੇ ਵਿਹਲੜੀ ਠੀਕ ਆ ਆਖੋ ਸਤਨਾਮ ਤੇ ਜੇ ਅੱਜ ਵਧੀਆ ਬਣਾਤਾ ਅੱਜ ਇਹਨੂੰ ਜ਼ਿੰਮੇਵਾਰੀ ਬਣਾਤਾ ਵੀ ਚੱਕ ਅੱਜ ਮਾਂ ਤੋਂ ਭਾਰ ਚੱਕਦਾ ਹੈ ਕੱਲ ਨੂੰ ਘਰ ਵਾਲੀ ਨੂੰ ਕਹਿੰਦਾ ਮੈਨੂੰ ਚੱਕਾ ਕੱਲ ਨੂੰ ਪੁੱਤ ਦੇ ਨਾਲ ਤੁਰਿਆ ਤਾਂ ਵੀ ਗੂਲਾ ਮੈਨੂੰ ਫੜਾ ਦੇ ਇਹਨੂੰ ਆਦਤ ਪੈ ਜੂ ਵੀ ਮੈਂ ਭਾਰ ਚੱਕਣਾ ਮੈਂ ਬੋਝ ਚੱਕਣਾ ਮੈਂ ਕਰਨਾ ਤੇ ਸਾਡੇ ਵਾਲੇ ਤੇ ਵੇਖ ਵੇਖ ਕੇ ਹਾਏ ਸਾਡੇ ਨਿੱਕਾ ਜਿਹਾ ਬੱਚਾ ਵਿਚਾਰਾ ਹਾਏ ਇਹਦੇ ਇਹਨੂੰ ਨਹੀਂ ਚਕਾਉਣਾ ਆਪ ਔਖੇ ਹੋ ਲੋ ਫਿਰ ਇਦਾਂ ਹੀ ਹੈ ਪਿਆਰਿਓ ਜੇ ਕੋਈ ਬੰਦਾ ਬੱਚੇ ਆਪਣੇ ਨੂੰ ਸਾਰੀ ਜ਼ਿੰਦਗੀ ਗੋਦੀ ਹੋਈ ਚੱਕੀ ਰੱਖੇ ਆਪਣੇ ਬੱਚੇ ਨੂੰ ਤੁਸੀਂ ਗੋਦੀ ਚੱਕੀ ਰੱਖੋ ਵੀ ਨਹੀਂ ਮੈਂ ਨਹੀਂ ਤੁਰਨ ਦੇਣਾ ਤੇ ਬੱਚਾ ਅਪਾਹਜ ਹੀ ਹੋਏਗਾ ਫਿਰ ਜਦੋਂ ਤੁਸੀਂ ਨਿਆਣਿਆਂ ਤੇ ਬੋਝ ਨਹੀਂ ਪਾਉਂਦੇ ਸਾਡੇ ਆਮ ਹੀ ਸਿਆਣੇ ਕਹਿੰਦੇ ਆਪੇ ਕਰ ਲੂ ਜਦੋਂ ਸਿਰ ਤੇ ਪਈ ਇਹ ਕਹਿੰਦੇ ਨਹੀਂ ਹੁੰਦੇ ਕਈ ਸਿਰ ਤੇ ਪੈਣ ਦੇ ਆਪੇ ਕਰ ਲੂ ਕਈਆਂ ਦਾ ਪਿਓ ਜਵਾਨ ਸੀ ਚੜ੍ਹਾਈ ਕਰ ਗਿਆ ਬੱਚਾ 15 ਸਾਲ ਦਾ ਜਦੋਂ ਸਿਰ ਤੇ ਪੈ ਗਈ ਖੇਤੀਬਾੜੀ ਤੇ 15 ਸਾਲ ਦੇ ਨੇ ਸਾਰੀ ਜ਼ਿੰਮੇਵਾਰੀ ਚੱਕ ਲਈ ਤੋ ਹੈ ਹੀ ਨਹੀਂ ਹੁਣ ਪਿਓ ਤੇ ਚੱਕਣੀ ਪੈਣੀ ਹੈ ਅਪਾਹਜ ਨਾ ਬਣਾਓ ਨਿਆਣਿਆਂ ਨੂੰ ਨਿੱਕੇ ਜੇ ਬੱਚੇ ਨੂੰ ਆਦਤ ਪਾਓ ਵੀ ਆਪੇ ਆਪਣੇ ਭਾਂਡੇ ਚੱਕ ਆਪੇ ਆਪਣੇ ਕੱਪੜੇ ਤਹਿ ਲਾ ਆਪੇ ਕਰ ਸਾਰਾ ਕੁਝ ਉਹ ਬੱਚਾ ਆਦਤ ਪਏ ਉਹਨੂੰ ਉਹ ਜਦੋਂ ਆਦਤ ਪਾਓਗੇ ਤੁਸੀਂ ਫਿਰ ਉਹ ਹੌਲੀ ਹੌਲੀ ਜਿੱਦਣ ਉਹਦਾ ਬੋਝ ਚੱਕਣ ਦੀ ਆਦਤ ਪੈ ਗਈ ਉਹਨੇ ਤੁਹਾਡੇ ਪੰਜਾਬ ਦਾ ਵੀ ਬੋਝ ਚੱਕੇਗਾ ਜੇ ਕਿਤੇ ਮੁੱਖ ਮੰਤਰੀ ਬਣ ਗਿਆ ਇਦਾਂ ਦਾ ਬੱਚਾ ਉਹਨੇ ਪੰਜਾਬ ਦਾ ਭਾਰ ਚੱਕ ਲੈਣਾ ਉਹਨੇ ਭਾਰ ਥੋੜਾ ਪਾਉਣਾ ਵੀ ਮੇਰੇ ਹੈਲੀਕਾਪਟਰ ਦਾ ਬਿੱਲ ਦਿਓ ਪੰਜਾਬੀ ਉਹ ਤੁਹਾਡੇ ਚੋਂ ਲੈਣਾ ਮੈਂ ਹੈਲੀਕਾਪਟਰ ਭਜਾਈ ਫਿਰੂ 5 ਸਾਲ ਮੁੜ ਕੇ ਤੋਂ ਇੰਨੇ ਕਰੋੜ ਦਾ ਬਿੱਲ ਬਣ ਗਿਆ ਉਹ ਬੋਝ ਥੋੜਾ ਪਾਉ ਸਾਡੇ ਤੇ ਉਹ ਇਹ ਕਹੂ ਮੇਰੇ ਨਾਲ 50 ਗੱਡੀਆਂ ਨੇ ਲੈ ਚੱਕੋ ਫਿਰ ਹੁਣ 50 ਗੱਡੀਆਂ ਦਾ ਬੋਝ ਵੀ ਤੁਹਾਡੇ ਤੇ ਹੈ ਪੰਜਾਬੀਓ ਪੰਜਾਬ ਵਾਲਿਓ ਭਰੋ ਹੁਣ ਤੁਸੀਂ ਐਦਾਂ ਕਰੂ ਫਿਰ ਕਿਤੇ ਉਹਨੇ ਤੁਹਾਡਾ ਬੋਝ ਚੱਕਣਾ ਹੈ ਕਿਉਂਕਿ ਬਚਪਨ ਤੋਂ ਉਹ ਬੋਝ ਚੱਕਦਾ ਹੀ ਆਇਆ ਹੈ ਉਹਨੂੰ ਸੁਭਾਅ ਬਣਿਆ ਬੋਝ ਚੱਕਣ ਦਾ ਇਹ ਆਦਤਾਂ ਆਪਣੇ ਬੱਚਿਆਂ ਨੂੰ ਬਣਾਓ ਮੈਂ ਪਰਸੋਂ ਚੌਥੇ ਵੀ ਦੀਵਾਨ 'ਚ ਗਿਆ ਸੀ ਕਲਿੱਪੋ ਨੈੱਟ ਤੇ ਪਿਆ ਸੀ ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਬਾਹਰਲਿਆਂ ਦੇਸ਼ਾਂ ਵਿੱਚ ਬੱਚਾ ਜੰਮਦਾ ਜੰਮਦੇ ਬੱਚੇ ਨੂੰ ਮਾਂ ਪਿਓ ਇਕੱਲਾ ਪਾਉਂਦੇ ਆ ਹੁਣ ਬਾਹਰਲੇ ਦੇਸ਼ ਦੇ ਬੱਚੇ ਨੂੰ ਪੁੱਛੋ ਵੀ ਤੂੰ ਇਕੱਲਾ ਇਕੱਲਾ ਕਿਉਂ ਪਾਉਂਦੇ ਹੋ ਇਹਨੂੰ ਉਹ ਕਹਿੰਦੇ ਕੌਨਫੀਡੈਂਸ ਬਿਲਡ ਨਹੀਂ ਹੋਣਾ ਇਹਦੇ ਅੰਦਰ ਬੱਚਾ ਇਕੱਲਾ ਹੈ ਇਕੱਲਾ ਸੋਏਗਾ ਇੱਕ ਮਹੀਨੇ ਦਾ ਬੱਚਾ ਮਾਂ ਤੋਂ ਅੱਡ ਸੋਏਗਾ ਉਹ ਇਕੱਲਾ ਰਹਿ ਕੇ ਉਹਦੇ ਡਰ ਚੁੱਕਿਆ ਜਾਂਦਾ ਹੁਣ ਸਾਡੇ ਵਰਗੇ 18 ਸਾਲ ਦਾ ਵੀ ਬੇਬੇ ਨਾਲ ਘੁਸੜ ਕੇ ਸੌਂਦਾ ਵੀ ਹਾਏ ਬੀਬੀ ਮੈਂ ਨਹੀਂ ਸੌਂ ਸਕਦਾ ਹਾਏ ਮੈਨੂੰ ਡਰ ਲੱਗਦਾ ਹੈ ਸਾਡੇ ਤੇ ਬਾਹੂ ਨੇ ਮਾਰ ਲਿਆ ਕਿ ਬਾਹੂ ਹੁੰਦਾ ਹੈ ਅੱਜ ਤੱਕ ਨਹੀਂ ਪਤਾ ਲੱਗਾ ਵੀ ਬਾਹੂ ਹੈ ਕੀ ਕਿਸੇ ਨੇ ਵੇਖਿਆ ਨਹੀਂ ਸਾਡੇ ਦਾਦਿਆਂ ਨੂੰ ਵੀ ਬਾਹੂ ਬਾਹੂ ਕਹਿ ਕੇ ਡਰਾਈ ਗਏ ਪਿਓ ਨੂੰ ਵੀ ਬਾਹੂ ਬਾਹੂ ਸਾਨੂੰ ਵੀ ਬਾਹੂ ਬਾਹੂ ਤੇ ਬਾਹੂ ਵੇਖਿਆ ਕਿਸੇ ਨੇ ਹੈ ਨਹੀਂ ਬਚਪਨ ਤੋਂ ਹੀ ਹਾਏ ਬਾਹੂ ਆਜੂ ਪੈ ਜਾ ਟਿੱਕ ਕੇ ਤੇ ਉਹ ਵਿਚਾਰਾ ਉਹ ਹੁਣ ਸੁੰਗੜੇ ਸੁੰਗੜੇ ਜੀ ਪੈਦਾ ਹੁੰਦੇ ਨੇ ਸਾਰੀ ਜ਼ਿੰਦਗੀ ਆ ਸੁੰਗੜੇ ਪਏ ਕੱਢਿਆ ਖੋਲਿਆ ਹੀ ਨਹੀਂ ਦਿਮਾਗ ਸਾਡਾ
ਹੁਣ ਸਾਡੇ ਵਰਗਾ ਛੱਪੜ ਚ ਨਾ ਆਵੇ ਬਾਪੂ ਛਿੱਤਰ ਉੱਥੋਂ ਹੀ ਕੁੱਟਦਾ ਹੀ ਲਿਆਉਂਦਾ ਵੀ ਚੱਲ ਹੁਣ ਅੱਜ ਤੋਂ ਬਾਅਦ ਬਣੀ ਤੂੰ ਇੱਥੇ ਏਦਾਂ ਹੀ ਹੁੰਦਾ ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਸਮੁੰਦਰਾਂ ਚ ਵਾੜਦੇ ਨੇ ਵੀ ਫੜ ਇੱਥੇ ਸਮੁੰਦਰ ਚ ਵਾੜਦੇ ਆ ਬੱਚਿਆਂ ਨੂੰ ਇਹਨੂੰ ਆਦਤ ਪਵੇ ਇਹਦਾ ਡਰ ਕੱਢੋ ਵਾੜੋ ਇਹਨੂੰ ਸਮੁੰਦਰ ਚ ਸਾਡੇ ਵਾਲਾ ਛੱਪੜ ਚ ਨਾ ਆਵੇ ਫਿਰ ਕੁੱਟਦੇ ਹੀ ਲਿਆਉਣਗੇ ਵੀ ਤੂੰ ਖੜ ਜਾ ਹੁਣ ਅੱਜ ਤੋਂ ਬਾਅਦ ਬਣੀ ਤੂੰ ਛੱਪੜ ਚ ਏਦਾਂ ਹੀ ਹੁੰਦਾ ਇਹੀ ਹੋਣਾ ਨਾ ਜ਼ਿੰਮੇਵਾਰੀਆਂ ਦਾ ਪਤਾ ਹੀ ਨਹੀਂ ਲੱਗਾ ਖੁੱਲਣ ਹੀ ਨਹੀਂ ਦਿੱਤਾ ਯਾਰ ਦਿਮਾਗ ਨਹੀਂ ਖੁੱਲਣ ਦਿੱਤਾ ਡਿੱਡ ਕਰਤਾ ਧਰਮ ਵਾਲੇ ਪਾਸੇ ਆਏ ਸੀ ਗੁਰਬਾਣੀ ਗਿਆਨ ਦਾ ਗਿਆਨ ਨਾਲੇ ਖੁੱਲ ਸਕਦਾ ਸੀ ਚਲੋ ਜੇ ਜੇ ਰਾਜਨੀਤਿਕ ਵਾਲੇ ਪਾਸੇ ਨਹੀਂ ਸੀ ਖੁੱਲਦਾ ਧਰਮ ਵਾਲੇ ਪਾਸੇ ਖੁੱਲ ਜਾਂਦਾ ਇੱਥੇ ਧਰਮ ਵਾਲੇ ਪਾਸੇ ਵੀ ਜਕੜ ਕੇ ਰੱਖਤਾ ਇਹਨਾਂ ਨੇ ਧਰਮ ਵੀ ਉਦਾਂ ਦਾ ਬਣਾ ਲਿਆ ਆਪਣੇ ਵਰਗਿਆਂ ਨੇ ਇਹਨਾਂ ਨੇ ਵੀ ਇਹਨਾਂ ਨੇ ਧਰਮ ਵੀ ਉਦਾਂ ਦਾ ਹੀ ਬਣਾ ਲਿਆ ਗੁਰੂ ਸਾਹਿਬ ਦੀ ਬਾਣੀ ਦੇ ਅਰਥ ਹੀ ਇਸ ਹਿਸਾਬ ਨਾਲ ਕਰਤੇ ਵੀ ਬੰਦਾ ਹੋਰ ਵੀ ਡਰ ਗਿਆ ਜਕੜ ਕੇ ਰੱਖਤਾ ਕਦੇ ਕਹਿਣਗੇ ਇਦਾਂ ਵੀ ਆਪ ਤੈਨੂੰ ਕਰਨ ਦੀ ਲੋੜ ਨਹੀਂ ਸ਼ਹੀਦ ਸਿੰਘ ਆਉਣਗੇ ਬਸ ਆਪੇ ਹੀ ਹੋ ਜੂ ਸਾਰਾ ਕੁਝ ਏਦਾਂ ਹੀ ਕਹੀ ਜਾਂਦੇ ਬਸ ਸ਼ਹੀਦ ਕਰ ਦੇਣਗੇ ਬਸ ਆਪੇ ਹੀ ਹੋ ਜਾਣਾ ਕੰਮ ਬਸ ਉਹ ਬੈਠਾ ਬਸ ਕੁਛ ਨਹੀਂ ਹੋਇਆ ਬੇੜਾ ਕਰ ਤਾਂ ਕਰਕੇ ਭਾਈ ਜ਼ਿੰਮੇਵਾਰ ਬੱਚੇ ਪੈਦਾ ਇਦਾਂ ਦੇ ਤੁਹਾਡੇ ਬੱਚੇ ਤਾਂ ਪੈਦਾ ਕਰਦੇ ਹੋ ਪਰ ਉਹਨਾਂ ਨੂੰ ਜ਼ਿੰਮੇਵਾਰ ਪੈਦਾ ਕਰੋ ਕਦੇ ਨਾ ਕਦੇ ਉਹ ਮੰਤਰੀ ਬਣਨ ਕਦੇ ਨਾ ਕਦੇ ਉਹ ਕਦੇ ਸਰਕਾਰਾਂ ਬਣਨ ਉਹ ਬੰਦੇ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਭਾਰ ਚੱਕ ਲੈਣਗੇ ਗੰਦ ਸਾਫ਼ ਕਰ ਦੇਣਗੇ ਉਹ ਬਚਪਨ ਤੋਂ ਕਰਦੇ ਹੀ ਆਏ ਐ ਜਿਹੜਾ ਮੇਰੇ ਵਰਗਾ ਬਚਪਨ ਤੋਂ ਬੋਝ ਪਾ ਕੇ ਰੱਖਿਆ ਨਾ ਜਿਹਨੇ ਲੋਕਾਂ ਤੇ ਭਾਰ ਪਾ ਕੇ ਰੱਖਿਆ ਆਪਣਾ ਲੋਕਾਂ ਦੇ ਮੋਢਿਆਂ ਤੇ ਰਿਹਾ ਕਦੇ ਮਾਂ ਪਿਓ ਮੇਰਾ ਭਾਰ ਚੱਕਣ ਕਦੇ ਮੇਰੇ ਘਰ ਵਾਲੀ ਮੇਰੀ ਸੇਵਾ ਕਰੇ ਕਦੇ ਮੇਰੇ ਬੱਚੇ ਮੇਰੀ ਸੇਵਾ ਕਰਨ ਪਹਿਲਾਂ ਮੇਰੀ ਮਾਂ ਮੇਰੀ ਸੇਵਾ ਕਰਦੀ ਸੀ ਬਚਪਨ ਵਿੱਚ ਤੇ ਉਹ ਮੇਰੇ ਵਰਗਾ ਜਦੋਂ ਕਦੇ ਮੰਤਰੀ ਬਣਿਆ MLA ਬਣਿਆ ਉਹਨੇ ਕਹਿਣਾ ਲੋਕੋ ਤੁਸੀਂ ਮੇਰੀ ਸੇਵਾ ਕਰੋ ਉਹ ਉਹਨੇ ਨਹੀਂ ਕਦੇ ਉਹਨੇ ਭਾਰ ਪਾ ਦੇਣਾ ਲੋਕਾਂ ਤੇ ਕਿਉਂਕਿ ਉਹ ਆਦਤ ਹੀ ਉਹਦੇ ਜੇਦਾਂ ਦੇ ਬੰਦਾ ਹੀ ਹੈ ਇਸ ਕਰਕੇ ਇਹ ਚੇਂਜ ਕਰੀ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਪੀੜ੍ਹੀ ਨੂੰ ਜ਼ਿੰਮੇਵਾਰ ਬਣਾਓ ਆਪਣਾ ਤੇ ਜਿਹੋ ਜਿਹਾ ਲੰਘ ਗਿਆ ਭਾਈ ਲੰਘ ਗਿਆ ਅੱਗੇ ਚੇਂਜ ਕਰ ਲਓ ਨਿਆਣਿਆਂ ਨੂੰ ਬੋਝ ਉਹਨਾਂ ਨੂੰ ਜ਼ਿੰਮੇਵਾਰੀਆਂ ਦਿਓ ਥੋੜੀਆਂ ਥੋੜੀਆਂ ਐਜੂਕੇਸ਼ਨ ਇਦਾਂ ਦੀ ਹੋਵੇ ਆਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ ਗੁਰਮਤ ਨੂੰ ਸਮਝ ਕੇ ਆਪਣਾ ਜੀਵਨ ਜਿਉਈਏ ਠੰਡ ਤੇ ਇੰਨੀ ਨਹੀਂ ਆਈ ਹੁਣ ਕਈ ਤੇ ਦੋ ਦੋ ਕੋਟੀਆਂ ਪਾਈ ਫਿਰਦੇ ਕੰਬਲ ਲੱਗਦਾ ਆਇਆ ਵੀ ਬਹੁਤ ਠੰਡ ਹੈ ਅੱਖਾਂ ਨੂੰ ਲੱਗਦਾ ਵੀ ਠੰਡ ਹੈ ਉਦਾਂ ਗਰਮੀ ਹੈ ਕਿਉਂਕਿ ਧੂਆਂ ਵਿੱਚ ਮਿਕਸ ਹੋਇਆ ਠੰਡ ਨਹੀਂ ਅਜੇ ਇੰਨੀ ਆਈ ਜਿੰਨਾ ਆਪਾਂ ਘੁੱਟੇ ਜੇ ਫਿਰਦੇ ਹਾਂ ਵੀ ਐ ਉਹ ਔਖਾ ਹੈ ਸਭ ਤਾਂ ਕਰਕੇ ਹੁਣ ਕੋਸ਼ਿਸ਼ ਕਰੋ ਵੀ ਆਉਣ ਵਾਲੇ ਦੋ ਦਿਨ ਆਪਾਂ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰ ਸਕੀਏ ਤੇ ਇੱਕ ਆਪਾਂ ਹੋਰ ਕੋਸ਼ਿਸ਼ ਕਰੀਏ ਵੀ 7:30 ਵਜੇ ਸ਼ੁਰੂ ਕਰ ਲਿਆ ਕਰੀਏ ਅੱਜ ਆਪਾਂ 8 ਵਜੇ ਦੀਵਾਨ ਸ਼ੁਰੂ ਕੀਤਾ ਮੈਂ 8 ਵਜੇ ਸ਼ੁਰੂ ਕੀਤਾ ਪਰ ਕੱਲ੍ਹ ਤੋਂ 7:30 ਆਪਾਂ ਕਰ ਲਿਆ ਕਰੀਏ ਸ਼ੁਰੂ ਉਹ ਤਾਂ ਵੀ ਫਿਰ ਵੇਲੇ ਨਾਲ ਸਮਾਪਤੀ ਹੋ ਜਾਏਗੀ ਵੇਲੇ ਨਾਲ ਘਰੋ ਘਰੀ ਤੁਸੀਂ ਸਾਰੇ ਜਾ ਸਕਦੇ ਹੋ ਜਲਦੀ ਵੇਲੇ ਨਾਲ ਆਓਗੇ ਤੇ ਵੇਲੇ ਨਾਲ ਆਪਾਂ ਸਮਾਪਤੀ ਹੋ ਸਕਦੀ ਹੈ ਕੋਸ਼ਿਸ਼ ਕਰੋ ਸਾਰੇ ਭੈਣ ਭਰਾ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਹਾਜ਼ਰੀ ਭਰੀਏ ਤੇ ਅੰਮ੍ਰਿਤ ਸੰਚਾਰ ਪਰਸੋਂ ਹੋਣਾ ਹੈ ਜਿਹੜੇ ਵੀਰਾਂ ਭੈਣਾਂ ਨੇ ਭਾਈ ਦਾਖਲਾ ਨਹੀਂ ਲਿਆ ਉਹ ਅੰਮ੍ਰਿਤ ਛਕਣ ਵਾਸਤੇ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦਰਜ ਕਰਾਓ ਫਿਰ ਵੀ ਕਾਫੀ ਸੰਗਤ ਹੈ ਜੀ ਅੱਜ ਸਿੰਘਾਂ ਦੀ ਗਿਣਤੀ ਜ਼ਿਆਦਾ ਹੈ ਬੀਬੀਆਂ ਦੀ ਵੀ ਚਲੋ ਪਰ ਸਿੰਘਾਂ ਦੀ ਗਿਣਤੀ ਬੀਬੀਆਂ ਨਾਲੋਂ ਜ਼ਿਆਦਾ ਹੈ ਤੇ ਕੱਲ੍ਹ ਨੂੰ ਸੰਗਤ ਹੋਰ ਆ ਜਾਣੀ ਹੈ ਪਰਸੋਂ ਤੱਕ ਸਮਾਪਤੀ ਜਦ ਦੀਵਾਨ ਹੈ ਜਿਹੜਾ ਉਹਦੇ 'ਚ ਵੀ ਕਾਫੀ ਪਰ ਵੈਦਰ ਕਰਕੇ ਥੋੜ੍ਹੀ ਜਿਹੀ ਦਿੱਕਤ ਹਰੇਕ ਹੀ ਕਿਉਂਕਿ ਕਿਸੇ ਨੇ ਦੂਰੋਂ ਆਉਣਾ ਬਜ਼ੁਰਗ ਨੇ ਕਈ ਟਰਾਲੀਆਂ ਤੇ ਆਉਣ ਵਾਲਿਆਂ ਨੂੰ ਫਿਰ ਡਰ ਲੱਗਦਾ ਵੀ ਧੁੰਦ 'ਚ ਵਾਪਸ ਕਿੱਦਾਂ ਆਵਾਂਗੇ ਵੀ ਮੌਸਮ ਦਾ ਕੀ ਪਤਾ ਲੱਗਦਾ ਦਿਸਦਾ ਨਹੀਂ ਕੁਛ ਸੋ ਖਤਰੇ ਵਾਲਾ ਕੰਮ ਹੋ ਜਾਂਦਾ ਪਰ ਫਿਰ ਵੀ ਚਲੋ ਆਓ ਆਪਾਂ ਸਾਰਿਆਂ ਨੇ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਉਹ ਤੇ ਹੁਣ ਆਪਾਂ ਕਰਨਾ ਹੀ ਹੈ ਸਾਰੇ ਭੈਣ ਭਰਾ ਰਲ ਮਿਲ ਕੇ ਲਾਹਾ ਲਈਏ ਤੇ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ ਸਾਰੇ ਗੁਰਮਤ ਨੂੰ ਸਮਝ ਕੇ ਆਪਣਾ ਜੀਵਨ ਸਫਲ ਕਰੀਏ ਸੋ ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਰੱਖੀਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਸੁਖੀ ਹੋਵਾਂਗੇ ਸਾਸ ਸਾਸ ਸੰਭਾਲੇ ਗੁਰੂ ਦੇ ਬਚਨਾਂ ਨੂੰ ਹਰ ਸਾਹ ਨਾਲ ਸੰਭਾਲ ਕੇ ਰੱਖੀਏ ਬੜੀ ਲੋੜ ਹੈ ਇਹਨਾਂ ਬਚਨਾਂ ਦੀ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਹਰ ਜਗ੍ਹਾ ਗੁਰੂ ਦੇ ਬਚਨਾਂ ਨੇ ਮੇਰੀ ਰੱਖਿਆ ਕਰਨੀ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਗੁਰੂ ਸਾਹਿਬ ਦੇ ਬਚਨ ਸਾਡੀ ਜਿੰਦ ਦੇ ਨਾਲ ਰਹਿੰਦੇ ਹੈ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੇ ਇਹ ਪਾਣੀ 'ਚ ਡੁੱਬਦੇ ਨਹੀਂ
ਅੱਗ ਚ ਸੜਦੇ ਨਹੀਂ ਕਿਉਂਕਿ ਜਿਹੜੀ ਚੀਜ਼ ਚੋਰ ਕਿਵੇਂ ਚੁਰਾ ਸਕਦਾ ਹੁਣ ਵੇਖੋ ਚੋਰ ਮਿਲ ਪਵੇ ਉਹ ਕੱਪੜੇ ਲਵਾ ਸਕਦਾ ਹੈ ਮੇਰਾ ਪਰਸ ਲਿਜਾ ਸਕਦਾ ਹੈ ਮੇਰਾ ਫੋਨ ਖੋ ਸਕਦਾ ਹੈ ਮੇਰੀ ਗੱਡੀ ਖੋ ਸਕਦਾ ਹੈ ਪਰ ਜਿਹੜਾ ਮੇਰੀ ਸੁਰਤ ਦੇ ਵਿੱਚ ਗਿਆਨ ਹੈ ਉਹ ਤੇ ਨਹੀਂ ਨਾ ਕੋਈ ਚੋਰ ਖੋ ਸਕਦਾ ਉਹਨੂੰ ਅੱਗ ਸਾੜ ਨਹੀਂ ਸਕਦੀ ਕੱਪੜੇ ਸਾੜ ਦੋਗੇ ਉਹ ਕਿਵੇਂ ਸੜ ਜੂ ਉਹ ਥੋੜਾ ਸੜ ਸਕਦਾ ਉਹ ਜੇ ਉਹ ਤੇ ਸੁਰਤ ਵਿੱਚ ਵੱਸਦਾ ਹੈ ਉਹ ਨਹੀਂ ਕਦੇ ਸੜਦਾ ਚੋਰ ਚੁਰਾ ਨਹੀਂ ਸਕਦਾ ਪਾਣੀ ਚ ਡੁੱਬਣਾ ਨਹੀਂ ਉਹ ਉਹ ਜਿਹੜਾ ਉਹ ਗੁਰੂ ਸਾਹਿਬ ਤੋਂ ਜਿਹੜੀ ਅਕਲ ਮਿਲਦੀ ਹੈ ਸਮਝ ਮਿਲਦੀ ਹੈ ਤੇ ਇਹਦੀ ਲੋੜ ਬਹੁਤ ਹੈ ਜ਼ਿੰਦਗੀ ਚ ਕਈ ਬੰਦੇ ਕਹਿੰਦੇ ਬਾਣੀ ਦੀ ਕੀ ਲੋੜ ਹੈ ਜੀ ਬਾਣੀ ਨਾਲ ਕੀ ਹੋ ਜੂ ਨਾ ਭਾਈ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਬੰਦੇ ਨੂੰ ਡੰਗੋਰੀ ਦੀ ਲੋੜ ਹੈ ਤੇ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਇਸੇ ਤਰ੍ਹਾਂ ਗੁਰੂ ਦੇ ਗਿਆਨ ਦੀ ਤੈਨੂੰ ਜ਼ਿੰਦਗੀ ਵਿੱਚ ਬੜੀ ਲੋੜ ਹੈ ਆਹ ਪੜੋ ਲਾਸਟ ਪੰਕਤੀ ਨਿਰਧਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੁੱਧ ਜੈਸੇ ਬਾਲੇ ਬੱਚੇ ਨੂੰ ਜਿਵੇਂ ਮਾਂ ਦੇ ਦੁੱਧ ਦੀ ਲੋੜ ਹੈ ਇਦਾਂ ਗੁਰੂ ਦੇ ਗਿਆਨ ਦੀ ਸਾਨੂੰ ਬੜੀ ਲੋੜ ਹੈ ਇਗਨੋਰ ਨਾ ਕਰੋ ਗੁਰੂ ਜੀ ਦੇ ਬਚਨਾਂ ਦੀ ਬਹੁਤ ਲੋੜ ਹੈ ਸਾਨੂੰ ਸਰਨਾ ਨਹੀਂ ਨਿਰਧਨ ਨੂੰ ਜਿਵੇਂ ਧਨ ਦੀ ਲੋੜ ਹੈ ਅੰਨੇ ਨੂੰ ਜਿਵੇਂ ਡੰਗੋਰੀ ਦੀ ਲੋੜ ਹੈ ਤੇ ਛੋਟੇ ਬੱਚੇ ਨੂੰ ਜਿਵੇਂ ਮਾਂ ਦੇ ਦੁੱਧ ਦੀ ਲੋੜ ਹੈ ਲਓ ਸੁਣੋ ਨਿਰਧਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੁੱਧ ਜੈਸੇ ਬਾਲੇ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਕਹਿੰਦੇ ਜਹਾਜ਼ ਬਣਾ ਦਿੱਤਾ ਗੁਰੂ ਨੇ ਇਹਦੀ ਬੜੀ ਲੋੜ ਹੈ ਜ਼ਿੰਦਗੀ ਵਿੱਚ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਗੁਰੂ ਦੇ ਬਚਨਾਂ ਦੀ ਸਾਡੀ ਜ਼ਿੰਦਗੀ 'ਚ ਬੜੀ ਲੋੜ ਹੈ ਗੁਰਬਾਣੀ ਦਾ ਗਿਆਨ ਸਾਡੀ ਜ਼ਿੰਦਗੀ 'ਚ ਆਉਣਾ ਚਾਹੀਦਾ ਹੈ ਬੁਰਕਾ ਬਚਨ ਬਸੈ ਜੀ ਨਾਲੇ ਜਹਾਜ਼ ਬਣਾਇਆ ਇਸ ਬੇੜੇ ਤੇ ਸੁਰ ਸਵਾਰ ਕਿੰਨੇ ਹੋਣਾ ਹੈ ਦੇਹ ਨੇ ਕਿ ਸੁਰਤ ਨੇ ਬੋਲੋ ਬੋਲੋ ਪਿਆਰਿਓ ਸੁਰਤ ਨੇ ਸਵਾਰ ਹੋਣਾ ਕਾਹਦੇ ਤੇ ਸ਼ਬਦ ਰੂਪੀ ਬੇੜੇ ਤੇ ਗਿਆਨ ਰੂਪੀ ਬੇੜੇ ਤੇ ਸੁਰਤ ਸਵਾਰ ਕਰ ਦਿਓ ਆਪਣੀ ਬਸ ਸੁਰਤ ਜਦੋਂ ਸਵਾਰ ਹੋ ਗਈ ਮਾਈਂਡ ਡਿਵੈਲਪ ਕਰ ਦੇਣਾ ਇਹਨੇ ਅੱਗੇ ਦੀ ਅੱਗੇ ਲੈ ਜਾਣਾ ਇਸ ਸ਼ਬਦ ਦੇ ਉੱਤੇ ਸਮਝਣ ਲੱਗ ਪਈ ਜਦੋਂ ਸੁਰਤ ਸਾਡੀ ਸੁਰਤ ਨੂੰ ਸ਼ਬਦ ਦੇ ਬੇੜੇ ਤੇ ਚਾੜਤਾ ਜਦੋਂ ਸ਼ਬਦ ਨਾਲ ਸਾਡੀ ਸੁਰਤ ਜੁੜ ਗਈ ਫਿਰ ਸੁਰਤ ਕਿਤੇ ਦੀ ਕਿਤੇ ਪਹੁੰਚ ਜੂ ਉਹੀ ਬੰਦਾ ਯਾਰ ਸਾਡੇ 'ਚ ਹੀ ਰਹਿੰਦਾ ਸੀ ਸਾਡੇ ਵਰਗਾ ਸੀ ਕਿੱਦਾਂ ਦੀਆਂ ਗੱਲਾਂ ਲੱਗ ਪਿਆ ਕਰਨ ਆਖੋ ਸਤਨਾਮ ਇੰਨਾ ਸਿਆਣਾ ਕਿਵੇਂ ਹੋ ਗਿਆ ਏ ਇਹਨੂੰ ਇਹਨੇ ਸੁਰਤ ਨੂੰ ਸ਼ਬਦ ਦੇ ਗਿਆਨ ਦੇ ਬੇੜੇ ਚਾੜਤਾ ਅੱਗੇ ਦੀ ਅੱਗੇ ਚੱਲਿਆ ਗਿਆ ਇਹ ਅਸੀਂ ਉੱਥੇ ਰਹਿ ਕੇ ਖੜੇ ਇਹਦਾ ਮਾਈਂਡ ਡਿਵੈਲਪ ਹੋ ਗਿਆ ਸਾਡਾ ਨਹੀਂ ਹੋ ਸਕਿਆ ਜਦੋਂ ਤੁਸੀਂ ਆਪਣੀ ਸੁਰਤ ਨੂੰ ਸ਼ਬਦ ਦੇ ਬੇੜੇ ਚਾੜ ਦੋਗੇ ਇਹਨੇ ਡਿਵੈਲਪ ਹੋ ਜਾਣਾ ਹੁਣ ਹੁਣ ਕਿੱਥੇ ਚੜਿਆ ਬਸ ਉਹ ਨਾਲ ਦੇ ਤਾਸ਼ਾਂ ਖੇਡੀ ਗਿਆ ਉਹਦਾ ਹੀ ਪਤਾ ਲੱਗਿਆ ਵੀ ਆਹ ਕਈ ਨਹੀਂ ਹੁੰਦੀਆਂ ਸੀਪ ਹੈ ਜੀ ਆਹ ਫਲਾਣੀ ਹੈ ਜੀ ਉਹਦਾ ਹੀ ਪਤਾ ਲੱਗਿਆ ਹੋਰ ਤੇ ਕੁਛ ਵੀ ਨਹੀਂ ਲੱਗਿਆ ਜੇ ਪਤਾ ਉਦੋਂ ਬਾਅਦ ਅੱਗੇ ਤੇ ਲੰਘ ਹੀ ਨਹੀਂ ਸਕੇ ਅਸੀਂ ਜਦੋਂ ਆਪਣੇ ਮਾਈਂਡ ਨੂੰ ਆਪਣੀ ਸੁਰਤ ਨੂੰ ਸ਼ਬਦ ਦੇ ਬੇੜੇ ਚਾੜੋਗੇ ਤੇ ਬੇੜਾ ਕਿਤੇ ਦੀ ਕਿਤੇ ਲੈ ਜਾਊਗਾ ਤੈਨੂੰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਖਰਕਾਰ ਉਹਦੀ ਮਾਈਂਡ ਡਿਵੈਲਪ ਹੋ ਹੀ ਜਾਂਦਾ ਗਤੀ ਹੋ ਜਾਂਦੀ ਹੈ ਸਪੀਡ ਬਣ ਜਾਂਦੀ ਹੈ ਕਿ ਕਿਸ ਦੀ ਜਿਹੜਾ ਚਿੱਤ ਲਾ ਕੇ ਸੁਣਦਾ ਹੈ ਤੇ ਚਿੱਤ ਲਾ ਕੇ ਗਾਉਂਦਾ ਹੈ ਬਹੁਤ ਲੋੜ ਹੈ ਗੁਰੂ ਸਾਹਿਬ ਦੇ ਬਚਨਾਂ ਦੀ ਹਿਰਦੇ ਵਿੱਚ ਵਸਾ ਕੇ ਰੱਖੀਏ ਸਰਬ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਹੈ ਜੀ ਕੱਲ੍ਹ ਦਰਸ਼ਨ ਕਰਾਂਗੇ ਵੇਲੇ ਨਾਲ ਆਇਓ ਭਾਈ 7:30 ਵਜੇ ਆਪਾਂ ਸ਼ੁਰੂ ਕਰਾਂਗੇ ਜਥੇ ਵਾਲੇ ਸਿੰਘ 7 ਵਜੇ ਸ਼ੁਰੂ ਕਰ ਲੈਣਗੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਗੁਰੂ ਸਾਹਿਬ ਮਿਹਰ ਕਰ ਹੁਣ ਆਪਾਂ ਤੇ ਜੇ ਹੁਣ ਤੁਸੀਂ ਜਿਹੜੇ ਹਿਸਾਬ ਨਾਲ ਆਪਾਂ ਹੁਣ ਗੱਲ ਕਰਕੇ ਹਟੇ ਆ ਇਸ ਹਿਸਾਬ ਨਾਲ ਤੇ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਸੱਚੇ ਪਾਤਸ਼ਾਹ ਕੱਲ ਨੂੰ ਮੌਸਮ ਠੀਕ ਕਰ ਦਿਓ ਇਹ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜਨੇ ਪੈਣਗੇ ਵੀ ਯਾਰ ਹੌਲੀ ਹੌਲੀ ਹਟ ਜਾਓ ਆਖੋ ਸਤਨਾਮ ਉਹਨੇ ਕਹਿਣਾ ਤਾਂ ਤੇ ਠੀਕ ਹੀ ਆ ਜਾਓ ਜੇ ਹੁਣ ਮੰਨ ਲਓ ਰੱਬ ਪਰਮਾਤਮਾ ਉਹ ਕਵੇ ਮਾੜਾ ਜਿਹਾ ਤਾਂ ਨੂੰ ਆ ਇੱਥੋਂ ਲੰਘ ਜਾ ਇੱਥੋਂ ਆ 200 ਫੁੱਟ ਉੱਪਰ ਚੱਲ ਜਾਓ ਉੱਤੇ ਤੇ ਠੀਕ ਠਾਕ ਹੀ ਸਾਰਾ ਕਹਿਣਗੇ ਬੇੜਾ ਤੇ ਤੁਸੀਂ ਆਪ ਹੀ ਪਾਇਆ ਪਿਆ ਥੱਲੇ ਹੀ ਬਾਕੀ ਤੇ ਠੀਕ ਹੈ ਇੱਥੇ ਛੱਡੋ ਇੱਥੋਂ 200 ਕਿਲੋਮੀਟਰ ਉੱਪਰ ਨੂੰ ਚੱਲ ਜਾਓ
200 ਕਿਲੋਮੀਟਰ ਅੱਗੇ ਨੂੰ ਚਲੇ ਜਾਓ, ਆ ਲੰਘ ਜਾਓ ਸੋਲਨ ਲੰਘ ਜਾਓ, ਅੱਗੇ ਤੁਹਾਡੇ ਨੇੜੇ ਤੇੜੇ ਵੀ ਨਹੀਂ, ਨਾ ਧੂੰਆਂ ਨਾ ਮਿੱਟੀ ਨਾ ਕੰਟਾ, ਇੱਧਰ ਨੂੰ ਚਲੇ ਜਾਓ, ਚੈਲ ਵੱਲ ਵੇਖੋ, ਕਸ਼ਮੀਰ ਵਾਲੇ ਪਾਸੇ ਨੂੰ ਚਲੇ ਜਾਓ, ਉੱਥੇ ਤੱਕ ਹੀ ਪਹੁੰਚਦਾ ਹੀ ਨਹੀਂ, ਉੱਥੋਂ ਦੇ ਲੋਕ ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਧੂੰਆਂ ਜਾਂ ਚੀਜ਼ਾਂ ਦੇ ਸਾਡੇ ਨੇੜੇ ਪਹੁੰਚੇ, ਤੁਹਾਡੇ ਹੀ ਆਲੇ ਦੁਆਲੇ ਆ, ਇਹ ਤਾਂ ਤੁਸੀਂ ਉਹੀ ਗੱਲ ਕਰਾਇਆ, ਇਹ ਵੀ ਨਹੀਂ ਕਹਿਦਾ ਵੀ ਰੱਬ ਜੀ ਸਵੇਰੇ ਮੌਸਮ ਠੀਕ ਕਰ ਦਿਓ, ਠੀਕ ਕਰ ਦਿਓ ਸਵੇਰੇ, ਇਹ ਤੇ ਹੌਲੀ ਹੌਲੀ ਆਪਾਂ ਨੂੰ ਮਿਹਨਤ ਕਰਨੀ ਪੈਣੀ, ਜੇ ਅੱਜ ਕੁਛ ਗਲਤ ਹੋ ਰਿਹਾ ਤੇ ਸਾਡੇ ਕਰਕੇ, ਆਪਾਂ ਚੇਂਜ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਆਓ ਕੋਸ਼ਿਸ਼ ਕਰੀਏ ਪਿਆਰੇ ਜਤਨ ਕਰੀਏ।